ਜੀ ਕਿੱਦਾਂ ਸਾਰੇ ਠੀਕ ਠਾਕ ਹੀ ਹੋਣੇ ਆ ਤੇ ਵੀਡੀਓ ਲੈ ਕੇ ਆਇਆ ਇੱਕ ਬਹੁਤ ਵਧੀਆ ਸ਼ੇਅਰ ਕਰ ਦਿਓ ਤੇ ਰੋਨਾਲਡੋ ਜਿੰਦਾਬਾਦ ਆ। ਗੱਲ ਹੈਗੀ ਇੱਦਾਂ ਆ, ਪਿਛਲੇ ਬੁੱਧਵਾਰ ਕੈਨੇਡਾ ਦੀ ਸਰਕਾਰ ਦੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹਸਨ ਜੀ ਨੇ ਨਵੀਂ ਸੂਚਨਾ ਘੋਸ਼ਿਤ ਕੀਤੀ ਆ। ਉਹਦੇ ਅਨੁਸਾਰ ਕੈਨੇਡਾ ਦੇ ਵਿੱਚ 3,50,000 ਨਵਾਂ ਬੰਦਾ ਲੈ ਕੇ ਆਉਣਾ, ਇਹਨੀ 2 ਸਾਲਾਂ ਦੇ ਵਿੱਚ। ਕੈਨੇਡਾ ਦੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹਸਨ ਜੀ ਨੇ ਪਿਛਲੇ ਬੁੱਧਵਾਰ ਇਹ ਅਨਾਊਂਸਮੈਂਟ ਕੀਤੀ, 3,50,000 ਨਵਾਂ ਬੰਦਾ ਆਉਣਾ ਕੈਨੇਡਾ ਦੇ ਵਿੱਚ। ਤੇ ਵੀਡੀਓ ਸ਼ੇਅਰ ਕਰ ਦਿਓ ਵੱਧੋ ਵੱਧ ਤੇ ਤੁਹਾਨੂੰ ਦੱਸਦੇ ਹਾਂ ਪੂਰੀ ਤਰ੍ਹਾਂ ਜਾਣਕਾਰੀ ਨਾਲ ਕੀ ਹਿਸਾਬ ਕਿਤਾਬ ਆ ਤੇ ਕੀ ਹੋਣ ਡਿਆ ਵਰਲਡ ਵਾਈਡ। ਤੇ ਐਤਵਾਰ ਦੀ ਰਾਤ ਆ, ਮੀਂਹ ਪੈਣ ਡਿਆ, ਵਿਹਲਾ ਹੀ ਆ, ਕਰਦੇ ਗੱਲਾਂ ਬਾਤਾਂ। ਤੁਹਾਡੇ ਕਮੈਂਟ ਵੀ ਪੜੂੰਗਾ, ਸ਼ੇਅਰ ਕਰ ਦਿਓ ਵੱਧੋ ਵੱਧ, ਕੈਨੇਡਾ ਆਉਣ ਦੇ ਚਾਹਵਾਨ ਜ਼ਰੂਰ ਸ਼ੇਅਰ ਕਰਿਓ। ਤੇ ਜਿਹੜਾ ਸ਼ੇਅਰ ਕਰੂਗਾ ਨਾ ਉਹਦਾ ਵੀਜ਼ਾ ਲੱਗ ਜੂ ਕੈਨੇਡਾ ਦਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆ ਸਰ। ਤੇ ਬਹੁਤ ਗੱਲਾਂ ਹੋਈਆਂ ਇਸ ਹਫ਼ਤੇ ਵਰਲਡ ਵਾਈਡ, ਤੇ ਮੇਨ ਗੱਲ ਚਲੋ ਤੁਹਾਨੂੰ ਸ਼ੇਅਰ ਕਰਦਾ। ਇੰਡੋਨੇਸ਼ੀਆ ਦਾ ਪਲੇਨ ਕ੍ਰੈਸ਼ ਹੋਇਆ ਨਾ, ਪਲੇਨ ਸੀਗਾ ਬੋਇੰਗ ਕੰਪਨੀ ਦਾ, ਬੋਇੰਗ ਕੰਪਨੀ ਹੈਗੀ ਅਮਰੀਕਾ ਦੀ, ਮੇਨ ਦੋ ਕੰਪਨੀਆਂ ਵਰਲਡ 'ਚ ਪਲੇਨ ਬਣਾਉਣੀਆਂ। ਕੁੰਡਾ ਖੋਲ ਮੈਂ ਇੱਕ ਸੈਕਿੰਡ, ਸਹੀ ਗਰਮੀ ਲੱਗਣਾ। ਤੇ ਹਾਂਜੀ, ਵਰਲਡ ਵਾਈਡ ਸਿਰਫ ਦੋ ਕੰਪਨੀਆਂ ਪਲੇਨ ਬਣਾਉਂਦੀਆਂ ਆ, ਇੱਕ ਹੈਗੀ ਬੋਇੰਗ ਅਮਰੀਕਾ ਦੀ ਤੇ ਇੱਕ ਹੈਗੀ ਏਅਰਬੱਸ ਫਰਾਂਸ ਦੀ। ਤੇ ਬੋਇੰਗ ਕੰਪਨੀ ਦਾ ਪਲੇਨ ਸੀ ਇੰਡੋਨੇਸ਼ੀਆ ਦਾ ਜਿਹੜਾ ਕ੍ਰੈਸ਼ ਹੋਇਆ, ਤੇ ਉਹਦਾ ਪਾਇਲਟ ਸੀ ਜਿਹੜਾ ਉਹ ਇੰਡੀਆ ਦਾ ਸੀ ਮੁੰਡਾ। ਤੇ ਉਹਦੇ ਬਾਰੇ ਰਿਪੋਰਟ ਆ ਗਈ ਆ ਜੀ, 965 ਕਿਲੋਮੀਟਰ ਪ੍ਰਤੀ ਆਵਰ ਦੀ ਹਿਸਾਬ ਨਾਲ ਜਾ ਰਿਹਾ ਸੀ ਪਲੇਨ, ਤੇ 1 ਸੈਕਿੰਡ ਦੇ ਵਿੱਚ 1,025 ਫੁੱਟ ਥੱਲੇ ਆ ਗਿਆ ਸੀ ਮਤਲਬ ਨਾ। ਤੇ ਉਹਦਾ ਬਲੈਕ ਬਾਕਸ ਲੱਭਿਆ, ਜਿਹੜਾ ਬਲੈਕ ਬਾਕਸ ਹੁੰਦਾ ਉਹ ਬਲੈਕ ਨਹੀਂ ਹੁੰਦਾ, ਉਹ ਸੰਤਰੀ ਹੁੰਦਾ ਆ ਬਲੈਕ ਬਾਕਸ, ਇਹ ਗੱਲ ਚੇਤੇ ਰੱਖਿਓ ਕਦੀ ਜ਼ਿੰਦਗੀ 'ਚ ਕੰਮ ਆ ਜੂ ਤੁਹਾਡੇ। ਟੋਪੀ ਮੇਰੀ ਵਰਗਾ ਸੰਤਰੀ ਹੁੰਦਾ ਬਲੈਕ ਬਾਕਸ ਪਲੇਨ ਦਾ, ਤੇ ਉਹਦਾ ਨਾਮ ਬਲੈਕ ਬਾਕਸ ਹੁੰਦਾ, ਸੰਤਰੀ ਹੁੰਦਾ। ਤੇ ਇੱਕ ਹੋਰ ਫੈਕਟ ਦੱਸ ਦਿੰਦਾ ਤੁਹਾਨੂੰ ਇਹਦੇ ਨਾਲ ਲੱਗਦਾ, ਇਹ ਫੈਕਟ ਬਹੁਤ ਸ਼ੇਅਰ ਕਰਨੇ ਵੀਡੀਓ 'ਚ, ਤੇ ਵੀਡੀਓ ਸ਼ੇਅਰ ਕਰ ਦਿਓ ਵੱਧੋ ਵੱਧ, ਤੇ ਫੈਕਟ ਵੀ ਸ਼ੇਅਰ ਹੋਣਗੇ, ਹੋਰ ਵੀ ਬਹੁਤ ਗੱਲਾਂ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ। ਤੇ ਜਿਹੜਾ ਬਲੈਕ ਬਾਕਸ ਹੁੰਦਾ ਉਹ ਸੰਤਰੀ ਹੁੰਦਾ। ਤੇ ਇੱਕ ਗੱਲ ਹੋਰ, ਜਿਹੜੇ ਸਪੇਸ 'ਚ ਜਾਂਦੇ ਆ ਨਾ, ਤੇ ਜਾਓ ਸਪੇਸ ਜਾਂਦੇ ਜਿਹੜੇ, ਉਹਨਾਂ ਦੇ ਕੱਪੜੇ ਤੁਸੀਂ ਕਦੀ ਨੋਟਿਸ ਕਰਿਓ, ਜਾਂ ਤਾਂ ਸੰਤਰੀ ਹੋਊਗੇ ਜਾਂ ਵਾਈਟ ਹੋਊਗੇ, ਸਿਰਫ 2 ਕਲਰ ਹੀ ਹੁੰਦੇ ਆ। ਕਦੀ ਨੋਟਿਸ ਕਰ ਲਿਓ ਜਿਹੜੇ ਸਪੇਸ 'ਚ ਜਾਣ ਵਾਲੇ ਅੰਤਰਿਕਸ਼ ਯਾਤਰੀ ਆ ਨਾ, ਤੇ ਤੁਹਾਨੂੰ ਪਤਾ ਲੱਗ ਜੂਗਾ ਨਾ। ਤੇ ਕਿਉਂਕਿ ਸੰਤਰੀ ਰੰਗ ਮਤਲਬ ਉਹਨਾਂ ਨੂੰ ਹੁੰਦਾ ਵੀ ਜੇ ਐਕਸੀਡੈਂਟ ਹੋ ਗਿਆ ਕਦੀ, ਤੇ ਐਕਸੀਡੈਂਟ ਹੋਏ ਤੋਂ ਬਾਅਦ ਜਿੱਦਾਂ ਵੀ ਬਲੈਕ ਬਾਕਸ ਹੈ ਉਹਦਾ ਰੰਗ ਸੰਤਰੀ ਹੁੰਦਾ, ਜਾਂ ਜਿਹੜੇ ਸਪੇਸ 'ਚ ਜਾਂਦੇ ਸੰਤਰੀ ਕੱਪੜੇ ਪਾਉਂਦੇ, ਵੀ ਉਹਨਾਂ ਨੂੰ ਸਮੁੰਦਰ 'ਚੋਂ ਲੱਭਣਾ ਸੌਖਾ ਹੁੰਦਾ ਸੰਤਰੀ ਰੰਗ ਨੂੰ, ਇਸ ਕਰਕੇ ਔਰੇਂਜ ਸੰਤਰੀ ਰੰਗ ਦੇ ਹੁੰਦੇ ਆ। ਤੇ ਮੈਂ ਟੋਪੀ ਲਈ ਉਹ ਆ, ਇਹ ਹੈਗੀ ਆ ਜੀ ਨਾਇਕ ਕੰਪਨੀ ਦੀ, ਨਾਇਕ ਕੰਪਨੀ ਬਣਾਈ ਸੀ ਫਿਲ ਨਾਈਟ ਬੰਦੇ ਨੇ, ਫਿਲ ਨਾਈਟ ਬੰਦਾ ਇਹਦਾ ਮਾਲਕ ਆ ਜਿਹੜਾ। ਇਹ ਜਿਹੜੀ ਸਹੀ ਜਿਹੀ ਆ ਇਹਦਾ ਇਹਦਾ ਮਤਲਬ ਕੀ ਆ, ਜਸਟ ਡੂ ਇਟ ਇਹਦਾ ਮਤਲਬ ਕੀ ਆ, ਫੈਕਟ ਹੀ ਸ਼ੇਅਰ ਕਰਨੇ ਸਾਰੇ। ਫਿਲ ਨਾਈਟ ਨੇ ਕਿੱਦਾਂ ਨਾਇਕ ਕੰਪਨੀ ਤਿਆਰ ਕੀਤੀ, ਤੇ ਜਿਹੜਾ ਮਾਈਕਲ ਜੋਰਡਨ ਆ ਉਹ ਨਾਇਕ ਕੰਪਨੀ ਦੇ ਜਿਹੜੇ ਜਿੱਥੇ ਬਣਦੇ ਬੂਟ ਆਈ ਥਿੰਕ ਵੀਅਤਨਾਮ, ਉਹਨਾਂ ਦੇ ਨਾਲੋਂ ਜ਼ਿਆਦਾ ਤਾਂ ਮਾਈਕਲ ਜੋਰਡਨ ਪੈਸੇ ਕਮਾਉਂਦਾ। ਤੇ ਹੁਣ ਗੱਲਾਂ ਕਰਦੇ ਹਾਂ ਹੋਰ, ਬਾਕੀ ਗੱਲਾਂ ਆਪਣੇ ਸਟੈਚੂ ਦੀਆਂ ਵੀ ਬਹੁਤ ਹੋਣੀਆਂ, ਤੇ ਹੋਰ ਜੋ ਚੱਲਣ ਡਿਆ ਆ ਅੱਜ ਕੱਲ੍ਹ। ਤੇ ਇੱਕ ਗੱਲ ਦੱਸਾਂ, ਮੈਨੂੰ ਨਾ ਬਈ ਜਿੱਦਾਂ ਟੀਵੀ ਚੈਨਲਾਂ ਵਾਲੇ ਹੁੰਦੇ ਉੱਦਾਂ ਗੱਲ ਕਰਨੀ ਨਹੀਂ ਆਉਂਦੀ, ਸੱਚੀ ਦੱਸਾਂ। ਜੇ ਮੈਂ ਚਾਹਾਂ ਮੈਂ ਵੀ ਬਹੁਤ ਜਿੱਦਾਂ ਬਈ ਬਾਕੀ ਫੇਸਬੁੱਕ ਵਾਲੇ ਜਾਂ ਟੀਵੀ ਚੈਨਲ ਵਾਲੇ ਕਰਦੇ ਹੁੰਦੇ, ਪਤਾ ਕਿੱਦਾਂ ਖਬਰ ਦਿਆ ਕਰਨੀ ਸੀ, ਖਬਰ ਵੀ ਸੱਚੀ ਆ ਮਾੜੀ ਜਿਹਾ ਦੇਖਿਓ, ਇੱਕ ਐਗਜ਼ੈਂਪਲ ਦਿੰਦਾ ਤੁਹਾਨੂੰ, ਉਸ ਤੋਂ ਬਾਅਦ ਮਸ਼ਹੂਰੀ ਹੋਣੀ ਆ ਤੇ ਫਿਰ ਬਾਕੀ ਵਾਰਤਾਲਾਪ ਚੱਲਦਾ ਹੀ ਰਹਿਣਾ, ਵਿਹਲਾ ਹੀ ਆ, ਕੋਈ ਇੱਥੇ ਜਾਣਾ ਨਹੀਂ, ਤੇ ਰੋਨਾਲਡੋ ਜਿੰਦਾਬਾਦ ਆ। ਓਕੇ ਜੀ, ਤੇ ਦਿੰਦਾ ਮੈਂ ਟੀਵੀ ਵਾਲਿਆਂ ਨੂੰ ਮਸ਼ਹੂਰੀ ਮਾੜੀ ਜਿਹਾ ਸੁਣ ਕੇ।
ਲਾਲੂ ਪ੍ਰਸ਼ਾਦ ਯਾਦਵ ਕੇ ਪੁੱਤਰ ਤੇਜੀ ਯਾਦਵ ਕਾ ਐਸ਼ਵਰੀਆ ਰਾਏ ਕੇ ਸਾਥ ਕਿਆ ਚੱਕਰ। ਹੁਣ ਤੁਸੀਂ ਕਹਿਣਾ ਐਸ਼ਵਰੀਆ ਰਾਏ ਤਾਂ ਯਾਰ ਅਭਿਸ਼ੇਕ ਬੱਚਨ ਦੀ ਘਰ ਵਾਲੀ ਹੈ, ਲਾਲੂ ਯਾਦਵ ਦਾ ਮੁੰਡਾ ਕਿੱਥੋਂ ਆ ਗਿਆ? ਨਹੀਂ ਮਤਲਬ ਟੈਗਲਾਈਨ ਜਿਹੜੀ ਹੁੰਦੀ ਮੇਨ ਉਹ ਮਤਲਬ ਮੋਸਟਲੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੁੰਦੀ। ਫੇਸਬੁੱਕ ਤੇ ਜਿੰਨੇ ਵੀ ਲੋਕ ਆ ਕੋਈ ਵੀ ਲਿੰਕ ਨਾ ਟੈਗਲਾਈਨ ਦੇਖ ਕੇ ਖੋਲਦੇ ਆ ਮੇਰੇ ਅਰਗੇ ਨੇ ਆਉਣਾ। ਲਾਲੂ ਪ੍ਰਸ਼ਾਦ ਯਾਦਵ ਕੇ ਪੁੱਤਰ ਤੇਜੀ ਯਾਦਵ ਕਾ ਐਸ਼ਵਰੀਆ ਰਾਏ ਕੇ ਸਾਥ ਕਿਆ ਸੰਬੰਧ ਥਾ ਕਿਆ ਹੁਆ। ਤੇ ਵਿੱਚੋਂ ਨਿਕਲਣਾ ਜਿਹੜਾ ਲਾਲੂ ਦਾ ਮੁੰਡਾ ਆ ਉਹਦੀ ਜਿਹੜੀ ਘਰ ਵਾਲੀ ਸੀ ਉਹਦਾ ਨਾਂ ਵੀ ਐਸ਼ਵਰੀਆ ਰਾਏ ਆ। ਇੱਕ ਤਾਂ ਹੈਗੀ ਐਸ਼ਵਰੀਆ ਰਾਏ ਬੱਚਨ ਅਮਿਤਾਭ ਬੱਚਨ ਦੀ ਨੂੰਹ, ਤੇ ਜਿਹੜੀ ਲਾਲੂ ਦੀ ਨੂੰਹ ਸੀ ਐਸ਼ਵਰੀਆ ਰਾਏ ਉਹਦਾ ਵੀ ਨਾਂ ਆ, ਤੇ 6 ਮਹੀਨੇ ਬਾਅਦ ਤਲਾਕ ਹੋ ਗਿਆ ਉਹਨਾਂ ਦਾ। ਤੇ ਮਤਲਬ ਨਾ ਕਹਿੰਦਾ ਮਤਲਬ ਟੈਗਲਾਈਨ ਇੱਦਾਂ ਬਣਾਉਂਦੇ ਆ ਜਿਹੜੇ ਨਾ ਲੋਕ ਆ ਜਾਂ ਟੀਵੀ ਵਾਲੇ ਜਾਂ ਹੋਰ ਜਿਹੜੇ ਜਿਹਨੀ ਕਲਿੱਕਾਂ ਲੈਣੀਆਂ ਹੁੰਦੀਆਂ ਨਾ। ਤੇ ਅਮਿਤਾਭ ਬੱਚਨ ਦੀ ਗੱਲ ਤੁਰੀ ਆ ਉਹਦੇ ਬਾਰੇ ਵੀ ਗੱਲਾਂ ਕਰ ਗਏ। ਅਮਿਤਾਭ ਬੱਚਨ ਦੀ ਮੰਮੀ ਤੇਜੀ ਬੱਚਨ ਤੇਜਵੰਤ ਕੌਰ, ਤੇ ਤੇਜਵੰਤ ਕੌਰ ਦੇ ਪਿਤਾ ਖਜਾਨ ਸਿੰਘ ਜੀ। ਖਜਾਨ ਸਿੰਘ ਜੀ ਪਟਿਆਲਾ ਰਿਆਸਤ 'ਚ ਕੀ ਕਰਦੇ ਸੀ? ਸਭ ਭੇਤ ਖੋਲ ਦੇਣੇ ਆਪਾਂ ਹੌਲੀ ਹੌਲੀ, ਤੁਸੀਂ ਬਸ ਸ਼ੇਅਰ ਕਰ ਦਿਓਗੇ ਨਹੀਂ? ਤੇ ਅਮਿਤਾਭ ਬੱਚਨ ਦੇ ਵੀ ਪਰਦੇ ਖੋਲਾਂਗੇ। ਅਮਿਤਾਭ ਬੱਚਨ ਦਾ ਮੈਂ ਕੌਣ ਬਣੇਗਾ ਕਰੋੜਪਤੀ ਦੇਖਦਾ ਹੁੰਦਾ, ਤੇ ਉਹਨਾਂ ਬਾਰੇ ਵੀ ਗੱਲਾਂ ਕਰਾਂਗੇ, ਤੇ ਤੁਹਾਡੇ ਕਮੈਂਟ ਵੀ ਪੜਾਂਗੇ। ਪਹਿਲਾਂ ਇੱਕ ਮਸ਼ਹੂਰੀ ਆ ਗਈ ਵਿੱਚ, ਤੇ ਮਸ਼ਹੂਰੀ ਵੀ ਦੇਖੋ ਹੁਣ। ਓਕੇ ਜੀ, ਮਸ਼ਹੂਰੀ ਦੇ ਦਈਏ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲੰਡਨ ਸ਼ਹਿਰ ਆ, ਲੰਡਨ ਇੱਕ ਤਾਂ ਇੰਗਲੈਂਡ ਦੀ ਰਾਜਧਾਨੀ, ਲੰਡਨ ਇੱਕ ਹੋਰ ਸ਼ਹਿਰ ਹੈ ਅੰਟਾਰੀਓ ਦੇ ਕੋਲ, ਬ੍ਰੈਂਪਟਨ ਦੇ ਕੋਲ, 1 ਘੰਟਾ 25 ਮਿੰਟ ਦਾ ਰਸਤਾ ਆ। ਤੇ ਲੰਡਨ ਸ਼ਹਿਰ ਦੇ ਵਿੱਚ ਆਪਣੇ ਰਿਐਲਟਰ ਭਾਅ ਜੀ ਨਪ੍ਰੀਤ ਸਰਾਓ ਜੀ ਘਰ ਲੈ ਕੇ ਆਏ। ਮਤਲਬ ਤੁਸੀਂ ਨਵੇਂ ਆਏ ਆ ਕੈਨੇਡਾ 'ਚ, ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦੇ ਆ ਜਾਂ ਕਿਤੇ ਵੀ ਰਹਿੰਦੇ, ਭਾਵੇਂ ਤੁਸੀਂ ਇੰਡੀਆ ਰਹਿੰਦੇ ਆ, ਤੁਹਾਡੀ ਕੋਈ ਪਤੀਸ ਦਦੀਸ ਕੋਈ ਵੀ ਕੈਨੇਡਾ 'ਚ ਰਹਿੰਦੀ, ਉਹਨਾਂ ਨੂੰ ਜਲਦੀ ਤੋਂ ਜਲਦੀ ਫੋਨ ਕਰਕੇ ਦੱਸੋ ਭਾਈ ਲੰਡਨ ਅੰਟਾਰੀਓ ਦੇ ਵਿੱਚ ਲੋਟਾਂ ਵਿਕਣ ਡਈਆਂ ਆ, ਥੋੜ੍ਹੇ ਸੀਮਿਤ ਟਾਈਮ ਲਈ ਆ ਅਤੇ ਘੱਟ ਰੇਟ 'ਤੇ ਆ। ਵੈਸੇ ਜਿਹੜਾ ਬ੍ਰੈਂਪਟਨ ਆ ਜਾਂ ਟੋਰਾਂਟੋ ਬਹੁਤ ਮਹਿੰਗੇ ਆ, ਬਟ ਉੱਥੇ ਲੰਡਨ ਸ਼ਹਿਰ 1 ਘੰਟਾ 25 ਮਿੰਟ ਦਾ ਰਸਤਾ ਆ ਬ੍ਰੈਂਪਟਨ ਤੋਂ, ਅਤੇ ਉੱਥੇ ਲੰਡਨ ਸ਼ਹਿਰ ਦੇ ਵਿੱਚ 4,65,000 ਸਟਾਰਟਿੰਗ ਰੇਟ ਆ। ਵੈਸੇ 4,95,000 ਚੱਲਣ ਡਿਆ, ਅਤੇ ਭਾਅ ਜੀ ਹੁਣੀ 4,65 ਮਤਲਬ ਦੇਣ ਡਏ ਆ ਤੁਹਾਨੂੰ, 4,65 ਦੇ ਹਿਸਾਬ ਨਾਲ ਸਟਾਰਟਿੰਗ ਰੇਟ ਆ। ਅਤੇ ਉਹਦੇ ਨਾਲ ਉਹ ਰੇਟ 'ਤੇ ਤੁਸੀਂ ਉੱਥੇ ਘਰ ਲੈ ਸਕਦੇ ਆ, ਅਤੇ ਘਰ ਬਹੁਤ ਖੁੱਲ੍ਹੇ ਡੁੱਲੇ ਆ। ਅਤੇ ਬਾਕੀ ਹੋਰ ਜਾਣਕਾਰੀ ਵੀਡੀਓ 'ਚ ਮੈਂ ਗਾਂਹ ਵੀ ਪੇਸ਼ ਕਰ ਦੂੰਗਾ। ਮਤਲਬ ਤੁਸੀਂ ਭਾਵੇਂ ਇੰਡੀਆ ਰਹਿੰਦੇ ਆ ਜਾਂ ਕਿਤੇ ਵੀ ਰਹਿੰਦੇ ਆ, ਮਤਲਬ 1 ਸਾਲ ਬਾਅਦ ਤੁਸੀਂ $1,00,000 ਵੱਧ ਮੁੱਲ 'ਤੇ ਉਸੇ ਘਰ ਨੂੰ ਵੇਚ ਕੇ ਮੁਨਾਫਾ ਕਰ ਸਕਦੇ ਹਾਂ। ਅਤੇ ਮਸ਼ਹੂਰੀ ਖਤਮ ਹੋ ਗਈ, ਫਿਰ ਦਿੰਦੇ ਹਾਂ ਮਸ਼ਹੂਰੀ, ਕੋਈ ਚੱਕਰ ਨਹੀਂ। ਅਤੇ ਹੁਣ ਫਿਰ ਕਮੈਂਟ ਪੜ੍ਹ ਲਈਏ। ਅਤੇ ਓਕੇ ਜੀ, ਕਈ ਟਾਈਮ ਹੋ ਗਿਆ, ਅੱਗੇ ਮੈਂ 3-3 ਘੰਟੇ ਦੀ ਵੀਡੀਓ ਕਰਦਾ ਹੁੰਦਾ ਸੀ, ਹੋਈ ਨਹੀਂ। ਅਤੇ ਕਮੈਂਟ ਪੜ੍ਹਦੇ ਹਾਂ। ਅਤੇ ਏਰੋਪਲੇਨ ਕਰੈਸ਼ ਤਾਂ ਦੱਸਦੇ ਕੀ ਬਣਿਆ ਬਰਾਰ ਬਲਵਿੰਦਰ? ਭਾਅ ਜੀ ਉਹ ਤਾਂ ਕਰੈਸ਼ ਹੋ ਗਿਆ, ਉਹਦਾ ਕੀ ਬਣਨਾ? ਬੋਇੰਗ ਕੰਪਨੀ ਦਾ ਸੀਗਾ। ਅਤੇ ਏਰੋਪਲੇਨ ਦੀ ਗੱਲ ਤੁਰੀ ਆ, ਅਤੇ ਵਰਲਡ ਦੀ ਸਭ ਤੋਂ ਲੌਂਗ ਫਲਾਈਟ ਸਿੰਗਾਪੁਰ ਦੇ ਚੈਂਗੀ ਏਅਰਪੋਰਟ ਤੋਂ ਨਿਊਯਾਰਕ ਦੇ ਏਅਰਪੋਰਟ ਤੱਕ 19 ਘੰਟੇ ਦੀ ਚੱਲਣ ਡਈ ਆ। ਦੁਨੀਆ ਦੀ ਸਭ ਤੋਂ ਲੰਬੀ ਫਲਾਈਟ ਆ ਉਹ ਜੀ ਪਲੇਨ ਦੀ, ਨੋਟਸ ਕਰ ਲਓ, ਕਦੀ ਲਾਈਫ 'ਚ ਕੰਮ ਆਜੂਗੀ ਨਹੀਂ। ਅਤੇ 19 ਘੰਟੇ ਉਹਦਾ ਰਾਹ ਆ। ਅਤੇ ਇੱਕ ਉੱਤੋਂ ਵੀ ਲੰਬੀ ਫਲਾਈਟ ਦਾ ਇੱਕ ਪ੍ਰਸਤਾਵ ਤਾਂ ਰੱਖਿਆ ਕੁਆਂਤਸ, ਜੇ ਮੈਂ ਸਹੀ ਪ੍ਰੋਨਾਊਂਸ ਕਰਦਾ, ਕੁਆਂਤਸ ਏਅਰਲਾਈਨ ਹੈ ਜੀ ਆਸਟ੍ਰੇਲੀਆ ਦੀ, ਉਹਨਾਂ ਦਾ ਪ੍ਰਸਤਾਵ ਹੈ ਸਿਡਨੀ ਤੋਂ ਲੈ ਕੇ ਲੰਡਨ ਇੰਗਲੈਂਡ ਵਾਲੇ ਤੱਕ 20 ਘੰਟੇ ਤੋਂ ਜ਼ਿਆਦਾ ਟਾਈਮ ਲੱਗਣਾ। ਪਰ ਕੋਈ ਵੀ ਜਿਹੜੀ ਪਲੇਨਾਂ ਦੀ ਕੰਪਨੀ ਆ ਬੋਇੰਗ ਆ ਜਾਂ ਏਅਰਬੱਸ, ਉਹ ਹਾਮੀ ਨਹੀਂ ਭਰਨ ਡੇ, ਉਹ ਕਹਿੰਦੇ 20 ਘੰਟੇ ਵਾਲੇ ਹੱਥ ਖੜੇ ਹੀ ਆਪਣੇ ਨਾ। ਅਤੇ ਜਿਹੜੀ 19 ਘੰਟੇ ਵਾਲੀ ਫਲਾਈਟ ਆ ਸਿੰਗਾਪੁਰ ਤੋਂ ਲੈ ਕੇ ਨਿਊਯਾਰਕ ਤੱਕ ਉਹ ਚੱਲਣ ਡਈ ਆ ਇਸ ਵੇਲੇ। ਅਤੇ ਉਹ ਏਅਰਬੱਸ A350 ਪਲੇਨ ਲੈ ਕੇ ਜਾਣ ਡਿਆ 19 ਘੰਟੇ ਯਾਰ ਪਲੇਨ 'ਚ, ਬਾਈ ਬੱਸ ਹੋ ਜਾਂਦੀ ਨਹੀਂ। ਅਤੇ ਬਾਕੀ ਕਮੈਂਟ ਪੜ੍ਹ ਦਿੰਦੇ ਤੁਹਾਡੇ, ਅੰਬਰਸਰੀਆ ਭਾਊ ਲਵ ਯੂ ਬ੍ਰੋ, ਲਵ ਯੂ ਜੀ, ਲਵ ਯੂ ਸਾਰਿਆਂ, ਲਵ ਯੂ ਯਾ।
ਤੇ ਇਕਵਾਡੋਰ ਵੀਜ਼ੇ ਬਾਰੇ ਸਮਝਾਓ ਜਸਪ੍ਰੀਤ ਸਿੰਘ ਜੱਸਲ ਭਾਜੀ। ਇਕਵਾਡੋਰ ਜਾ ਕੇ ਕੀ ਕਰਨਾ? ਇਕਵਾਡੋਰ ਤਾਂ ਭਰਾਵਾ ਗਰੀਬ ਕੰਟਰੀ ਆ ਲਾਤਿਨ ਅਮਰੀਕਾ ਦੀ। ਇਕਵਾਡੋਰ, ਪੇਰੂ, ਬਲੀਵੀਆ, ਐਲ ਸਲਵਾਦੋਰ, ਉੱਥੇ ਕੀ ਕਰਨਾ? ਇਕਵਾਡੋਰ ਤੋਂ ਅਮਰੀਕਾ ਤਾਂ ਚੱਲ ਜਾ ਸਕਦੇ ਆ, ਉਹ ਗੱਲ ਵੱਖਰੀ ਆ, ਪਰ ਇਕਵਾਡੋਰ 'ਚ ਕੁਛ ਹੈ ਨਹੀਂ ਗਾ। ਤੇ ਅਮਰੀਕਾ ਬਾਰੇ ਵੀ ਫੈਕਟ ਲੈ ਕੇ ਆਉਣਾ। ਤੇ ਅਮਰੀਕਾ ਦਾ ਆਪਣਾ ਭਾਜੀ ਟਰੰਪ, ਤੇ ਟਰੰਪ ਭਾਜੀ ਕਹਿੰਦਾ ਜਿਹੜੇ ਅਮਰੀਕਾ 'ਚ ਹੈਗਾ ਹੈਗਾ, ਮਤਲਬ ਅਮੈਰੀਕਾ ਦਾ ਮੈਂ ਸਿਟੀਜ਼ਨ ਹਾਂ, ਹੈ ਨਾ, ਮਤਲਬ ਤੁਸੀਂ ਸਿਟੀਜ਼ਨ ਆ ਨਾ ਅਮੈਰੀਕਾ ਦੇ, ਤੁਹਾਡੇ ਨਿਆਣਾ ਹੋਇਆ ਅਮੈਰੀਕਾ 'ਚ, ਅਤੇ ਉਹ ਨਿਆਣੇ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਣੀ, ਇੱਦਾਂ ਦਾ ਕਾਨੂੰਨ ਲੈ ਕੇ ਆਉਣ ਲੱਗਾ ਹੁਣ ਟਰੰਪ ਭਾਜੀ ਆਪਣਾ, ਡੋਨਾਲਡ ਟਰੰਪ, ਵੀ ਜਿਹੜਾ ਅਮੈਰੀਕਾ 'ਚ ਜੰਮਪਲ ਹੋਊਗਾ ਨਿਆਣਾ, ਕਿਸੇ ਹੋਰ ਮੁਲਕ ਦੇ ਬਛਿੰਦੇ ਦਾ ਕੋਈ ਨਿਆਣਾ ਜੰਮਿਆ ਅਮੈਰੀਕਾ 'ਚ ਨਾ, ਉਹਨੂੰ ਕਹਿੰਦਾ ਸਿਟੀਜ਼ਨਸ਼ਿਪ ਨਹੀਂ ਦੇਣੀ। ਦੇਖ ਲਓ ਕਾਨੂੰਨ ਲੈ ਕੇ ਆਉਣ ਲੱਗਾ। ਅਤੇ ਘਰ ਵਾਲੀ ਉਹਦੀ ਆਪਣੀ ਮਲੈਨੀਆ ਟਰੰਪ, ਉਹ ਤਾਂ ਆਪ ਸਲੋਵਾਨੀਆ ਦੀ ਆ। ਸਲੋਵਾਨੀਆ ਕਿੱਥੇ ਗਿਆ? ਆਪਣੇ ਸਰਬੀਆ ਕੋਲ, ਜਿੱਥੇ ਉਹ ਆਪਣਾ ਕੱਲ੍ਹ ਬੰਦਾ ਲਾਈਵ ਆਇਆ ਸੀ, ਸਰਬੀਆ ਉਹਦੇ ਕੋਲ ਸਲੋਵਾਨੀਆ ਆ। ਅਤੇ ਮਲਾਨੀਆ ਟਰੰਪ ਨੂੰ ਮਿਲਾਇਆ ਸੀਗਾ ਡੋਨਾਲਡ ਟਰੰਪ ਨਾਲ, ਇਟਲੀ ਦਾ ਬੰਦਾ ਸੀ ਜੈਮਪੋਲੀ, ਉਹਨੇ ਮਿਲਾਇਆ ਸੀਗਾ, ਇੱਕ ਪਾਰਟੀ ਸੀ ਨਿਊਯਾਰਕ 'ਚ। ਟਰੰਪ ਬਾਹਲਾ ਚੰਗਾ ਬੰਦਾ, ਇੱਦਾਂ ਕਹੀ ਜਾਵੇ ਕਿ ਨਹੀਂ। ਕਮੈਂਟ ਪੜ੍ਹ ਦਿਓ ਤੁਹਾਡੇ 'ਤੇ, ਚਲੋ ਹੁਣ ਕਮੈਂਟ ਪੜ੍ਹ ਦਿੰਦਾ ਇੱਕ ਮਿੰਟ, ਅਤੇ ਫਿਰ ਸ਼ੇਅਰ ਕਰ ਦਿਓ ਗੱਲਾਂ, ਅਤੇ ਅਮਿਤਾਭ ਬੱਚਨ ਦੇ ਵੀ ਸ਼ਗੜ ਦੱਸਦਾ ਘੈਂਟ ਘੈਂਟ, ਅਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਹੈਲੋ ਬ੍ਰੋ, ਇੰਡੀਆ ਵਾ ਤੁਸੀਂ? ਜਸਪਿੰਦਰ ਦਾ ਉਪਰਾ ਵਾ, ਮੈਂ ਤਾਂ ਕਨੇਡਾ ਆਇਆ, ਲੱਗਦਾ ਨਹੀਂ ਮੈਂ ਭਾਵੇਂ ਕਨੇਡਾ ਵਾਲਾ, ਲੱਗਦਾ ਨਹੀਂ ਮੈਂ ਕਨੇਡਾ ਯਾਰ, ਸਰੀ ਸ਼ਹਿਰ 'ਚ ਰਹਿੰਦਾ ਭਾਜੀ। ਅਤੇ ਨਿਸ਼ਾਨ ਚਾਵਲਾ ਉਸਤਾਦ ਜੀ, ਨਿਸ਼ਾਨ ਚਾਵਲਾ ਕਿੱਧਰ ਗਿਆ? ਪਰਫਿਊਮ ਲਿਆਂਦਾ ਸੀ ਤੂੰ ਸਾਲ ਕੁ ਪਹਿਲਾਂ, ਭੁੱਲ ਹੀ ਗਿਆ ਤੂੰ ਮੇਰੀ ਢੂਹੀ ਘੁੱਟੀ ਸੀ ਪਤੰਦਰਾ, ਕੀ ਗੱਲ, ਕੋਈ ਗੁੱਸਾ ਗਿਲਾ ਮੁੜ ਕੇ ਆਇਆ ਹੀ ਨਹੀਂ, ਕੀ ਚੱਕਰ ਆ? ਮਾਰੀ ਗੇੜਾ ਅਤੇ ਫਿਰ ਪਰਫਿਊਮ ਦੇ ਜੀ ਇੱਕ ਅੱਧਾ। ਅਤੇ ਮਨਦੀਪ ਸਿੰਘ ਅੱਤ ਕਰਾਈ ਜਾਂਦਾ, ਮਨਦੀਪ ਸਿੰਘ ਕਾਲਖ ਆਪਣਾ ਭਰਾ, ਅਤੇ ਇਹਨੂੰ ਐਡ ਕਰੋ, ਬੰਦੇ ਨੂੰ ਬਹੁਤ ਨੌਲੇਜ ਆ, ਇਹਦਾ ਪੇਜ ਵੀ ਸ਼ੇਅਰ ਕਰਨਾ ਕਿਸੇ ਦੇ ਨਾਲ, ਜਿੱਦਣ $50 ਦਊਗਾ ਅਤੇ ਬੰਦੇ ਨੂੰ ਐਡ ਕਰ ਲਓ, ਬਾਹਲੀ ਨੌਲੇਜ ਆ ਭਰਾ ਨੂੰ। ਅਤੇ ਕੀ ਹਾਲ ਆ ਵੀਰਿੰਦਰ ਸਿੰਘ? ਵਧੀਆ ਵਧੀਆ। ਸਰਬੀਆ ਤੋਂ ਕਨੇਡਾ ਇੱਕ ਨੰਬਰ 'ਚ ਕਿਵੇਂ ਜਾ ਸਕਦੇ ਤਾਰੀ ਰੰਧਾਵਾ? ਉਹ ਭਰਾਵਾ ਸਰਬੀਆ ਤੋਂ ਕਨੇਡਾ ਨਹੀਂ ਆ ਸਕਦੇ, ਸਰਬੀਆ ਜਾਊਂਗਾ ਪਹਿਲਾਂ, ਉੱਥੇ ਦੀ PR ਲਊਂਗਾ ਤਾਂ ਹੀ ਆ। ਸਰਬੀਆ ਤੋਂ ਯੂਰਪ ਦੀ ਕਿਸੇ ਕੰਟਰੀ ਤੁਸੀਂ ਜਾ ਜੂ ਸਕਦੇ ਆ, ਕਨੇਡਾ ਤਾਂ ਔਖਾ ਐਵੇਂ ਤੁਹਾਨੂੰ ਕਹਿ ਦਈਏ ਕਿ ਨਹੀਂ। ਕਨੇਡਾ ਆਉਣ ਲਈ ਯਾਰ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ 'ਚ ਕਹਿ ਕੇ ਹਟਿਆ, ਕਨੇਡਾ ਦੇ ਸਿਟੀਜ਼ਨਸ਼ਿਪ ਅਤੇ ਰਿਫਿਊਜੀ ਮੰਤਰੀ ਅਹਿਮਦ ਹਸਨ ਜੀ ਨੇ ਪਿਛਲੇ ਬੁੱਧਵਾਰ ਕਿਹਾ ਵੀ 350,000 ਬੰਦਾ ਜਿਹੜਾ ਕਨੇਡਾ ਦੀ ਆਬਾਦੀ ਦਾ 1% ਬਣਦਾ, ਕਨੇਡਾ ਦੀ ਆਬਾਦੀ ਹੈਗੀ ਆ 3,65,00,000, ਅਤੇ 3,65,00,000 ਥੋੜ੍ਹੀ ਜ਼ਿਆਦਾ ਹੋਊਗੀ ਹੋਊਗੀ, ਅਤੇ ਨਾ 3,50,000 ਨਵਾਂ ਬੰਦਾ ਲੈ ਕੇ ਆਉਣਾ, ਇਹ ਨਹੀਂ 2 ਸਾਲਾਂ ਦੇ ਵਿੱਚ। ਤੁਸੀਂ ਯਾਰ ਦੂਰ ਨਹੀਂ ਜਾਣਾ, ਤੁਸੀਂ ਆਪ ਹਿਸਾਬ ਲਾਓ, ਕਨੇਡਾ ਦੇ ਜਿਹੜੇ ਸਿਟੀਜ਼ਨਸ਼ਿਪ ਮੰਤਰੀ ਆ ਉਹ ਆਪ ਕਿਸੇ ਹੋਰ ਮੁਲਕ ਦੇ ਆ, ਮਤਲਬ ਸੋਮਾਲੀਆ ਦੇ ਆ ਅਹਿਮਦ ਹਸਨ ਜੀ, ਤੁਸੀਂ ਆਪ ਹਿਸਾਬ ਲਾ ਲਓ ਵੀ ਕਨੇਡਾ ਹੈਗਾ ਹੀ ਯਾਰ ਬਾਹਰਲੇ ਬੰਦਿਆਂ ਦਾ ਦੇਸ਼ ਹੈ, ਇੱਥੇ ਦੇ ਜਿਹੜੇ ਬਛਿੰਦੇ ਆ ਉਹਨਾਂ ਦਾ ਤਾਂ ਚਲੋ ਤੁਹਾਨੂੰ ਪਤਾ ਹੀ ਆ, ਆਸਟ੍ਰੇਲੀਆ ਵਾਲੇ ਬੈਟਰ ਜਾਣਦੇ ਹੁਣ, ਆਸਟ੍ਰੇਲੀਆ 'ਚ ਵੀ ਗੌਰਮੈਂਟਾਂ ਨੇ ਇਹੋ ਜਿਹੀ ਹਾਲ ਕੀਤਾ ਆ ਜਿੱਦਾਂ ਆਸਟ੍ਰੇਲੀਆ ਅਮਰੀਕਾ 'ਚ ਹਾਲ ਕੀਤਾ ਉਹਨਾਂ ਦਾ, ਇੱਦਾਂ ਹੀ ਕਨੇਡਾ 'ਚ ਕੀਤਾ ਨਹੀਂ। ਅਤੇ ਬਾਕੀ ਹਰਪ੍ਰੀਤ ਹੇਅਰ, ਹਾਂਜੀ ਅਤੇ ਹਾਂਜੀ ਹਾਂਜੀ, ਅਤੇ ਸ਼ੇਅਰ ਕਰ ਦਿਓ ਵੀਡੀਓ ਵੱਧੋ ਵੱਧ। ਅਮਿਤਾਭ ਬੱਚਨ ਦੇ ਬਾਰੇ ਕੌਣ ਕੌਣ ਜਾਣਨਾ ਚਾਹੁੰਦਾ? ਅਮਿਤਾਭ ਬੱਚਨ ਨੇ ਇੱਕ ਫਿਲਮ ਵੀ ਕੀਤੀ ਸੀ ਮੇਹਰ ਮਿੱਤਲ ਜੀ ਨਾਲ, ਮੇਹਰ ਮਿੱਤਰ ਕਹਿੰਦੇ ਹੁੰਦੇ ਛੋਟੇ ਹੁੰਦੇ ਆਪਾਂ, ਪੰਜਾਬੀ ਫਿਲਮ ਵੀ ਇੱਕ ਕੀਤੀ ਸੀ ਅਮਿਤਾਭ ਬੱਚਨ ਨੇ, ਅਤੇ ਉਹਦੇ ਬਾਰੇ ਥੋੜ੍ਹੇ ਬਹੁਤੇ ਫੈਕਟ ਸ਼ੇਅਰ ਕਰਦਾ। ਅਤੇ ਕੀ ਗੱਲ ਆ, ਕਮੈਂਟ ਫੁੱਲ ਸਪੋਰਟ ਬਰੋ, ਆ ਜਾਓ ਨਿਊਜ਼ੀਲੈਂਡ, ਸਨਪ੍ਰੀਤ ਸਿੰਘ ਢਿੱਲੋਂ, ਆਵਾਂਗੇ ਭਾਜੀ, ਆਵਾਂਗੇ ਨਿਊਜ਼ੀਲੈਂਡ ਇਨਸ਼ਾਅੱਲਾ, ਇੱਕ ਦਿਨ ਨਿਊਜ਼ੀਲੈਂਡ ਵੀ ਗੇੜਾ ਮਾਰਾਂਗੇ, ਕੋਈ ਚੱਕਰ ਨਹੀਂ, ਜ਼ਿੰਦਗੀ ਜੇ ਰਹੀ ਤਾਂ। ਬਾਹਰ ਮੀਂਹ ਪਈ ਜਾਂਦਾ ਆ, ਅਤੇ
ਪਿੱਛੇ ਹੀਰੋ ਬੰਦਾ ਕਮਲ ਅਤਰੀ। ਅੱਛਾ, ਮੋਹਰੇ ਕਿਹੜਾ ਮਰੀਸ਼ ਪੁਰੀ ਆ, ਮੋਹਰੇ ਵੀ ਹੀਰੋ ਹੀ ਆ, ਇੱਦਾਂ ਕੀ ਚੱਲ ਕਿ ਨਹੀਂ। ਉਸਤਾਦ ਆਪਣਾ 7 ਨੰਬਰ ਤੇ ਹੋਰ। ਹਾਂਜੀ, ਇੱਕ ਨਵੀਂ ਸਟੱਡੀ ਆਈ ਹੈ ਜੀ, ਦੁਨੀਆ 'ਚ ਜਿਹੜੇ ਬਿਲੀਅਨ ਡਾਲਰਾਂ ਵਾਲੇ ਬੰਦੇ ਆ, ਬਿਲੇਨੀਅਰ ਜਿਹਨਾਂ ਨੂੰ ਕਹਿੰਦੇ ਹੁੰਦੇ ਆ, ਮਿਲੀਅਨ ਬਿਲੀਅਨ ਡਾਲਰ ਜਾਂ ਰੁਪਈਆਂ ਵਾਲੇ, ਬਿਲੀਅਨ ਡਾਲਰਾਂ 'ਚ ਹੀ ਚੱਲਦਾ ਅੱਜ ਕੱਲ੍ਹ ਸਾਰਾ ਕੁਛ। ਭਈ ਤੇਲ ਦੀ ਮਾਰਕੀਟ ਵੀ ਕਾਹਦੇ ਡਾਲਰਾਂ 'ਚ ਆ, ਉਹ ਵੀ ਕਿਸੇ ਦਿਨ ਸ਼ੇਅਰ ਕਰਾਂਗਾ। ਰਿਪੋਰਟ ਆਈ ਆ ਨਵੀਂ ਕੱਲ੍ਹ ਪਰਸੋਂ, ਸ਼ਾਇਦ ਤੁਸੀਂ ਪੜ੍ਹੀ ਹੋਊ ਜਾਂ ਨਹੀਂ, ਚਲੋ ਮੈਂ ਦੱਸ ਦਿੰਦਾ ਮੈਂ ਕਿਹੜੇ ਕੰਮ ਨੂੰ ਆ। ਦੁਨੀਆ 'ਚ ਬਿਲੀਅਨ ਡਾਲਰਾਂ ਵਾਲੇ ਜਿਹੜੇ ਬੰਦੇ ਆ, ਸਭ ਤੋਂ ਪਹਿਲੇ ਨੰਬਰ 'ਤੇ ਹੈਗਾ ਅਮਰੀਕਾ, 585 ਬੰਦੇ ਆ ਉਹਨਾਂ ਕੋਲ ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਆ। ਦੂਜੇ ਨੰਬਰ 'ਤੇ ਆਉਂਦਾ ਜੀ ਚਾਈਨਾ, ਅਤੇ ਤੀਜੇ ਨੰਬਰ 'ਤੇ ਆਉਂਦਾ ਜੀ ਜਰਮਨੀ, ਅਤੇ ਚੌਥੇ ਨੰਬਰ 'ਤੇ ਟੈੜਾ ਉਹੀ ਚੌਥੇ ਨੰਬਰ 'ਤੇ ਆਉਂਦਾ ਦੁਨੀਆ 'ਚ ਸਭ ਤੋਂ ਜ਼ਿਆਦਾ ਬਿਲੀਅਨ ਡਾਲਰਾਂ ਵਾਲੇ ਬੰਦਿਆਂ 'ਚ। ਪਹਿਲੇ ਨੰਬਰ 'ਤੇ ਅਮਰੀਕਾ, ਦੂਜੇ ਨੰਬਰ 'ਤੇ ਚਾਈਨਾ, ਤੀਜੇ ਨੰਬਰ 'ਤੇ ਜਰਮਨ, ਚੌਥੇ ਨੰਬਰ 'ਤੇ ਮੇਰਾ ਭਾਰਤ ਦੇਸ਼ ਮਹਾਨ। ਇੰਡੀਆ ਦੇ ਵਿੱਚ ਪੂਰੇ ਵਰਲਡ ਦੀਆਂ ਮਤਲਬ 200 ਤੋਂ ਕਿੰਨੀਆਂ ਕੰਟਰੀਆਂ ਆ, ਚੌਥੇ ਨੰਬਰ 'ਤੇ ਆ ਵਰਲਡ ਵਾਈਡ ਇੰਡੀਆ, ਜਿੱਥੇ ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਵਾਲੇ ਬੰਦੇ ਆ। ਆਪ ਹਿਸਾਬ ਲਾ ਲਓ, 100 ਜਰਮਨ 'ਚ ਹੈਗੇ 123 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਵਾਲੇ ਬੰਦੇ, ਅਤੇ ਇੰਡੀਆ ਦੇ ਵਿੱਚ ਹੈਗੇ 119, ਅਤੇ ਅਮੈਰੀਕਾ 'ਚ ਹੈਗੇ 585। ਅਮੈਰੀਕਾ ਤਾਂ ਚਲੋ ਹੈਗਾ ਹੀ ਅਮੀਰ ਆ, ਅਤੇ ਇੰਡੀਆ ਦੇਖ ਲਓ ਵਰਲਡ ਵਾਈਡ ਚੌਥੇ ਨੰਬਰ 'ਤੇ ਜੀ 'ਚ ਬਿਲੀਅਨ ਡਾਲਰ ਵਾਲੇ ਬੰਦੇ ਆ। ਸੱਚੀ ਯਾਰ, ਇੰਡੀਆ 'ਚ ਪੈਸਾ ਬੜਾ ਲੋਕਾਂ ਕੋਲ, ਜਿਹਨਾਂ ਕੋਲ ਹੈਗਾ ਕਿ ਨਹੀਂ। ਅਤੇ ਬਾਕੀ ਗ੍ਰੀਸ ਤੋਂ ਕਨੇਡਾ ਕਿਵੇਂ ਜਾਣਾ ਲਖਵਿੰਦਰ ਸਿੰਘ? ਲਖਵਿੰਦਰ ਸਿੰਘ ਭਾਜੀ, ਗ੍ਰੀਸ ਤੋਂ ਕਨੇਡਾ ਕਿਵੇਂ ਜਾਣਾ ਯਾਰ? ਵਰਕ ਪਰਮਿਟ 'ਤੇ ਬਥੇਰੇ ਆਈ ਜਾਂਦੇ ਆ, ਤੁਹਾਨੂੰ ਦੱਸ ਕੇ ਤੁਹਾਡਿਆਂ 350,000 ਨਵਾਂ ਬੰਦਾ ਆਉਣਾ। ਅਤੇ ਭਰਾਵਾ ਮੈਨੂੰ ਇਹ ਨਾ ਪੁੱਛਿਆ ਕਰੋ ਭਾਜੀ, ਕੋਈ ਏਜੰਟ ਦੱਸੋ, ਕੋਈ ਵਕੀਲ ਦੱਸੋ ਕਨੇਡਾ ਦਾ, ਮਤਲਬ ਨਾ ਇੱਦਾਂ ਦਾ ਆਪਾਂ, ਮਤਲਬ ਮੈਨੂੰ ਨਾ ਸਾਲ ਤੋਂ ਵੱਧ ਹੋ ਚੱਲਾ ਵੀਡੀਓ ਪਾਉਣ ਦੇ ਨੂੰ, ਇੱਕ ਵੀ ਬੰਦਾ ਮੈਨੂੰ ਕਹਿ ਦੇਵੇ ਮੂਹਰੇ ਆ ਗਏ ਜਾਂ ਵੀਡੀਓ ਪਾ ਕੇ, ਭਈ ਹਿੰਦੀ ਨੇ ਨਾ ਸਾਨੂੰ ਆਹ ਬੰਦਾ ਦੱਸਿਆ ਨੇ, ਸਾਡੇ ਪੈਸੇ ਖਾ ਲਏ, ਜਾਂ ਹਿੰਦੀ ਨੇ ਸਾਡੇ ਤੋਂ ਪੰਜੀ ਵੀ ਲਈ ਹੈ ਨਾ ਇਸ ਗੱਲ ਲਈ, ਭਈ ਅੱਜ ਤੱਕ ਇਹ ਇਲਜ਼ਾਮ ਤਾਂ ਲੱਗਾ ਨਹੀਂ, ਇਨ ਫਿਊਚਰ ਦੇਖੀ ਜਾਊਗੀ ਨਹੀਂ। ਹਿੰਦੀ ਮਹਾਨ ਆ, ਇੱਦਾਂ ਕਹੀ ਜਾਵੇ ਰਮਨ ਬੁੱਟਰ। ਅੱਛਾ ਜੀ, ਇੱਦਾਂ ਕਹਦੇ ਕਹੀ ਜਾਵੇ, ਹੈਗਾ ਹੀ ਹੈ ਕਿ ਨਹੀਂ। ਅਤੇ ਹੈਰੀ ਧਾਲੀਵਾਲ ਕਿੱਦਾਂ ਬੋਸ, ਕਿੱਦਾਂ ਹੈਰੀ ਧਾਲੀਵਾਲ? ਕੈਮਰਾ ਕੁਮਰਾ ਕਰ ਰੱਖੋ ਅਸੀਂ ਸੈੱਟ ਸੁੱਟ, ਅਤੇ ਕਾਹਦੇ ਬਾਰੇ ਗੱਲਬਾਤ ਕਰੀਏ? ਵਿਹਲੇ ਹੀ ਆ, ਦੱਸੋ ਕਾਹਦੇ ਬਾਰੇ ਗੱਲਾਂ ਛੇੜੀਏ, ਕਾਹਦੇ ਬਾਰੇ ਛੇੜੀਏ ਯਾਰ ਗੱਲਾਂ ਬਾਤਾਂ, ਕੋਈ ਆਮ ਤਰ੍ਹਾਂ ਦੀਆਂ, ਖਾਸ ਤਰ੍ਹਾਂ ਦੀਆਂ। ਆਪਣਾ ਨੰਬਰ ਸੈਂਡ ਕਰ ਦਿਓ ਗੁਰਜੋਤ ਸੁਖਲ ਭਾਜੀ, ਨੰਬਰ ਮੇਰਾ ਹੈਗਾ 236-777, ਅਤੇ ਵਿੱਚ 2-3 7 ਹੋਰ ਜੋੜ ਦਿਓ, 7 ਹੀ 7 ਆ ਨੰਬਰ 'ਚ। ਅਤੇ ਭਰਾਵੋ ਨੰਬਰ ਤਾਂ ਮੈਂ ਦੇ ਦੇਵਾਂ, ਸਾਰਿਆਂ ਨੂੰ ਦੇ ਦੇਵਾਂ, ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਕਈ ਕਹਿੰਦੇ ਰਹਿੰਦੇ ਭਾਜੀ ਸਾਡਾ ਨਾਂ ਬੋਲਦੇ, ਪਤਾ ਕੀ ਚੱਕਰ ਆ, ਨੰਬਰ ਸਾਰਿਆਂ ਨੂੰ ਨਹੀਂ ਦਿੰਦਾ ਪਈ ਨਾ, ਟਾਈਮ ਦਾ ਮਤਲਬ ਨਾ, ਜਿਹੜਾ ਟਾਈਮ ਹਰ ਇੱਕ ਜਗ੍ਹਾ ਵੱਖਰਾ ਵੱਖਰਾ ਟਾਈਮ ਜ਼ੋਨ ਆ ਨਾ, ਭਈ ਕਈ ਬੰਦੇ ਦੇਖਦੇ ਨਹੀਂ ਭਰਾਵੋ, ਵੀ ਮਤਲਬ ਦਿਹਾੜੀ ਲਾ ਕੇ ਬੰਦੇ ਦੀ ਬੱਸ ਹੋਈ, ਉਹਦੀ ਸੁੱਤਾ ਹੁੰਦਾ, ਦੇ ਫੋਨ 'ਤੇ ਫੋਨ, ਦੇ ਫੋਨ 'ਤੇ ਫੋਨ, ਫਿਰ ਕਹਿੰਦੇ ਭਾਈ ਤੂੰ ਬਿਜ਼ੀ ਹੋ ਗਿਆ, ਤੂੰ ਸਟਾਰ ਹੋ ਗਿਆ, ਤੂੰ ਫੋਨ ਨਹੀਂ ਚੱਕਦਾ। ਅਤੇ ਰੱਟਣ ਕਈਆਂ ਵੀਡੀਓ 'ਚ ਦਿਖਾਇਆ, ਹੁਣ ਫਿਰ ਦੇਖ ਲਓ, ਇਹ ਨਹੀਂ ਜਾਣੇ ਕਦੀ ਵੀ ਹੱਥਾਂ 'ਚ ਰੱਟਣ ਪਿਓ ਦਿਹਾੜੀਆਂ ਲਾ ਲਾ ਕੇ, ਨਹੀਂ ਟਾਈਮ ਹੁੰਦਾ ਯਾਰ, ਭਈ ਕਈ ਬੰਦੇ ਦੇਖਦੇ ਨਹੀਂ ਵੀ ਟਾਈਮ ਕੀ ਆ ਉੱਥੇ ਨਾ, ਵੀ ਹੁਣ ਮਤਲਬ ਸਰੀ 'ਚ ਰਾਤ ਆ ਤੁਹਾਡੇ ਦਿਨ ਆ ਇੰਡੀਆ 'ਚ, ਨੰਬਰ ਜਿਵੇਂ ਹੁਣ ਇੱਥੇ ਬੋਲ ਦਵਾਂ ਵੀਡੀਓ 'ਚ, ਫੋਨ ਹੀ ਬੜੇ ਆਉਂਦੇ, ਕੀ ਕਰੀਏ ਕਿ ਨਹੀਂ। ਅਤੇ ਇਹ ਹਿਸਾਬ ਕਿਤਾਬ ਆ, ਹਿੰਦੀ ਦਿਹਾੜੀ ਛੱਡ ਆ, ਏਜੰਟ ਬਣ ਜਾ, ਏਜੰਟ ਹੀ ਭਰਾਵਾ ਆਪਣੇ ਖੂਨ 'ਚ ਹੈ ਨਹੀਂ। ਅਤੇ ਕਾਹਦੇ ਬਾਰੇ ਗੱਲ ਕਰੀਏ ਯਾਰ, ਗੱਲ ਕਾਹਦੇ ਬਾਰੇ ਕਰੀਏ, ਗੱਲ ਹਾਂਜੀ ਗੱਲ ਕਰਦੇ ਹਾਂ, ਕਾਹਦੇ ਬਾਰੇ ਕਰੀਏ ਦੱਸੋ ਵੇ ਤੁਸੀਂ, ਉਹਦੇ ਬਾਰੇ ਕਰ ਲੈਂਦੇ ਹਾਂ। ਅਤੇ ਏਰੀਆ 51 ਬਾਰੇ ਕਰੀਏ, ਬਰਮੂਡਾ ਟ੍ਰੈਂਗਲ ਬਾਰੇ ਕਰੀਏ, ਜਾਂ ਫਿਰ ਮੈਂ ਇੱਕ ਪੜ੍ਹਨ ਡਿਆ ਸੀ ਅੱਗੇ ਵੀ, ਮੈਂ ਸ਼ੇਅਰ ਕੀਤੀ ਮੁਰਾਰਜੀ ਦਸਾਈ ਬਾਰੇ ਤੁਹਾਨੂੰ ਦੱਸੂੰਗਾ, ਜਿਨ੍ਹਾਂ ਨੇ ਭਈ ਚਲੋ ਬਾਅਦ 'ਚ ਦੱਸਦਾ। ਹੈਲੋਵੀਨ ਬਾਰੇ ਦੱਸਦੇ,
ਲਵੀ ਮੰਨਿਆ ਨਹੀਂ ਹੈਲੋਵੀਨ ਬਾਰੇ ਭਾਜੀ, ਹੈਲੋਵੀਨ ਲੰਘ ਕੇ ਹਟਿਆ, ਇਹਦਾ ਬਸ ਬਿਜ਼ਨਸ ਹੀ ਬਣ ਗਿਆ ਹੁਣ ਸਾਰਾ ਕੁਛ। ਮਤਲਬ ਇਹਦਾ ਪਾਸਟ ਕੀ ਸੀ, ਮੈਂ ਵੀਡੀਓ ਕਰ ਦੂੰ 2-3 ਮਿੰਟ ਦੀ, ਅਤੇ ਫਿਰ ਇੱਕ ਵਾਰ ਫਿਰ ਬੋਲ ਦਵਾਂ ਭਾਜੀ। ਲੰਡਨ ਸ਼ਹਿਰ ਆ ਅੰਟਾਰੀਓ ਦੇ ਵਿੱਚ, ਉੱਥੇ ਤੁਸੀਂ ਘਰ ਲੈ ਸਕਦੇ ਆ, ਭਾਵੇਂ ਤੁਸੀਂ ਇੰਡੀਆ 'ਚ ਆ। ਹੁਣ ਇੰਡੀਆ 'ਚ ਮਤਲਬ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿ ਸਕਦੇ ਆ, ਭਾਵੇਂ ਉਹ ਬ੍ਰਿਟਿਸ਼ ਕੋਲੰਬੀਆ 'ਚ ਆ, ਭਾਵੇਂ ਕਿਸੇ ਹੋਰ ਪ੍ਰੋਵਿੰਸ 'ਚ ਆ। ਮਤਲਬ ਨਾ ਹੁਣ ਤੁਸੀਂ ਕਹਿਣਾ ਯਾਰ ਭਾਈ ਆਪਾਂ ਮਤਲਬ ਬ੍ਰਿਟਿਸ਼ ਕੋਲੰਬੀਆ 'ਚ ਆ, ਸਾਨੂੰ ਅੰਟਾਰੀਓ ਲੰਡਨ 'ਚ ਘਰ ਲੈਣ ਦਾ ਕੀ ਫਾਇਦਾ, ਜਾਂ ਆਪਾਂ ਇੰਡੀਆ 'ਚ ਆ, ਸਾਨੂੰ ਕੀ ਲੋੜ ਹੈ ਇਹਦੀ ਅੰਟਾਰੀਓ ਲੰਡਨ ਵਾਲੀ ਮਸ਼ਹੂਰੀ ਸੁਣਨ ਦੀ। ਉਹਦਾ ਵੀ ਤੁਹਾਨੂੰ ਫੈਕਟ ਦੱਸਦਾ, ਹੀਥਰੋ ਏਅਰਪੋਰਟ ਹੈਗਾ ਨਾ ਲੰਡਨ ਦਾ, ਸਾਰਿਆਂ ਨੂੰ ਪਤਾ ਹੀ ਹੋਣਾ ਲੰਡਨ ਦਾ ਹੀਥਰੋ ਏਅਰਪੋਰਟ। ਉਹ ਇੰਗਲੈਂਡ ਦੀ ਮਹਾਰਾਣੀ ਦਾ ਤਾਂ ਹੈ ਨਹੀਂ, ਕਿਹਦਾ ਆ ਉਹ, ਕਿਹਦਾ, ਚਲੋ ਦੱਸਦਾ ਮੈਂ ਤੁਹਾਨੂੰ। ਜਿਹੜਾ ਹੀਥਰੋ ਏਅਰਪੋਰਟ ਆ ਉਹ ਦੋਹਾ ਕਤਰ ਵਾਲਿਆਂ ਦਾ, ਕਤਰ ਦਾ ਆ ਹੀਥਰੋ ਏਅਰਪੋਰਟ। ਜੇ ਤੁਹਾਨੂੰ ਪਤਾ ਜਾਂ ਨਹੀਂ ਪਤਾ ਆਪਾਂ ਦੱਸ ਦਿੰਦੇ, ਆਪਾਂ ਕਾਹਦੇ ਲਈ ਬੈਠੇ ਹਾਂ ਨਾ। ਜਿਹੜਾ ਹੀਥਰੋ ਏਅਰਪੋਰਟ ਆ ਉਹ ਦੋਹਾ ਕਤਰ ਵਾਲਿਆਂ ਦਾ ਆ। ਇਸ ਤਰ੍ਹਾਂ ਤੁਸੀਂ ਮਤਲਬ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਜਾਂ ਕੈਨੇਡਾ ਦੇ ਕਿਸੇ ਵੀ ਹਿੱਸੇ 'ਚ ਬੈਠੇ, ਭਾਵੇਂ ਅਮਰੀਕਾ 'ਚ ਬੈਠੇ, ਤੁਸੀਂ ਉੱਥੇ ਲੰਡਨ ਅੰਟਾਰੀਓ 'ਚ ਇਨਵੈਸਟਮੈਂਟ ਕਰਕੇ ਪੈਸੇ ਲਾ ਕੇ 4-65 ਲਾ ਕੇ ਸਾਲ 2 ਸਾਲ ਤੱਕ 7 ਲੱਖ ਦਾ ਉਹੀ ਘਰ ਵੇਚ ਸਕਦੇ ਆ। ਕਹਿਣ ਦਾ ਮਤਲਬ ਭਾਈ, ਭਾਜੀ ਹੁਣੀ ਗਰੰਟੀ ਦਿੰਦੇ ਆ ਵੀ ਸਾਲ 1.5 ਸਾਲ ਤੱਕ $1,00,000 ਤੁਸੀਂ ਉੱਚੋ ਕਮਾ ਸਕਦੇ ਆ। ਕਿਉਂਕਿ ਹੁਣ ਜਿੱਦਾਂ ਮੈਂ ਐਗਜ਼ਾਮਪਲ ਦਿੰਦਾ, ਉਹਨਾਂ ਸਰੀ 'ਚ ਮਹੀਨੇ ਦਾ ਮਤਲਬ 1,000 ਤੋਂ ਵੱਧ ਬੰਦਾ ਨਵਾਂ ਆਉਂਦਾ। ਇੱਦਾਂ ਹੀ ਟੋਰਾਂਟੋ ਬਰੈਂਪਟਨ ਏਰੀਏ 'ਚ ਬਹੁਤ ਨਵੇਂ ਬੰਦੇ ਆਉਂਦੇ ਆ, ਉੱਥੇ ਲੰਡਨ ਸ਼ਹਿਰ ਹੈ ਉਹ ਵਸਣ ਡਿਆ ਆ, ਅਤੇ ਮਤਲਬ ਬਸ ਉਹਦੀ ਵਧੀ ਜਾ ਰਹੀ ਹੈ, ਅਤੇ ਇੱਦਾਂ ਹੀ ਰੇਟ ਵਧੀ ਜਾਣੇ ਜ਼ਮੀਨਾਂ ਦੇ, ਅਤੇ ਇਸ ਵੇਲੇ 4-65 'ਚ ਉਹ ਤੁਹਾਨੂੰ ਦੇਣ ਡਏ ਆ। ਹੋਰ ਜਿਹੜੇ ਰਿਐਲਟਰ ਆ ਉਹ 4.99 'ਚ ਦੇਣ ਡਏ, ਅਤੇ ਨਾਪਰੀ ਸਰਾਓ ਭਾਜੀ ਹੁਣੀ 4.65 'ਚ ਤੁਹਾਨੂੰ ਪੇਸ਼ਕਸ਼ ਕਰਦੇ ਆ, ਅਤੇ ਉਹਨਾਂ ਦਾ ਕੋਂਟੈਕਟ ਨੰਬਰ ਮੈਂ ਪਿਛਲੀ ਵੀਡੀਓ 'ਚ ਵੀ ਦਿੱਤਾ, 'ਚ ਵੀ ਦੇ ਦੂੰ, ਅਤੇ ਉਹਨਾਂ ਨਾਲ ਸੰਪਰਕ ਕਰੋ, ਅਤੇ ਸਾਲ ਕੁ ਤੱਕ ਤੁਸੀਂ $1,00,000 ਦੀ ਇਨਕਮ ਕਰ ਸਕਦੇ। ਮੇਰੇ ਕੋਲ ਯਾਰ ਜੇ ਇੰਨਾ ਹੁੰਦਾ ਮੈਂ ਤਾਂ ਕਰ ਲੈਣਾ ਸੀ, ਸੱਚੀ ਦੱਸਾਂ, ਪਰ ਇੰਨਾ ਹੈ ਨਹੀਂ। ਅਤੇ ਬਾਕੀ ਬਾਈ ਜੀ ਹੋ ਗਈ ਨੋਰਮਲ ਗੱਲ ਆ, ਕਿਹੜੀ ਨੋਰਮਲ ਗੱਲ ਆ ਭਰਾਵਾ, ਅਤੇ ਹੋਰ ਦੱਸ ਮਨੀ ਧਾਮੀ ਕਿਵੇਂ, ਬਾਈ ਕੁਲਦੀਪ ਰਾਠੌਰ ਕਿਵੇਂ, ਕੀ ਭਾਅ ਜੀ ਕੀ ਪੁੱਛਿਆ, ਅਤੇ ਬੜੇ ਦਿਨਾਂ ਬਾਅਦ ਲਾਈਵ ਆ, ਸੰਗ ਜੀ ਲੱਗੀ ਜਾਂਦੀ, ਬਾਹਰ ਮੀਂਹ ਬਹੁਤ ਪੈਣ ਡਿਆ। ਅਮਿਤਾਬ ਬੱਚਨ ਬਾਰੇ ਦੱਸ, ਹਾਂਜੀ ਅਮਿਤਾਬ ਬੱਚਨ ਬਾਰੇ, ਅਮਿਤਾਬ ਬੱਚਨ ਇੱਕ ਮਿੰਟ ਡਾਇਲੋਗ ਮਾਰ ਕੇ ਦੱਸੂ, ਸ਼ੇਅਰ ਕਰੋ ਪਹਿਲਾਂ ਫੇਰ ਦੱਸੂ। ਹਾਂਜੀ ਅਮਿਤਾਬ ਬੱਚਨ ਲੰਬੂ, ਜਿਹਨੂੰ ਆਪਾਂ ਲੰਬੂ ਕਹਿੰਦੇ ਹੁੰਦੇ ਹਾਂ, ਲੰਬੂ, ਲੰਬੂ ਦਾ ਜਨਮ ਬੀਬੀ ਜਗੀਰ ਕੌਰ, ਉਹ ਜਗੀਰ ਕੌਰ ਕਿੱਥੋਂ ਆਈ ਸਾਲਿਆ, ਉਹ ਸੋਰੀ ਜਗੀਰ ਕੌਰ ਜੀ ਤੁਸੀਂ ਤਾਂ ਸਿਰੋਂ ਚੁੰਨੀ ਨਹੀਂ ਲੈਣ ਦਿੱਤੀ, ਸੋਰੀ 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 ਸੋਰੀ। ਹਾਂਜੀ ਅਮਿਤਾਬ ਬੱਚਨ ਦਾ ਜਨਮ ਹਰਵੰਸ਼ ਰਾਏ ਬੱਚਨ, ਜਿਨ੍ਹਾਂ ਨੇ ਆਪਣਾ ਦੂਜਾ ਵਿਆਹ ਤੇਜਵੰਤ ਕੌਰ ਸਪੁੱਤਰੀ ਸਰਦਾਰ ਖਜਾਨ ਸਿੰਘ, ਸਰਦਾਰ ਖਜਾਨ ਸਿੰਘ ਜੋ ਕਿ ਮਹਾਰਾਜਾ ਪਟਿਆਲਾ ਦੀ ਸਿਆਸਤ ਵਿੱਚ ਕੀ ਕਰਦੇ ਹੁੰਦੇ ਸੀਗੇ ਦੱਸ ਦਾਂਗੇ, ਇੰਨੀ ਕਾਹਦੀ ਗਾਲੀ ਆ, ਫਿਰ ਤੁਸੀਂ ਵੀਡੀਓ ਨਹੀਂ ਦੇਖਣੀ ਵੀ ਅਮਿਤਾਬ ਬੱਚਨ ਦਾ ਲਿੰਕ ਮਹਾਰਾਜਾ ਪਟਿਆਲਾ ਦੀ ਸਿਆਸਤ ਨਾਲ ਮਿਲਦਾ, ਉਹ ਕਿੱਦਾਂ ਹੋਏ, ਬਸ ਸਸਪੈਂਸ ਪਾਈ ਰੱਖੋ ਫਿਰ ਦੱਸ ਦਾਂਗੇ। ਹਾਂਜੀ ਅਤੇ ਖਜਾਨ ਸਿੰਘ ਦੀ ਪੁੱਤਰੀ ਸੀ ਬੀਬੀ ਤੇਜਵੰਤ ਕੌਰ, ਜੋ ਕਿ ਇਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਹਰਵੰਸ਼ ਰਾਏ ਬੱਚਨ ਨਾਲ ਉਹਨਾਂ ਦਾ ਪਿਆਰ ਪੈ ਗਿਆ ਸੀ, ਅਤੇ ਹਰਵੰਸ਼ ਰਾਏ ਬੱਚਨ ਦਾ ਦੂਜਾ ਵਿਆਹ ਸੀ ਬੀਬੀ ਤੇਜਵੰਤ ਕੌਰ ਉਸ ਤੇਜੀ ਬੱਚਨ ਜੀ ਨਾਲ। ਇਹਨਾਂ ਦੇ 2 ਮੁੰਡੇ ਹੋਏ, ਅਮਿਤਾਬ ਬੱਚਨ ਅਤੇ ਅਵਿਤਾਜ ਬੱਚਨ, ਅਤੇ ਅਮਿਤਾਬ ਬੱਚਨ ਦੀਆਂ 20 ਫਿਲਮਾਂ 'ਚ ਨਾਂ ਵਿਜੇ ਸੀਗਾ, ਅਤੇ ਜਿੱਦਾਂ ਸ਼ਾਹਰੁਖ ਖਾਨ ਦੀਆਂ ਮੋਸਟਲੀ ਫਿਲਮਾਂ 'ਚ ਰਾਜ ਖਰੇ ਸੀ ਨਾ, ਅਤੇ ਅਮਿਤਾਬ ਬੱਚਨ ਦਾ ਵਿਜੇ ਨਾਂ ਹੁੰਦਾ ਸੀ ਮੋਸਟਲੀ ਫਿਲਮਾਂ 'ਚ। ਸ਼ੋਲੇ ਫਿਲਮ 'ਚ ਪਹਿਲਾਂ ਸ਼ਤਰੂਘਨ ਸਿਨਹਾ ਨੂੰ ਔਫਰ ਕੀਤੀ ਗਈ ਸੀ, ਅਤੇ ਸ਼ਤਰੂਘਨ ਸਿਨਹਾ ਕਹਿੰਦਾ ਉਹ ਭੱਜੋ ਸਾਲਿਓ, ਮੈਂ ਨਹੀਂ 2 ਹੀਰੋ ਵਾਲੀ ਫਿਲਮ ਕਰਦਾ, ਮੈਂ ਤਾਂ ਹੀਰੋ ਹਾਂ ਮਤਲਬ ਨਾ।
ਉਸ ਵੇਲੇ ਸ਼ਤਰੂਘਨ ਸਿਨਹਾ ਦੀ ਬਹੁਤ ਚੜ੍ਹਾਈ ਸੀ, ਉਹਨੇ ਸ਼ੋਲੇ ਫਿਲਮ ਕਰਨ ਤੋਂ ਨਾਂਹ ਕਰਤੀ ਸੀ। ਫਿਰ ਧਰਮਿੰਦਰ ਨੇ ਰੈਕਮੈਂਡ ਕੀਤਾ ਸੀ ਅਮਿਤਾਭ ਬੱਚਨ ਨੂੰ, ਅਤੇ ਅਮਿਤਾਭ ਬੱਚਨ ਨੂੰ ਸ਼ੋਲੇ ਫਿਲਮ ਮਿਲੀ ਸੀ ਕਿਉਂਕਿ ਸ਼ਤਰੂਘਨ ਸਿਨਹਾ ਨੇ ਫਿਲਮ ਨਹੀਂ ਸੀ ਕੀਤੀ। ਅਤੇ ਉਹ ਫਿਲਮ ਅਮਿਤਾਭ ਬੱਚਨ ਦੀ ਜ਼ਿੰਦਗੀ ਬਦਲਤੀ ਲਾ ਲਓ ਜਾਂ ਤਕਦੀਰ ਬਦਲਤੀ ਲਾ ਲਓ ਨਾ। ਅਮਿਤਾਭ ਬੱਚਨ ਨੂੰ ਆਪਣੀ ਆਵਾਜ਼ ਕਰਕੇ ਆਲ ਇੰਡੀਆ ਰੇਡੀਓ, ਜਿਹਨੂੰ ਏਅਰ ਵੀ ਕਹਿ ਦਿੰਦੇ ਆ, ਏਅਰ ਦੀ ਫੁੱਲ ਫੋਰਮ ਆਲ ਇੰਡੀਆ ਰੇਡੀਓ, ਅਤੇ ਉਹਦੇ 'ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਕਹਿੰਦੇ ਅਮਿਤਾਭ ਬੱਚਨ ਨੂੰ, ਕਹਿੰਦੇ ਤੇਰੀ ਆਵਾਜ਼ ਬਹੁਤ ਭੈੜੀ ਆ, ਅਤੇ ਜਿਹਦੀ ਆਵਾਜ਼ ਅੱਜ ਕੱਲ੍ਹ ਪਛਾਣ ਬਣ ਚੁੱਕੀ। ਕਹਿਣ ਦਾ ਮਤਲਬ ਕਦੇ ਵੀ ਹਿੰਮਤ ਨਾ ਹਾਰੋ ਨਾ, ਅਤੇ ਜਿੱਦਾਂ ਮੈਨੂੰ ਕਹਿੰਦੇ ਰਹਿੰਦੇ ਆ ਤੂੰ ਸਾਲਾ ਸੜਿਆ ਜਾ, ਕੀ ਪਤਾ ਕਦੀ ਮੈਂ ਵੀ ਮਾਡਲ ਬਣ ਜਾ ਇੱਦਾਂ ਹੀ। ਅਤੇ ਅਮਿਤਾਭ ਬੱਚਨ ਆਲ ਇੰਡੀਆ ਰੇਡੀਓ 'ਚ ਕੰਮ ਨਹੀਂ ਸੀ ਮਿਲਿਆ ਆਵਾਜ਼ ਕਰਕੇ, ਅਤੇ ਅਮਿਤਾਭ ਬੱਚਨ ਦੀਆਂ 20 ਫਿਲਮਾਂ 'ਚ ਵਿਜੇ ਨਾਂ ਸੀਗਾ। ਅਤੇ ਸਭ ਤੋਂ ਜ਼ਿਆਦਾ ਸੋਲੋ ਹਿੱਟ ਫਿਲਮਾਂ ਦਿੱਤੀਆਂ ਰਾਜੇਸ਼ ਖੰਨਾ ਨੇ, ਸੁਪਰ ਹਿੱਟ। ਸੋਲੋ ਮਤਲਬ ਇਕੱਲਾ ਹੀਰੋ ਸੀ ਜਿਹ 'ਚ, ਇਕੱਲਾ ਉਹੀ ਹੀਰੋ ਸੀ ਰਾਜੇਸ਼ ਖੰਨਾ, ਉਹਨੇ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦਿੱਤੀਆਂ। ਅਤੇ ਜਿਹੜੀਆਂ ਅਮਿਤਾਭ ਬੱਚਨ ਦੀਆਂ ਫਿਲਮਾਂ, ਸ਼ਾਇਦ ਤੁਸੀਂ ਕਦੀ ਨੋਟਿਸ ਕੀਤਾ ਕਿ ਨਹੀਂ, ਮੋਸਟਲੀ ਉਹ 'ਚ ਦੋ ਹੀਰੋ ਹੁੰਦੇ ਸੀ। ਕੀਤਾ ਕਦੀ ਨੋਟਿਸ ਕਿ ਨਹੀਂ, ਦੱਸੋ ਬਈ, ਅੱਜ ਜਨਤਾ ਜਵਾਬ ਦੇਗੀ ਨਹੀਂ। ਅਤੇ ਹੋਰ ਬਾਕੀ ਫੈਕਟ ਅਮਿਤਾਭ ਬੱਚਨ ਬਾਰੇ ਦੱਸਦਾ, ਲੋਕ ਸਭਾ ਦੀ ਸੀਟ ਇਹਨੇ ਕਿੱਦਾਂ ਲੜੀ ਸੀ, ਰਾਜੀਵ ਗਾਂਧੀ ਨਾਲ ਕਿੱਦਾਂ ਜਾ ਰਹੀ ਸੀ, ਜਦੋਂ ਸੋਨੀਆ ਗਾਂਧੀ ਪਹਿਲੀ ਵਾਰ ਇੰਡੀਆ ਆਈ ਸੀ ਅਤੇ ਉਹਨੂੰ ਕੌਣ ਲੈਣ ਗਿਆ ਸੀ ਏਅਰਪੋਰਟ ਤੋਂ, ਬਲਾ 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 ਬਲਾ। ਅਤੇ ਹਾਂਜੀ ਗੋਗੀ ਬਾਈ, ਦੱਸੋ ਕੱਲ੍ਹ ਨੂੰ ਦੀਵਾਲੀ ਦਾ ਮੇਲਾ ਜਤਿੰਦਰ ਕੱਲ੍ਹੋਂ ਸਰੀ 'ਚ? ਨਹੀਂ ਨਹੀਂ ਭਾਅ ਜੀ, ਰੈੱਡ ਐੱਫ ਐੱਮ ਵਾਲਿਆਂ ਨੇ ਕੈਂਸਲ ਕਰਤਾ, ਪਹਿਲਾਂ ਸੀਗਾ ਅਤੇ ਹੁਣ ਨਹੀਂ ਹੈਗਾ। ਸੋਲੋ ਬਾਰੇ PUBG ਤੋਂ ਪਤਾ, ਪਬਗ ਲਵੀ ਮੰਡਿਆਣੀ ਆ ਭਰਾਵਾ, ਸੱਚੀ ਦੱਸਾਂ PUBG ਕਿਹੜੀ ਗੇਮ ਆ, ਪਬਗ ਅਤੇ ਪਤਾ ਨਹੀਂ ਕਿਹੜੀ ਇੱਕ ਹੋਰ ਆ, ਮਤਲਬ ਨਾ ਇਹਨੇ ਤਾਂ ਬਾਈ ਧੁੱਕੀ ਮਿਲੀ ਪਈ ਵਰਲਡ ਵਾਈਡ ਨਾ, ਬਹੁਤ ਮਤਲਬ ਇਹਦਾ ਕੀ ਕਹਿੰਦੇ ਹੁੰਦੇ ਯਾਰ, ਉਹ ਵੀ ਹੋ ਕੇ ਹਟਿਆ ਡਬਈ ਦਾ, ਇੱਕ ਮੁੰਡਾ ਜਿੱਤਿਆ ਪਤਾ ਨਹੀਂ ਕਿੰਨੇ ਲੱਖ ਡਾਲਰ ਨਾਲ, ਇੱਕ ਇਹ ਅਤੇ ਇੱਕ ਟਿੱਕਟੋਕ, ਇਹਨੀ ਤਾਂ ਨਾ ਹਨੇਰੀ ਲਿਆਂਦੀ ਪਈ ਵਰਲਡ ਵਾਈਡ। ਟਾਈਮ ਹੀ ਹੁੰਦਾ ਹਰੇਕ ਚੀਜ਼ ਦਾ, ਕਦੀ ਪੋਕਮੈਨ ਸੀ ਕਦੀ ਕੁਛ ਸੀ, ਅਤੇ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਨਾ। ਅਤੇ ਹੌਲੀ ਹੌਲੀ ਇਹ ਵੀ ਲੋਪ ਹੋ ਜਾਣੀ, ਪਬਜੀ ਕਿਹੜੀ ਵੀ ਗੇਮ ਗੂਮ ਆ, ਅਤੇ ਟਿੱਕਟੋਕ ਦਾ ਵੀ ਭਾਂਡੇ ਵਿਕ ਜਾਣੇ ਆ, ਕੋਈ ਚੱਕਰੀ ਨਹੀਂ, ਟਾਈਮ ਹੁੰਦਾ ਹਰੇਕ ਚੀਜ਼ ਦਾ ਕਿ ਨਹੀਂ। ਅਤੇ ਕਿੱਦਾਂ ਹੋਰ ਬਾਈ, ਕਿਸੇ ਦਾ ਕਮੈਂਟ ਕਮੁੰਟ ਜੇ ਕੋਈ ਰਹਿ ਜਾਵੇ ਦੱਸ ਦਿਓ ਭਰਾਵੋ। ਜੋਵਨ ਕੰਬੋਜ ਕਿੱਦਾਂ, ਸੋਨੀ ਕਲਿਆਣ ਕੀ ਹਾਲ, ਉਸਤਾਦ ਕਿੱਥੋਂ ਲਵਾਇਆ ਸਰ 'ਚ, ਉਸ ਤਰ੍ਹਾਂ ਕਿੱਥੋਂ ਲਵਾਇਆ ਸਿਰ 'ਚ, ਉਸ ਤਰ੍ਹਾਂ ਭਾਅ ਜੀ ਲਵਾਇਆ ਜੀ 88-124 ਦੇ ਕੋਲ, ਬਾਲਮਾਰਟ ਦੇ ਕੋਲ, ਹੇਅਰ ਹਾਊਸ ਆ ਆਪਣਾ ਹਰਮਨ ਭਰਾ ਉਹਦੇ ਤੋਂ ਲਵਾਇਆ ਆ, ਉਸ ਤਰ੍ਹਾਂ ਤਾਂ ਨਹੀਂ ਮਸ਼ੀਨ ਆ ਭਰਾਵੋ। ਅਤੇ ਘਰਦੇ ਕਹਿੰਦੇ ਤੈਨੂੰ ਗੇਮ ਖਿੱਚਦੀ ਆ ਲਵੀ, ਹਾਂਜੀ ਹਾਂਜੀ। ਇੱਦਾਂ ਇੱਕ ਹੋਰ ਗੇਮ ਸੀ, ਕਿਹੜੀ ਸੀ ਯਾਰ, ਜਿਹਨਾਂ ਲੋਕ ਮਰਨ ਵੀ ਲੱਗ ਪਏ ਸੀਗੇ, ਰਸ਼ੀਆ ਦੇ ਬੰਦੇ ਨੇ ਕੀਤੀ ਸੀਗੀ, ਕਿਹੜੀ ਸੀ ਯਾਰ, ਥੋੜ੍ਹੇ ਜਿਹੇ ਮਹੀਨੇ ਕੁ ਪਹਿਲਾਂ ਹੀ ਸੀ, ਬਲੂ ਪਤਾ ਨਹੀਂ ਕਿਹੜੀ, ਉਹਨਾਂ ਬਈ ਜਦ ਤੱਕ ਬੰਦਾ ਸੂਸਾਈਡ ਨਹੀਂ ਕਰ ਲੈਂਦਾ ਸੀ ਉਦ ਤੱਕ ਉਹ ਗੇਮ ਪੂਰੀ ਨਹੀਂ ਸੀ ਹੁੰਦੀ ਨਾ, ਇੱਦਾਂ ਦੀਆਂ ਵੀ ਗੇਮਾਂ ਹੈਗੀਆਂ ਵਰਲਡ 'ਚ ਨਾ। ਅਤੇ ਆਪਾਂ ਤਾਂ ਲੁੱਡੋ ਅਤੇ ਸ਼ਤਰੰਜ ਖੇਡੀ ਦੀ ਆ, ਮਨਦੀਪ ਸਿੰਘ ਸਹੀ ਆ ਭਰਾਵਾ, ਆਪਾਂ ਤਾਂ ਆਪਣੇ ਮੁਕੱਦਰਾਂ ਨਾਲ ਹੀ ਖੇਡਣ ਡੇ ਹਾਂ, ਇੱਦਾਂ ਹੀ ਜਾ, ਮੈਂ ਨਹੀਂ ਕੋਈ ਗੇਮ ਗਾਮ ਖੇਡਦਾ ਅਤੇ ਨਾ ਇੰਨਾ ਟਾਈਮ ਹੁੰਦਾ ਕਿ ਨਹੀਂ, ਅਤੇ ਜ਼ਿੰਦਗੀ ਵਾਹਲੀ ਉਲਝੀ ਪਈ ਆ ਯਾਰ। ਅਤੇ ਰੋਨਾਲਡੋ ਜੱਟ, ਦੀਪ ਸਿੰਘ ਮਾਨ, ਰੋਨਾਲਡੋ ਜੱਟ ਤਾਂ ਨਹੀਂ ਗਾ, ਕ੍ਰਿਸਚੀਅਨ ਆ, ਇੱਦਾਂ ਹੀ ਜਾਵੇ। ਅਤੇ ਪਤਾ ਨਹੀਂ ਕੀ ਆ ਭਰਾਵੋ, ਜਦੋਂ ਗੋਲ ਕਰਦੇ ਐਂ ਕਰਦੇ ਹੁੰਦੇ ਆ, ਪਤਾ ਨਹੀਂ ਕੀ ਆ। ਕ੍ਰਿਸਚਨਾਂ 'ਚ ਵੀ ਕਈ ਤਰ੍ਹਾਂ ਦੇ ਆ, ਹੁਣ ਜਿੱਦਾਂ ਹਿਲੇਰੀ ਕਲਿੰਟਨ ਕਾਹਤੇ ਨਹੀਂ ਜਿੱਤੀ, ਉਹ ਹੋਰ ਹਿਸਾਬ ਦੀ ਕ੍ਰਿਸਚਨ ਆ, ਅਤੇ ਉਹ ਕਿਹੜੀ ਆ ਯਾਰ, ਇੱਥੇ ਉਹਨਾਂ ਦੀ ਚਰਚ ਵੀ ਆ ਉਸੇ ਕ੍ਰਿਸਚਨਾਂ ਦੀ। ਕ੍ਰਿਸਚਨਾਂ 'ਚ ਵੀ ਬੜੀਆਂ ਜਾਤਾਂ ਪਾਤਾਂ, ਆਪਾਂ ਕਹਿੰਦੇ ਰਹਿੰਦੇ ਹਾਂ ਨਾ ਗੋਰੇ ਜਾਤਾਂ ਪਾਤਾਂ ਨਹੀਂ ਮੰਨਦੇ, ਇਹਨਾਂ 'ਚ ਵੀ ਭਰਾਵੋ ਬਹੁਤ ਆ। ਅਤੇ
ਉਸਤਾਦ ਸਰਬੀਆ ਦਾ ਦੱਸ ਗੁਰੂ ਬਸਰਾ ਸਰਬੀਆ ਬਾਰੇ ਫੇਰ ਲਾਈਵ ਕਰਾ ਦਿੰਦੇ ਬੰਦਾ ਕੱਲ ਨੂੰ ਸਰਬੀਆ ਚ ਆਪਣਾ ਬੰਦਾ ਪਹੁੰਚ ਚੁੱਕਾ ਆ ਤੇ ਕੋਈ ਚੱਕਰ ਹੀ ਨਹੀਂ ਸਰਬੀਆ ਬਾਰੇ ਵੀ ਦੱਸ ਦਾਂਗੇ ਵੀਜ਼ਾ ਦੱਸਦੇ ਕੈਨੇਡਾ ਦਾ ਹਰਪ੍ਰੀਤ ਸਿੰਘ ਵੀਜ਼ਾ ਭਰਾਵੋ ਕੀ ਦੱਸੀਏ ਹੁਣ 100 ਵਾਰ ਤਾਂ ਮੈਂ ਦੱਸ ਚੁੱਕਾ ਫੇਰ ਉਹ ਗੱਲ ਰਿਪੀਟ ਕਰਨੀ ਚੰਗੀ ਨਹੀਂ ਲੱਗਦੀ ਕਿ ਨਹੀਂ ਤੇ ਹੋਰ ਐਲਨ ਮਸਕ ਆਪਣਾ ਉਸਤਾਦ ਟੇਸਲਾ ਵਾਲਾ ਸਪੇਸ ਐਕਸ ਕੰਪਨੀ ਉਹਨਾਂ ਦੀ ਜਿੱਡਾ ਆਪਣੇ ਇੰਡੀਆ ਵਾਲਿਆਂ ਨੇ ਸਟੈਚੂ ਬਣਾਇਆ ਨਾ ਸਰਦਾਰ ਪਟੇਲ ਦਾ 183 ਮੀਟਰ ਦਾ ਤੇ ਅਗਲਾ 130 ਮੀਟਰ ਦਾ 130 ਖਰੇ 113 ਆਈ ਥਿੰਕ 115 ਮੀਟਰ ਦਾ ਰਾਕਟ ਬਣਾ ਕੇ ਛੱਡਣ ਲੱਗਾ ਮਾਰਸ 'ਚ ਆਪਣੇ ਸਟੈਚੂ ਹੀ ਬਣਾਈ ਜਾਂਦੇ ਆ ਅਗਲੇ ਏਡਾ ਰਾਕਟ ਬਣਾ ਕੇ ਛੱਡਣ ਲੱਗੇ ਆ ਵੀ ਇਹ ਹਿਸਾਬ ਲਾ ਲਓ ਇੰਡੀਆ ਕਿੱਥੇ ਆ ਅਤੇ ਦੁਨੀਆ ਕਿੱਥੇ ਆ ਕਿ ਨਹੀਂ ਅਤੇ ਜਸਕੀਰਤ ਕਿੱਦਾਂ ਠੀਕ ਆ ਜੀ ਠੀਕ ਆ ਪੋਲੈਂਡ ਕਿੱਦਾਂ ਬਰੋ ਗੁਰਮੀਤ ਸਿੰਘ ਭਾਜੀ ਪੋਲੈਂਡ ਐਕਚੁਲੀ ਜਿਹੜੇ ਪੋਲੈਂਡ ਹੋਇਆ ਰੋਮਾਨੀਆ ਹੋਇਆ ਬੁਲਗਾਰੀਆ ਹੋਇਆ ਠੀਕ ਠਾਕ ਹੀ ਮੁਲਕ ਹੈ ਯੂਰਪ 'ਚ ਸਭ ਤੋਂ ਧੱਕੜ ਮੁਲਕ ਹੈਗਾ ਭਰਾਵੋ ਜਰਮਨੀ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਾਂ ਜਰਮਨ ਜਿੰਨਾ ਪੈਸਾ ਤਾਂ ਐਵੇਂ ਕਹਿ ਦੇਵਾਂ ਕੈਨੇਡਾ ਅਮਰੀਕਾ 'ਚ ਵੀ ਨਹੀਂ ਗਾ ਤੁਹਾਨੂੰ ਸਹੀ ਗੱਲ ਦੱਸਾਂ ਜਰਮਨ ਬਾਹਲਾ ਹੀ ਧੱਕੜ ਮੁਲਕ ਆ ਜਿਹੜਾ ਚਲ ਗਿਆ ਉੱਥੇ ਇੱਕ ਵਾਰ 7 ਪੁਸ਼ਤਾਂ ਤਰ ਜਾਂਦੀਆਂ ਅਤੇ ਬਾਕੀ ਮੁਲਕ ਤਾਂ ਹੋਰ ਵੀ ਵਰਲਡ ਵਾਈਡ ਬਥੇਰੇ ਆ ਅਤੇ ਬਾਈ ਲੰਬੂ ਨੇ ਸਿੱਖਾਂ ਬਾਰੇ ਕੀ ਕਿਹਾ ਸੀ ਹਰਪ੍ਰੀਤ ਦੇ ਭਾਜੀ ਲੰਬੂ ਨੇ ਸਿੱਖਾਂ ਬਾਰੇ ਕੀ ਕਿਹਾ ਸੀ ਤੁਹਾਨੂੰ ਪਤਾ ਹੀ ਆ ਕੁਛ ਕਹਿਣ ਦੀ ਤਾਂ ਲੋੜ ਹੈ ਨਹੀਂ ਕਿਉਂਕਿ ਉਹਦੇ ਨਿੱਜੀ ਸੰਬੰਧ ਇੰਦਰਾ ਗਾਂਧੀ ਨਾਲ ਜਾਂ ਰਾਜੀਵ ਗਾਂਧੀ ਨਾਲ ਬਹੁਤ ਜ਼ਿਆਦਾ ਗੂੜੇ ਸੀ ਜੋ ਰਾਜੀਵ ਗਾਂਧੀ ਨੇ ਕਿਹਾ ਉਹ ਲੰਬੂ ਨੇ ਕਿਹਾ ਤੁਹਾਨੂੰ ਪਤਾ ਹੀ ਆ ਉਹ ਦੱਸਣ ਦੀ ਤਾਂ ਕੋਈ ਲੋੜ ਹੀ ਨਹੀਂ ਕਿ ਨਹੀਂ ਮੈਂ ਕਿਹੜਾ ਲੰਬੂ ਤੋਂ ਪਰਛਣ ਛਕਿਆ ਕਿ ਨਹੀਂ ਅਤੇ ਪੁਰਤਗਾਲ ਤੋਂ ਕਿਵੇਂ ਅਪਲਾਈ ਹੋਊਗਾ ਭਾਜੀ ਪੁਰਤਗਾਲ ਤੋਂ ਕਿੱਦਾਂ ਯਾਰ ਵੈਬਸਾਈਟ ਦੱਸੀ ਤਾਂ ਹੈ ਕਈ ਵਾਰ ਐਕਚੁਲੀ ਪਤਾ ਕੀ ਚੱਕਰ ਆ ਹੁਣ ਮੇਨ ਗੱਲ ਮੈਂ ਦੱਸਦਾ ਕੀ ਚੱਕਰ ਆ ਨਾ ਓਕੇ ਚਲੋ ਮੰਨ ਲਓ ਤੁਸੀਂ ਯੂਰਪ 'ਚ ਆ ਜਿਹੜੇ ਮੈਨੂੰ ਸੁਣਨ ਡਿਆ ਮੋਸਟਲੀ ਯੂਰਪ 'ਚ ਮਤਲਬ ਅਰਬ ਦੇਸ਼ 'ਚ ਵੀ ਲਾ ਲਓ ਸਾਊਦੀ ਅਰਬ ਲਾ ਲਓ ਡਬਈ ਲਾ ਲਓ ਕਿਤੇ ਵੀ ਲਾ ਲਓ ਯੂਰਪ 'ਚ ਇਟਲੀ ਫਰਾਂਸ ਪੁਰਤਗਾਲ ਸਪੇਨ ਜਰਮਨ ਮਤਲਬ ਜਰਮਨ ਵਾਲੇ ਤਾਂ ਘੱਟੇ ਮੈਸੇਜ ਆਉਂਦੇ ਵੀ ਭਾਜੀ ਆਉਣਾ ਆਪਾਂ ਕੈਨੇਡਾ ਨੂੰ ਕਿਉਂਕਿ ਜਰਮਨ 'ਚ ਪੇਪਰ ਘੱਟ ਬਣਦੇ ਮਤਲਬ ਇਟਲੀ ਸਪੇਨ ਫਰਾਂਸ ਪੁਰਤਗਾਲ ਤੁਹਾਡੇ ਕੋਲ ਪੇਪਰ ਹੈਗਾ ਤੁਸੀਂ ਕੈਨੇਡਾ ਆਉਣ ਦੇ ਚਾਹਵਾਨ ਆ ਤੁਹਾਨੂੰ ਕੀ ਕਰਨਾ ਪੈਣਾ ਓਕੇ ਚਲੋ ਠੀਕ ਆ ਮੈਂ ਦੱਸਦਾ ਕੀ ਕਰਨਾ ਪੈਣਾ ਤੁਹਾਨੂੰ ਚਾਹੀਦੀ ਭਾਜੀ LMO ਜਾਂ LMI ਜਿਹਨੂੰ ਕਹਿ ਦਿੰਦੇ ਆ ਲੇਬਰ ਮਾਰਕੀਟ ਉਹਦੀ ਕੀ ਭਾਸ਼ਾ ਸੀ ਉਹਦਾ ਕੀ ਬੋਲੋ ਉਹਨਾਂ ਦੀ ਚੇਤਾ ਭੁੱਲ ਗਿਆ ਲੇਬਰ ਮਾਰਕੀਟ ਓਪੀਨੀਅਨ ਵਟ ਐਵਰ LMI ਉਹਨੂੰ ਕਹਿ ਦਿੰਦੇ ਉਹ ਚਾਹੀਦੀ ਮੇਨ ਉਹ ਕਿੱਦਾਂ ਮਿਲੂਗੀ ਯਾਰ ਉਹ ਕਿੱਦਾਂ ਮਿਲੂਗੀ ਉਹ ਹੁੰਦੀ ਆ ਵਕੀਲਾਂ ਕੋਲ ਅਤੇ ਉਹ ਵਕੀਲਾਂ ਤੋਂ ਕਿੱਦਾਂ ਮਿਲੂਗੀ ਵਕੀਲ ਜਦੋਂ ਪ੍ਰੋਸੀਜਰ ਤੁਹਾਡਾ ਸ਼ੁਰੂ ਕਰਨਾ ਆ ਸਿੱਧੀ ਜਿਹੀ ਗੱਲ ਆ ਭਈ ਅਗਲੇ ਪੈਸੇ ਲੈਂਦੇ ਪਹਿਲਾਂ ਕਿਉਂਕਿ ਉਹਨੀ ਸਰਕਾਰ ਕੋਲ ਤੁਹਾਡੇ ਪੇਪਰ ਭਰ ਕੇ ਭੇਜਣੇ ਆ ਪਹਿਲੀ ਫੀਸ ਉਹ ਨੋਨ ਰੀਫੰਡੇਬਲ ਹੁੰਦੀ ਆ ਮਤਲਬ ਤੁਸੀਂ ਯੂਰਪ 'ਚ ਰਹਿੰਦੇ ਆ ਹੁਣ ਮਤਲਬ ਤੁਸੀਂ ਮੈਨੂੰ ਕਿਹਾ ਭਾਜੀ ਕੋਈ ਵਕੀਲ ਦੱਸ ਮੈਂ ਵਕੀਲ ਰੈਕਮੈਂਡ ਕੀਤਾ ਤੁਹਾਨੂੰ ਠੀਕ ਹੈ ਨਾ ਅਤੇ ਮੈਂ ਤੁਹਾਨੂੰ ਕਹਾਂ ਭਈ ਮੈਂ ਰੈਕਮੈਂਡ ਇਸ ਲਈ ਨਹੀਂ ਕਰਦਾ ਕਿਉਂਕਿ ਹਰੇਕ ਵਕੀਲ ਪੈਸੇ ਲੈਂਦਾ ਨਾ ਤੋ ਮਤਲਬ ਤੁਹਾਡੇ ਪੇਪਰ ਸਰਕਾਰ ਕੋਲ ਲਾਉਣ ਲਈ ਤੁਸੀਂ ਮੈਨੂੰ ਕਿਹਾ ਭਾਜੀ ਵਕੀਲ ਦੱਸ ਜਾਂ ਮੈਨੂੰ ਵਿੱਚ ਪਾ ਲਿਆ ਮਤਲਬ ਅੱਜ ਤੱਕ ਤਾਂ ਮੈਂ ਕਿਸੇ ਦਾ ਕੇਸ ਕੀਤਾ ਨਹੀਂ ਗਾ ਐਵੇਂ ਕਹਿ ਦੇਵਾਂ ਅਤੇ ਫਿਰ ਮਤਲਬ ਤੁਸੀਂ ਕਿਹਾ ਓਕੇ ਭਾਜੀ ਸਾਨੂੰ ਤੁਹਾਡੇ 'ਤੇ ਯਕੀਨ ਆ ਸਾਨੂੰ ਵਕੀਲ ਦੱਸੋ ਓਕੇ ਮੈਂ ਵਕੀਲ ਕੋਲ ਪਰਸਨਲੀ ਗਿਆ ਤੁਹਾਡੇ ਤੌਰ 'ਤੇ ਤੁਸੀਂ ਯੂਰਪ 'ਚ ਬੈਠੇ ਹਾਂ ਠੀਕ ਹੈ ਨਾ ਅਤੇ ਮੈਂ ਤੁਹਾਨੂੰ ਜਦੋਂ ਕਹਿਣਾ ਵੀ ਭਾਜੀ ਵਕੀਲ ਇੰਨੇ ਪੈਸੇ ਮੰਗਦਾ ਨਾ ਫਿਰ ਬੰਦਾ ਚੁੱਪ ਕਰ ਜਾਂਦਾ ਫਿਰ ਅਗਲੇ ਨੂੰ ਹੁੰਦਾ ਵੀ ਇਹ ਸਾਲਾ ਵਿੱਚੋਂ ਪੈਸੇ ਖਾਣ ਨੂੰ ਫਿਰਦਾ ਫਿਰ ਨਾ ਕਦੀ ਫੋਨ ਆਉਣਾ ਨਾ ਕਦੀ ਮੈਸੇਜ ਆਉਣਾ ਕਿ ਨਹੀਂ ਇਸ ਲਈ ਆਪਾਂ ਕਿਸੇ ਨੂੰ ਕਹੀਦਾ ਨਹੀਂ ਹਾਂ ਜਿਹੜੇ ਮਤਲਬ ਮੇਰੇ ਘਰਾਂ 'ਚੋਂ ਆ ਅਗਲਿਆਂ ਦਾ ਮੈਂ ਕੀਤਾ ਜਾਂ ਕਰਾਇਆ ਦੱਸਿਆ ਅਗਲਿਆਂ ਨੂੰ ਪਤਾ ਸੀ ਇਹਨੇ ਕਿਹੜਾ ਵਿੱਚ ਕੋਈ ਪੈਸਾ ਖਾਣਾ ਨਾ ਲੱਗਾ ਨਾ ਲੱਗਾ ਉਹ ਡਿਫਰੈਂਟ ਗੱਲ ਆ ਨਾ ਇਸ ਲਈ ਇਹ ਚੱਕਰ ਆ ਜਿਹੜੇ ਵਕੀਲ ਆ ਵਰਕ ਪਰਮਿਟ ਪ੍ਰੋਵਾਈਡ ਕਰਾਉਣਾ ਅਗਲੇ ਨੇ ਪਹਿਲਾਂ ਉਹ ਪੈਸੇ ਲੈਂਦੇ ਐਡਵਾਂਸ 'ਚੋਂ ਨੋਨ ਰੀਫੰਡੇਬਲ ਹੁੰਦੇ ਆ ਉੱਥੋਂ ਹੀ ਫਿਰ ਚੁੱਪ ਕਰ ਜਾਂਦੇ ਆ ਸਾਰੇ ਜੂਆ ਹੀ ਆ ਮਤਲਬ ਨਾ ਕਿਸਮਤ ਜਾਂ ਜੂਆ ਲਾ ਲਓ ਮਤਲਬ ਨਾ ਜੇ ਲੱਗ ਗਿਆ ਤਾਂ ਫਿਰ ਬੱਲੇ ਬੱਲੇ ਆ ਬਾਕੀ ਪੈਸੇ ਸਾਰੇ ਬਾਅਦ 'ਚ ਆ
ਜੇ ਨਹੀਂ ਲੱਗਾ ਤਾਂ ਫਿਰ ਰਾਧੇ ਰਾਧੇ, ਇਹ ਚੱਕਰ ਆ। ਮੋਬਾਈਲ ਨੰਬਰ ਦੇ ਦਿਓ ਗੁਰਜੀਤ ਸਿੰਘ, ਮੋਬਾਈਲ ਨੰਬਰ ਭਰਾਵੋ ਜੇ ਦੇ ਦਿੱਤਾ ਲਾਈਵ 'ਚ ਹੀ, ਵੀਡੀਓ 'ਚ ਹੀ ਮਤਲਬ ਟੈਂਡੇ ਹੋਣ ਲੱਗ ਪਈ ਫੋਨ ਦੀ, ਫੋਨ ਆਹ ਤਾਂ ਹੋਰ ਕਿਸੇ ਦਾ ਹੀ ਆ, ਮੋਬਾਈਲ ਨੰਬਰ ਲੈ ਫਿਰ ਦੇ ਹੀ ਦਿੰਦਾ, ਮੇਰਾ ਫੋਨ ਤਾਂ ਆ ਆ। ਇੱਕ ਉਹ ਵੀ ਵੱਜਣ ਲੱਗ ਪਿਆ, ਦਿੱਤਾ ਤਾਂ ਹੈ ਨਹੀਂ ਕਿਸੇ ਨੂੰ ਅਜੇ। ਹੋਰ ਕੋਈ ਗੱਲਬਾਤ ਕੋਈ ਦੱਸਣਾ ਚਾਹੁੰਦਾ? ਟਾਈਮ ਕਿੰਨਾ ਹੋ ਗਿਆ ਮੈਨੂੰ ਬੋਲਦੇ ਨੂੰ? ਅਤੇ ਬਾਕੀ ਇੱਕ ਸੈਕਿੰਡ ਰੁਕ ਜਾਓ, ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ, ਇੱਕ ਸੈਕਿੰਡ। ਹਾਂਜੀ, ਅਤੇ ਸੋਰੀ, ਐਕਚੁਲੀ ਨਾ ਮੈਂ ਸਮਾਨ ਲਿਆਂਦਾ ਸੀ ਨਾ, ਵੀਡੀਓ ਨੈਕਸਟ ਲੈਵਲ 'ਤੇ ਕਰਨੀ ਆ ਨਾ, ਅਤੇ ਯਾਰ ਆਪਾਂ ਹੈਗੇ ਇੱਦਾਂ ਦੇ ਨਾ, ਬਈ ਸਾਨੂੰ ਮੈਂ ਆਹ ਚੀਜ਼ ਤੁਹਾਨੂੰ ਦਿਖਾਉਣ ਲੱਗਾ, ਮੈਨੂੰ ਕੋਈ ਉਹ ਨਹੀਂ ਗਾ ਬਈ ਲੋਕ ਕੀ ਸੋਚਣਗੇ ਜਾਂ ਕੀ ਕਹਿਣਗੇ, ਮੈਨੂੰ ਪਤਾ ਨਹੀਂ ਕੀ ਹੈ ਨਾ। ਇਹ ਹੈਗਾ ਜੀ ਕੱਪੜਾ ਮੰਡੀ ਦਾ ਲਿਫਾਫਾ, ਅਤੇ ਵਿੱਚੋਂ ਕੱਢਣ ਲੱਗੇ ਸੱਪ, ਅਤੇ ਅੱਜ ਦਿਨ ਕੀ ਆ, ਅੱਜ ਦਿਨ ਹੈਗਾ ਐਤਵਾਰ ਆ ਜੇ, ਅਤੇ ਵਿੱਚੋਂ ਆ ਜੀ ਨਿਕਲਣ ਲੱਗਾ ਓਕੇ ਗ੍ਰੀਨ ਕੱਪੜਾ, ਇਹ ਆ ਜੀ ਗ੍ਰੀਨ ਕੱਪੜਾ। ਇਹ ਮੈਂ ਕਿਸੇ ਦਰਗਾਹ 'ਤੇ ਨਹੀਂ ਚੜ੍ਹਾਉਣਾ ਜਾਂ ਚੌਲ ਨਹੀਂ ਖਾਣੇ ਪੀਲੇ ਕਿਤੇ ਜਾ ਕੇ, ਇਹ ਹੁੰਦਾ ਜੀ ਮੈਂ ਕੱਲ੍ਹ ਨੂੰ ਕਰੂੰਗਾ, ਆਈ ਹੋਪ ਕੱਲ੍ਹ ਨੂੰ ਵੀਡੀਓ ਕਰੂੰਗਾ ਗ੍ਰੀਨ ਸਕਰੀਨ ਦੇ ਨਾਲ, ਜਿਹਦੇ ਨਾਲ ਫਿਲਮਾਂ ਬਣਦੀਆਂ ਸਾਰਾ ਕੁਛ ਹੁੰਦਾ, ਅਤੇ ਮੇਰਾ ਇਹ ਖਰਾਬ ਹੋ ਗਿਆ ਸੀ, ਬਾਕੀ ਸਾਰਾ ਕੁਛ ਮੇਰੇ ਕੋਲ ਹੈਗਾ, ਅਤੇ ਕੱਪੜਾ ਮੰਡੀ ਤੋਂ ਗ੍ਰੀਨ ਸਕਰੀਨ ਵਾਲਾ ਕੱਪੜਾ ਫਿਰ ਲੈ ਕੇ ਆਇਆ, ਅਤੇ ਇਹਦੇ ਨਾਲ ਮੈਂ ਤੁਹਾਨੂੰ ਕੱਲ੍ਹ ਨੂੰ ਵੀਡੀਓ ਦਿਖਾਊਂਗਾ ਵੀ ਕਿੱਦਾਂ ਜਿਹੜੇ ਫਿਲਮਾਂ ਬਣਦੀਆਂ ਜਾਂ ਟੀ ਵੀ ਵਾਲੇ ਆ ਕਿੱਦਾਂ ਨਾਟਕ ਬਣਾਉਂਦੇ ਆ ਨਾ, ਇੱਦਾਂ ਹੀ ਕੱਲ੍ਹ ਨੂੰ ਆਈ ਹੋਪ ਸਵੇਰ ਨੂੰ ਤੁਹਾਨੂੰ ਦਿਖਾਉਂਗੇ। ਅਤੇ ਇੱਕ ਸੈਕਿੰਡ, ਇੱਦਾਂ ਆ, ਅਤੇ ਕਿਸੇ ਦਾ ਕਮੈਂਟ ਰਹਿ ਗਿਆ ਹੋਵੇ ਦੱਸ ਦਿਓ, ਅਤੇ ਬਾਕੀ ਠੀਕ ਠਾਕ ਆ ਸਾਰੇ। ਕਾਲਮੀ ਤੇਜਿੰਦਰ ਸਿੱਧੂ, ਅਤੇ ਹਾਂ ਭਰਾਵੋ ਮੈਨੂੰ ਮੈਸੇਜ ਬਹੁਤ ਆਉਂਦੇ, ਆਪਣਾ ਨੰਬਰ ਬਾਈ ਦੇ ਦਿੰਦੇ ਆ ਜਾਂ ਕਮੈਂਟਾਂ 'ਚ ਲਿਖ ਦਿੰਦੇ ਆ ਕਾਲਮੀ। ਭਰਾਵੋ ਮੈਂ ਤਾਂ ਘਰੇ ਘੱਟ ਵੱਧ ਫੋਨ ਕਰਦਾ ਤੁਹਾਨੂੰ, ਕਿੱਥੋਂ ਕਰਦਾ ਐਵੇਂ ਕਹਿ ਦੇਵਾਂਗੇ ਨਹੀਂ। ਅਤੇ ਵੈਸੇ ਵੀਰ ਕਨੇਡਾ ਜਾ ਕੇ ਪੰਜਾਬੀਆਂ ਨੂੰ ਗੱਲਾਂ ਬਹੁਤ ਆਉਣ ਲੱਗ ਜਾਂਦੀਆਂ, ਮਾਨ ਕੁਲਵਿੰਦਰ ਸਿੰਘ, ਇਹਦੇ ਬਾਰੇ ਭਰਾਵਾ ਮੈਂ ਨਹੀਂ ਕਹਿ ਸਕਦਾ। ਮੇਨ ਗੱਲ ਇਹ ਹੁੰਦੀ, ਪੈਸੇ ਨਾਲ ਦੋ ਚੀਜ਼ਾਂ ਆਉਂਦੀਆਂ ਬੰਦੇ 'ਚ, ਇੱਕ ਤਾਂ ਹੁਸਨ ਆਉਂਦਾ, ਇੱਕ ਗੱਲਾਂ ਆਉਂਦੀਆਂ। ਮੇਰੇ ਕੋਲ ਅਜੇ ਇੰਨਾ ਪੈਸਾ ਆਇਆ ਹੈ ਨਹੀਂ, ਤੁਹਾਡੇ ਸਾਹਮਣੇ ਹੁਸਨ ਵੀ ਨਹੀਂ ਇੰਨਾ ਆਇਆ ਦੇਖ ਸਕਦੇ ਤੁਸੀਂ, ਅਤੇ ਗੱਲਾਂ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀਆਂ ਸੀ ਮਾੜੀਆਂ ਮੋਟੀਆਂ। ਬਸ ਪੈਸੇ ਨਾਲ ਤੁਸੀਂ ਜਿੰਨੇ ਵੀ ਸਿੰਗਰ ਜਾਂ ਹੀਰੋ ਦੇਖੇ ਹੋਣੇ ਤੁਸੀਂ ਮਤਲਬ ਦੇਖਦੇ ਹੀ ਆ, ਜਦੋਂ ਦੇ ਆਪਾਂ ਜੰਮੇ ਹੋ ਉੱਦਾਂ ਦੇ ਹੀ ਆ ਨਾ, ਉਹ ਸਭ ਪੈਸੇ ਦੀਆਂ ਕਰਾਮਾਤਾਂ, ਪੈਸੇ ਨਾਲ ਹੁਸਨ ਬਹੁਤ ਆ ਬੰਦੇ ਨੂੰ, ਅਤੇ ਗੱਲਾਂ ਵੀ ਬਹੁਤ ਆਉਂਦੀਆਂ, ਅਤੇ ਹੋਪਫੁਲੀ ਪੈਸਾ ਵੀ ਆਜੂਗਾ ਅਤੇ ਹੁਸਨ ਵੀ ਆਜੂ ਆਪਾਂ ਨੂੰ ਵੀ। ਅਤੇ ਲਵ ਯੂ ਫਰੋਮ ਆਸਟ੍ਰੇਲੀਆ, ਤਰਲੋਕ ਵਿਦੇਸ਼ਾ, ਓਕੇ ਭਾਅ ਜੀ, ਲਵ ਯੂ ਜੀ, ਲਵ ਯੂ ਸਾਰਿਆਂ ਨੂੰ, ਲਵ ਯੂ ਆ। ਅਤੇ ਹਰਪ੍ਰਤਾਪ ਸਿੰਘ, ਲਵ ਯੂ। ਮੁਹੰਮਦ ਮੋਹਸਿਨ, ਕੀ ਹਾਲ ਆ, ਠੀਕ ਆ ਜੀ, ਠੀਕ। ਰਿੰਕੂ ਬੈਂਸ, ਗੁੱਡ ਜੋਬ, ਮੇਰਾ ਨਾਮ ਲੈ ਜੇ ਹਰਪ੍ਰੀਤ ਸਿੰਘ। ਟਾਈਮ ਕਿੰਨਾ ਹੋ ਗਿਆ ਜੀ ਵੀਡੀਓ ਚੱਲਦੀ ਨੂੰ, ਮਾੜਾ ਜਿਹਾ ਦੱਸ ਦਿਓ ਕਿੰਨਾ ਟਾਈਮ ਹੋ ਗਿਆ। ਵੀਰਵਾਰ ਤਾਂ ਨਹੀਂ ਹੁੰਦੇ, ਅਤੇ ਕੋਈ ਫੈਕਟ ਫੂਡ ਫੈਕਟ ਵੀ ਬਹੁਤ ਦੱਸਦੇ ਆ। ਅਤੇ ਜਿਹੜਾ ਅਮੈਰੀਕਾ ਦਾ ਗ੍ਰੀਨ ਕਾਰਡ ਆ ਉਹ ਗ੍ਰੀਨ ਕਾਹਤੇ ਆ, ਉਹਨੂੰ ਗ੍ਰੀਨ ਕਾਹਤੇ ਕਹਿੰਦੇ ਆ, ਮਤਲਬ ਪਰਪਲ ਕਾਰਡ ਕਾਹਤੇ ਨਹੀਂ, ਜੈਲੋ ਕਾਹਤੇ ਨਹੀਂ, ਸੰਤਰੀ ਕਾਰਡ ਕਾਹਤੇ ਨਹੀਂ ਨਾ। ਹਰ ਇੱਕ ਚੀਜ਼ ਦਾ ਫੈਕਟ ਆ ਨਾ, ਮਤਲਬ ਹਰ ਇੱਕ ਚੀਜ਼ ਦਾ ਫੈਕਟ ਜੁੜਿਆ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਗੱਲ ਨਾਲ ਨਾ। ਅਤੇ ਦੱਸਾਂਗੇ ਵੀ ਗ੍ਰੀਨ ਕਾਰਡ ਅਮੈਰੀਕਾ 'ਚ ਉਹ ਕਾਹਤੇ ਆ,
ਤੇ ਸਰਦਾਰ ਜਸ਼ਨਦੀਪ ਬਾਈ ਸਰੀ ਚ ਪ੍ਰੋਪਰਟੀ ਦਾ ਕੰਮ ਕਿੱਦਾਂ ਜੋਬਨਦੀਪ ਸਿੰਘ ਭਰਾਵਾ ਸਰੀ ਚ ਪ੍ਰੋਪਰਟੀ ਦਾ ਅੱਗ ਲੱਗੀ ਪਈ, ਬੜਾ ਪੈਸਾ ਕਮਾਉਣ ਡਏ ਆ, ਕਮਾਉਣ ਵਾਲੇ ਬਹੁਤ ਪੈਸਾ ਸਰੀ ਚ। ਪਤਾ ਕੀ ਚੱਕਰ ਆ, ਪੈਸੇ ਨੂੰ ਪੈਸਾ ਖਿੱਚਦਾ ਆ, ਜੇ ਤੁਹਾਡੇ ਕੋਲ ਪੈਸੇ ਆ ਚਾਰ ਫਿਰ ਤੁਸੀਂ ਕਮਾ ਸਕਦੇ ਆ ਇੱਥੇ, ਤੇ ਨਹੀਂ ਤਾਂ 8 to 5 ਤਾਂ ਬਸ ਤੋਰੀ ਫੁਲਕਾ ਹੀ ਚੱਲਦਾ, ਉਹ ਵੀ ਮਸਰਾਂ ਦੀ ਦਾਲ ਚ ਪਾ ਕੇ ਡਾਲਡਾ ਕੇ ਨਹੀਂ। ਤੇ ਮਨਪ੍ਰੀਤ ਸਿੰਘ ਦੱਸਦੇ ਬਾਈ ਆਪਾਂ ਕਿੱਦਾਂ ਆਏ ਸੀ ਕੈਨੇਡੇ ਹਰਪ੍ਰੀਤ ਦੇ ਕੰਮ। ਭਾਜੀ ਮੈਂ ਅਸੀਂ ਲਫਥਾਂਸਾ ਏਅਰ 'ਚ, ਖਰੇ ਕੇ ਐਲ ਐਮ ਸੀ ਯਾਰ, ਲਫਥਾਂਸਾ ਜਰਮਨ ਦੀ ਆ, ਕੇ ਐਲ ਐਮ ਹੋਲੈਂਡ ਦੀ ਆ, ਪਲੇਨ 'ਚ ਹੀ ਆਇਆ ਸੀਗਾ ਬਾਈ। ਕਵੈਤਾਂ ਸਪੇਨ ਕਿਵੇਂ ਆਵਾਂ ਦੱਸੋ ਭਾਜੀ, ਸਪੇਨ ਨੋ ਆਈਡੀਆ, ਹੁਣ ਮੈਂ ਤੁਹਾਨੂੰ ਐਵੇਂ ਕਹਿ ਦੇਵਾਂ ਨਹੀਂ ਬ੍ਰੋ ਮੈਂ ਕੈਲੀਫੋਰਨੀਆ ਹਾਂ, ਬੀ ਕੇ ਕੁਮਾਰ ਹਾਂਜੀ ਜੀ, ਕੈਲੀਫੋਰਨੀਆ ਦੇ ਬਦਾਮ ਬਹੁਤ ਮਸ਼ਹੂਰ ਆ। ਅਤੇ ਹੋਰ ਕੋਈ ਗੱਲਬਾਤ ਤਾਂ ਫਿਰ ਇੱਕ ਵਾਰ ਫਿਰ ਤੁਹਾਨੂੰ ਦੱਸ ਦੇਵਾਂ ਜੀ, ਅਤੇ ਮਸ਼ਹੂਰੀ ਇੱਕ ਵਾਰ ਫਿਰ ਕਰ ਦਈਏ ਕਿ ਨਹੀਂ, ਸਪੋਂਸਰ ਜੀ ਇਹਨਾਂ ਦੇ ਸਦਕਾ। ਓਕੇ ਜੀ, ਹਾਂਜੀ ਜੀ, ਇੱਕ ਮਿੰਟ, ਮਾੜੀ ਜਿਹਾ ਮਸ਼ਹੂਰੀ ਸੁਣਿਓ ਦੁਬਾਰਾ ਫਿਰ, ਸਾਡੇ ਸਪੋਂਸਰ ਜੀ ਇਹਨਾਂ ਦੇ ਸਦਕਾ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਆ ਜੀ। ਰਿਐਲਟਰ ਆਪਣੇ ਲੰਡਨ ਸ਼ਹਿਰ ਓਨਟਾਰੀਓ 'ਚ, ਲੰਡਨ ਇੰਗਲੈਂਡ ਵਾਲਿਆਂ ਨੂੰ ਇੱਕ ਵਾਰ ਫਿਰ ਦੱਸ ਦਈਏ, 30 ਸੈਕਿੰਡ ਦੀ ਮਸ਼ਹੂਰੀ ਆ, ਅਤੇ ਸੁਣ ਕੇ ਧਿਆਨ ਨਾਲ, ਤੁਹਾਡੀ ਕੋਈ ਨਨਾਣ ਪਤੀਸ ਦਦੀਸ ਜੋ ਵੀ ਕੋਈ ਓਨਟਾਰੀਓ 'ਚ ਰਹਿੰਦੀ ਆ ਅਤੇ ਉਹਨੂੰ ਸੰਪਰਕ ਕਰਕੇ ਫੋਨ ਕਰਕੇ ਜ਼ਰੂਰ ਦੱਸੋ। 4.65 ਸਟਾਰਟਿੰਗ ਰੇਟ ਆ, 4.99 'ਚ ਲੋਕ ਵੇਚਣ ਡਿਆ, $30,000-40,000 ਤੁਹਾਨੂੰ ਸਸਤਾ ਮਿਲਣ ਡਿਆ, ਅਤੇ $1,00,000 ਸਾਲ ਬਾਅਦ ਤੁਹਾਨੂੰ ਇੱਕ ਇਨਕਮ ਉਹਦੀ ਹੋ ਸਕਦੀ ਆ, ਕਿਉਂਕਿ ਬਰੈਂਪਟਨ ਅਤੇ ਟੋਰਾਂਟੋ ਬਹੁਤ ਮਹਿੰਗੇ ਸ਼ਹਿਰ ਆ, ਅਤੇ ਜਿਹੜੀ ਬਰੈਂਪਟਨ ਤੋਂ ਲੰਡਨ ਓਨਟਾਰੀਓ ਦੀ ਡਰਾਈਵ 1 ਘੰਟਾ 20 ਮਿੰਟ ਦੀ ਆ, ਤੁਸੀਂ ਉੱਥੇ ਦੇਖ ਸਕਦੇ ਹੋ ਲੋਟ, ਅਤੇ ਬਹੁਤ ਖੁੱਲ੍ਹੇ ਡੁੱਲੇ ਘਰ ਆ। ਜ਼ਰੂਰ ਸੰਪਰਕ ਕਰੋ ਨਵਪ੍ਰੀਤ ਸਰਾਓ ਭਾਅ ਜੀ ਨਾਲ, ਅਤੇ ਉਹਨਾਂ ਦਾ ਨੰਬਰ ਮੈਂ ਪਹਿਲਾਂ ਵੀ ਦਿੱਤਾ ਅਤੇ ਫਿਰ ਇਸੀ ਵੀਡੀਓ 'ਚ ਪੋਸਟ ਕਰ ਦਿੰਦਾ ਅਗੇਨ। ਇੱਕ ਮਿੰਟ ਬੋਲੇ ਨਾ, ਮੈਨੂੰ ਇਸ ਵੇਲੇ ਚੇਤੇ ਨਹੀਂ, ਇੱਕ ਮਿੰਟ ਮੈਂ ਨੰਬਰ ਬੋਲ ਦੇਵਾਂ ਫਿਰ ਹੋਰ ਫੈਕਟ ਦੱਸਦਾ ਤੁਹਾਨੂੰ, ਇੱਕ ਸੈਕਿੰਡ ਮੈਨੂੰ ਨੰਬਰ ਕੱਢਣਾ ਪੈਣਾ, ਸੋਰੀ ਅਬਾਊਟ ਦੈਟ, ਅਤੇ ਅੰਗਰੇਜ਼ੀ ਆਪਣੀ ਇੱਦਾਂ ਦੀ ਆ। ਨਵਪ੍ਰੀਤ ਸਰਾਓ ਭਾਅ ਜੀ ਸਰਾਓ ਟੀਮ ਨਾਲ ਸੰਪਰਕ ਕਰੋ, ਅਤੇ ਉਹੀ ਗੱਲ ਆ, ਪੈਸੇ ਨੂੰ ਪੈਸਾ ਖਿੱਚਦਾ, ਤੁਸੀਂ ਪੈਸਾ ਉੱਥੇ ਇਨਵੈਸਟ ਕਰੋ, ਸਾਲ ਬਾਅਦ $1,00,000 ਮਤਲਬ ਇੰਡੀਆ ਦਾ ₹60,00,000 ਤੁਸੀਂ ਬੱਚਤ ਕਰ ਸਕਦੇ ਆ। ਅਤੇ ਨਵਪ੍ਰੀਤ ਸਰਾਓ ਭਾਅ ਜੀ ਦਾ ਨੰਬਰ ਹੈਗਾ ਜੀ 416-268-1418, 416, ਇੱਕ ਮਿੰਟ ਅੰਗਰੇਜ਼ੀ 'ਚ ਵੀ ਬੋਲ ਦੇਵਾਂ, 416-268-1418, 416-268-1418, ਨਵਪ੍ਰੀਤ ਸਰਾਓ ਭਾਅ ਜੀ ਨਾਲ ਸੰਪਰਕ ਕਰੋ। ਅਤੇ ਤੁਸੀਂ ਕਿਤੇ ਵੀ ਆ, ਬ੍ਰਿਟਿਸ਼ ਕੋਲੰਬੀਆ 'ਚ, ਕੈਨੇਡਾ 'ਚ, ਕਿਸੇ ਵੀ ਸ਼ਹਿਰ 'ਚ, ਤਾਂ ਤੁਸੀਂ ਇੰਡੀਆ ਤੋਂ ਮੈਨੂੰ ਸੁਣ ਰਹੇ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਸੁਣ ਰਹੇ, ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸੋ, ਅਤੇ ਆਪਣੇ ਰਹਿਣ ਬਸੇਰੇ ਲਈ ਉਹਨੇ ਘਰ ਲੈਣਾ ਹੋਵੇ ਜਾਂ ਕਮਾਈ ਕਰਨੀ ਹੋਵੇ, ਜ਼ਰੂਰ ਸੰਪਰਕ ਕਰੋ। ਅਤੇ ਇਹ ਵਾਲੀ ਮਸ਼ਹੂਰੀ ਕੱਲ੍ਹ ਨੂੰ ਹੋਰ ਪ੍ਰੋਪਰ ਤਰੀਕੇ ਨਾਲ ਪੇਸ਼ ਕੀਤੀ ਜਾਊਗੀ। ਹੁਣ ਜੀ ਹੋਰ ਗੱਲਾਂ ਬਾਤਾਂ, ਲੰਡਨ ਵਿੱਚ ਤੇਜਿੰਦਰ ਸਿੰਘ ਸਿੱਧੂ ਕੀ ਕਹੀ ਜਾਂਦਾ ਭਰਾਵਾ, ਕਿੱਦਾਂ ਸੈੱਟ ਆ ਹੁਣ ਵੈਸ਼ ਸ਼ੱਲੂ, ਠੀਕ ਆ ਜੀ ਠੀਕ ਆ, ਸ਼ਮਸ਼ੇਰ ਬਾਜਵਾ ਨੰਬਰ ਦੇਈ ਜਾਂਦਾ, ਅੱਛਾ ਭਾਅ ਜੀ ਦਾ ਹੀ ਨੰਬਰ ਦਿੱਤਾ ਮੈਂ, ਫਿਰ ਆਪਣਾ ਦੇਈ ਜਾਂਦਾ। ਅਤੇ ਹੁਣ ਦੱਸੋ ਫਿਰ ਕੋਈ ਗੱਲਬਾਤ, ਕੋਈ ਨਵੀਂ ਤਾਜ਼ੀ, ਕੋਈ ਹੋਰ, ਸਭ ਠੀਕ ਠਾਕ ਆ ਜੀ? ਅਤੇ ਹੁਣ ਕਮੈਂਟ ਤੁਹਾਡੇ ਪੜ੍ਹਦੇ ਹਾਂ, ਸ਼ੋਰ ਬ੍ਰਦਰ ਮਨਪ੍ਰੀਤ ਸਿੰਘ, ਥੈਂਕ ਯੂ ਜੀ, ਥੈਂਕ ਯੂ। ਕਮੈਂਟ ਜੇ ਕਿਸੇ ਦਾ ਮਿਸ ਹੋਇਆ ਸੋਰੀ ਆ, ਪੜ੍ਹ ਦਿੰਦੇ ਹਾਂ, ਕੁੰਡਾ ਫੋਲਿਆ ਮੈਂ ਇੱਕ ਵਾਰੀ ਫਿਰ ਕਮੈਂਟ ਪੜ੍ਹਦਾ। ਮੈਂ ਇੱਕ ਗੱਲ ਦੱਸਦਾ, ਮੈਂ ਨਾ, ਮੈਨੂੰ ਜ਼ਿੰਦਗੀ 'ਚ ਕਿਸੇ ਤੋਂ ਕੋਈ ਨਫ਼ਰਤ ਨਹੀਂ, ਬਟ ਇੱਕ ਬੰਦੇ ਨਾਲ ਬਹੁਤ ਚਾਹੁੰਦਾ ਵੀ ਨਾ ਹੋਵੇ, ਬਟ ਹੋ ਹੀ ਜਾਂਦੀ ਆ ਮੱਲੋ ਮੱਲੀ, ਉਹ ਬੰਦੇ ਨਾਲ ਨਾ ਮੈਂ ਦੱਸੂੰਗਾ ਕਿਸੇ ਦਿਨ।
ਨਾਈਸ ਵੀਰ ਖੁਸ਼ ਸ਼ਰਮਾ ਰੋਨਾਲਡੋ ਬਾਰੇ ਵੀਡੀਓ ਕਰੋ ਇੰਦਰ ਜੀ ਹਾਂਜੀ ਰੋਨਾਲਡੋ ਬਾਰੇ ਵੀ ਕਰੂੰਗਾ ਵੀਡੀਓ ਰੋਨਾਲਡੋ ਦੇ ਸਰੀਰ 'ਤੇ ਇੱਕ ਵੀ ਟੈਟੂ ਹੈ ਨੀਗਾ ਤੁਸੀਂ ਦੇਖ ਲਿਓ ਉਹਦਾ ਰੀਜ਼ਨ ਹੈਗਾ ਆ ਉਹਦਾ ਕਾਰਨ ਹੈਗਾ ਰੋਨਾਲਡੋ ਦੇ ਸਰੀਰ 'ਤੇ ਇੱਕ ਵੀ ਟੈਟੂ ਹੈ ਨੀਗਾ ਉਹਦਾ ਕਾਰਨ ਹੈਗਾ ਕੋਈ ਬਿਨਾਂ ਗੱਲ ਨਹੀਂ ਨਾ ਨਵਦੀਪ ਸਿੰਘ ਧਨੋਆ ਫੈਕਟ ਦੱਸਦੇ ਭਾਅ ਜੀ ਫੈਕਟ ਸੁਣੋ ਫਿਰ ਨਾਸਾ ਵਾਲਿਆਂ ਨੇ ਇੱਕ ਜੰਤਰ ਮੰਤਰ ਤੰਤਰ ਭੇਜਿਆ ਸੀ ਜੰਤਰ ਮੰਤਰ ਨਹੀਂ ਮਤਲਬ ਸਪੇਸ 'ਚ ਜਿਹੜੇ ਭੇਜਦੇ ਉਹਨਾਂ ਦੇ ਨਾਂ ਰੱਖੇ ਹੁੰਦੇ ਉਹਨੇ ਇੱਕ ਕੈਲਪਰ ਭੇਜਿਆ ਸੀ KELPR ਕੈਲਪਰ ਭੇਜਿਆ ਸੀ ਕਈ ਸਾਲ ਹੋ ਗਿਆ ਸੀ ਉਹਦਾ ਮਤਲਬ ਪਰਸੋਂ ਚੌਥ ਹਫ਼ਤਾ ਕੁ ਪਹਿਲਾਂ ਭੋਗ ਪੈ ਗਿਆ ਆ ਉਹਨੇ ਮਤਲਬ ਹਜ਼ਾਰਾਂ ਦੇ ਹਿਸਾਬ ਨਾਲ ਨਵੇਂ ਗ੍ਰਹਿ ਲੱਭ ਕੇ ਦਿੱਤੇ ਨਾਸਾ ਵਾਲਿਆਂ ਨੂੰ KELPR ਤੁਸੀਂ ਉਹਦੇ ਬਾਰੇ ਸਰਚ ਕਰ ਸਕਦੇ ਆ ਅਤੇ ਉਹ ਨਸ਼ਟ ਹੋ ਚੁੱਕਾ ਆ ਅਤੇ ਇੱਕ ਹੋਰ ਜਿਹੜਾ ਦੁਨੀਆ ਵੱਲੋਂ ਭੇਜਿਆ ਗਿਆ ਜੰਤਰ ਸੂਰਜ ਦੇ ਸਭ ਤੋਂ ਨੇੜੇ ਚਲ ਗਿਆ ਸੋਰੀ ਨਾਮ ਯਾਰ ਐਕਚੁਲੀ ਨਾ ਅੰਗਰੇਜ਼ੀ ਨਾਂ ਯਾਦ ਰੱਖੇ ਨੇ ਬਾਹਲਾ ਹੀ ਔਖੇ ਆ ਟੋਮ ਟੋਮ ਬਾਜ ਨੋਟੀ ਬਾਏ ਵਾਲ ਟਾਲ ਚੇਂਡ ਰੋਸੀ ਦੇ ਜੀ ਡੋਂਟ ਲਾਈਕ ਗੋਇੰਗ ਟੂ ਸਕੂਲ ਮੰਡੇ ਮੋਰਨਿੰਗ ਫਾਈਂਡ ਸਿਮ ਸਰੇਬਲ ਬਿਕੋਜ਼ ਸਟਾਰਸ ਫੋਰ ਸਵਰੇ ਡੇਜ਼ ਇਨ ਦਾ ਸਕੂਲ ਅਤੇ ਕੈਲਪਰ ਤਾਂ ਥੋੜ੍ਹਾ ਚੇਤਿਆ ਇੱਕ ਜਿਹੜਾ ਸੂਰਜ ਦੇ ਸਭ ਤੋਂ ਨੇੜੇ ਚਲ ਗਿਆ ਦੁਨੀਆ ਨੂੰ ਭੇਜਿਆ ਗਿਆ ਅਤੇ ਉਹਦਾ ਨਾਂ ਨਹੀਂ ਮੇਰੇ ਦਿਮਾਗ 'ਚ ਆਉਣ ਡਿਆ ਅਤੇ ਉਹ ਸੂਰਜ ਸਭ ਤੋਂ ਨੇੜੇ ਪਹੁੰਚ ਚੁੱਕਾ ਸੂਰਜ ਦੇ ਕੋਲ ਟੈਂਪਰੇਚਰ ਤਾਂ ਮਿਲੀਅਨ ਮਤਲਬ 1 ਮਿਲੀਅਨ ਦੇ 10 ਲੱਖ ਹੁੰਦੇ ਆ ਮਿਲੀਅਨਾਂ ਦੇ ਵਿੱਚ ਹੁੰਦਾ ਮਤਲਬ ਦੁਨੀਆ 'ਤੇ ਰਿਕਾਰਡ ਕੀਤਾ ਗਿਆ ਟੈਂਪਰੇਚਰ ਸਭ ਤੋਂ ਜ਼ਿਆਦਾ ਲੀਵੀਆ 'ਚ 57 ਡਿਗਰੀ ਬਟ ਸੂਰਜ ਦੇ ਕੋਲ ਮਿਲੀਅਨ ਡਿਗਰੀਆਂ ਦੇ ਹਿਸਾਬ ਨਾਲ ਹੁੰਦਾ ਉਹ ਸੂਰਜ ਦੇ ਸਭ ਤੋਂ ਨੇੜੇ ਪਹੁੰਚ ਚੁੱਕਾ ਅੱਜ ਤੱਕ ਮਨੁੱਖ ਨੇ ਜੋ ਵੀ ਛੱਡਿਆ ਨਾ ਸਪੇਸ 'ਚ ਅਤੇ ਉਹਦਾ ਨਾਂ ਯਾਰ ਪਤਾ ਨਹੀਂ ਤੁਹਾਨੂੰ ਕਿਸੇ ਨੂੰ ਨਹੀਂ ਤਾਂ ਮੈਨੂੰ ਚੱਕਰੀ ਘੁਮਾਉਣੀ ਪੈਣੀ ਅੱਗੇ ਪਿੱਛੇ ਨੂੰ ਨਾ ਅਤੇ ਦੱਸਿਓ ਐੱਸ ਤੋਂ ਆ ਸ਼ਾਇਦ ਆਈ ਥਿੰਕ ਚਲੋ ਕੋਈ ਨਹੀਂ ਲਾਈਵ ਚੱਲਦਾ ਪੈ ਜਾਂਦਾ ਕਦੀ ਭੁਲੇਖਾ ਕਿ ਨਹੀਂ ਮੈਂ ਕਿਹੜਾ ਭਰਾਵੋ ਕੰਪਿਊਟਰ ਕਿ ਨਹੀਂ ਇੰਨਾ ਕੁਛ ਯਾਦ ਰੱਖਣਾ ਮੇਰੇ ਵੱਸ ਦੀ ਗੱਲ ਨਹੀਂ ਕਿ ਨਹੀਂ ਅਤੇ ਬਾਕੀ ਲਾਈਵ ਕਈ ਦੇਰ ਬਾਅਦ ਆਇਆ ਸੋ ਪਹਿਲਾਂ ਵਾਲੀ ਗੱਲ ਨਹੀਂ ਬਣਨ ਦੀ ਕੋਈ ਨਹੀਂ ਆਇਆ ਕਰਾਂਗੇ ਲਾਈਵ ਅਤੇ ਲਿਆਂਦਾ ਪੀਰਾਂ ਵਾਲਾ ਕੱਪੜਾ ਜੈ ਜੈਕਾਰ ਕਰਾ ਦੇਣੀ ਕੱਲ੍ਹ ਤਾਂ ਕੋਈ ਚੱਕਰ ਹੀ ਨਹੀਂ ਘੁਮਾ ਦੇਣੀਆਂ ਫਿਰਕੀਆਂ ਕਿ ਨਹੀਂ ਅਤੇ ਸਾਊਦੀ ਵਾਲਾ ਮੁੰਡਾ ਕਿੱਥੇ ਗਿਆ ਭਾਅ ਜੀ ਸਾਊਦੀ ਤੋਂ ਆਇਆ ਸੀ ਭਾਅ ਜੀ ਸਾਊਦੀ ਵਾਲਾ ਇੱਥੇ ਹੀ ਆ ਹਿੰਦਰ ਸਿੰਘ ਭਾਅ ਜੀ 7 ਸਾਲ ਲੱਗਣੇ ਪਹੁੰਚਣ ਨੂੰ ਨਹੀਂ ਮੇਰੇ ਕਹਿਣ ਦਾ ਮਤਲਬ ਭਾਈ ਸੰਨ ਦੇ ਕੋਲ ਮਨੁੱਖ ਦੇ ਵੱਲੋਂ ਛੱਡੀ ਗਈ ਸਭ ਤੋਂ ਨੇੜੇ ਦੀ ਚੀਜ਼ ਉਹ ਬਣ ਗਿਆ ਆ ਸੂਰਜ 'ਤੇ ਪਹੁੰਚਿਆ ਨਹੀਂ ਮਤਲਬ ਕਹਿਣ ਦਾ ਮਤਲਬ ਵੀ ਉੱਥੇ ਉਹਦੇ ਅੰਦਰ ਤਾਂ ਨਹੀਂ ਉਹਨੇ ਪਹੁੰਚਣਾ ਉਹਦੀ ਬਾਹਰਲੇ ਹਿੱਸੇ 'ਤੇ ਹੀ ਰਹਿਣਾ ਕਹਿਣ ਦਾ ਮਤਲਬ ਵੀ ਸਭ ਤੋਂ ਨੇੜੇ ਪਹੁੰਚ ਚੁੱਕਾ ਅੱਜ ਤੱਕ ਮਨੁੱਖ ਵੱਲੋਂ ਜੋ ਵੀ ਛੱਡਿਆ ਗਿਆ ਸੰਨ ਦੇ ਕੋਲ ਉਹ ਕਹਿਣ ਡਿਆ ਮੈਂ ਅਤੇ ਨੰਬਰ ਦੱਸਿਓ ਭਾਅ ਜੀ ਪਾਰਕਰ ਹਾਂ ਗੁਰਪ੍ਰੀਤ ਸਮਰਾ ਪਾਰਕਰ ਹਾਂਜੀ ਪਾਰਕਰ ਹਾਂ ਸੋਲਰ ਪਾਰਕਰ ਹਾਂ ਪਾਰਕਰ ਆ ਅਤੇ ਉਹ ਇੱਕ ਵਿਗਿਆਨੀ ਦੇ ਨਾਂ 'ਤੇ ਰੱਖਿਆ ਗਿਆ ਪਾਰਕਰ ਸੋਲਰ ਹਾਂ ਮੈਂ ਵੀ ਸੋਚਣ ਡਿਆ ਸੀ ਚੇਤੇ ਨਹੀਂ ਆਉਣ ਡਿਆ ਇਹੀ ਆ ਇਹੀ ਆ ਅਤੇ ਹੋਰ ਕੋਈ ਗੱਲਬਾਤ ਹਿੰਦੀ ਬਰੋ ਟੈਲ ਮੀ ਬ੍ਰਦਰ ਹਾਊ ਟੂ ਮੂਵ ਕਨੇਡਾ ਫਰੋਮ ਡੁਬਈ ਭਾਅ ਜੀ ਮੈਂ ਤੁਹਾਨੂੰ ਸ਼ੁਰੂ 'ਚ ਵੀ ਕਿਹਾ ਵੀ 3.5 ਲੱਖ ਬੰਦਾ ਨਵਾਂ ਆਉਣਾ 2 ਸਾਲ ਦੇ ਵਿੱਚ ਵਿੱਚ ਉਹ ਹੁਣ ਤੁਹਾਡੇ 'ਤੇ ਡਿਪੈਂਡ ਆ ਯਾਰ ਮੈਂ 3600 ਵਾਰ ਕਹਿ ਚੁੱਕਾ ਸਭ ਤੋਂ ਸੌਖਾ ਇੱਥੇ ਆਉਣਾ ਆ ਅਰਬ ਦੇਸ਼ਾਂ ਤੋਂ ਉਹ ਜ਼ਰੂਰੀ ਨਹੀਂ ਡੁਬਈ ਹੋਵੇ ਅਰਬ ਦੇਸ਼ਾਂ 'ਚ ਤੁਹਾਡੇ ਕੋਲ ਹੈਵੀ ਡਰਾਈਵਰ ਦਾ ਲਾਇਸੈਂਸ ਆ 5 ਬੈਂਡ ਆ ਲੱਭ ਲਓ LMO ਵਾਲਾ ਬੰਦਾ ਮਾਰੋ ਮੱਥਾ ਕਿਸੇ ਪਾਸੇ ਛੱਡ ਦਿਓ ਕੁੜੀਆਂ ਨੂੰ ਹਾਏ ਹਾਓ ਆਰ ਯੂ ਤੁਹਾਡੇ ਮੈਂ ਕੁਛ ਕਹਿਣ ਲੱਗਾ ਸੀ ਮੈਂ ਵੀ ਬਥੇਰੇ ਮੈਸੇਜ ਕੀਤੇ ਆਵਾ ਗਾਉਣ ਅਤੇ ਸ਼ੁਕਰ ਆ ਕੰਟਰੋਲ ਕਰ ਲਿਆ ਆਪਣੇ ਆਪ 'ਤੇ ਕਿ ਨਹੀਂ ਅਤੇ ਜਿਹਨੇ ਆਪਣੇ ਆਪ 'ਤੇ ਕੰਟਰੋਲ ਕਰ ਲਿਆ ਉਹੀ ਕਾਮਯਾਬ ਆ ਹੁਣ ਮੈਂ ਪ੍ਰੈਜੈਂਟ 'ਚ ਕਹਿ ਸਕਦਾ ਮੈਂ ਅੱਗੇ ਵੀ ਕਹਿੰਦਾ ਹੁੰਦਾ ਫਿਰ ਕਹਿ ਦਿੰਦਾ ਮੈਂ ਕਿਸੇ ਨੂੰ ਨਹੀਂ ਮਤਲਬ ਨਾ ਹਰ ਇੱਕ ਦੀ ਆਪਣੀ ਲਾਈਫ ਹੁੰਦੀ ਮੈਂ ਫੇਰ ਸ਼ੇਅਰ ਕਰਦਾ ਇਹ ਵਾਲੀ ਗੱਲ
ਮੈਂ ਕੈਲਗਰੀ ਹੁੰਦਾ ਸੀ ਨਾ, ਤੇ ਮਤਲਬ ਉੱਥੇ ਦਿਨ ਵੇਲੇ ਮਤਲਬ ਇਟਲੀ ਇਟਲੀ ਦੇ ਮੁੰਡਿਆਂ ਦਾ ਇੱਕ ਪੇਜ ਹੁੰਦਾ ਸੀ ਪੰਜਾਬੀ ਬ੍ਰਾਂਡ ਨਿਊ ਸੌਂਗਸ। ਮਤਲਬ ਮੈਨੂੰ ਇਸ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਨਾ, ਕਿਉਂਕਿ ਮੇਰੇ ਤੋਂ ਜੇ ਕੋਈ ਸਿੱਖ ਲਵੇ ਤਾਂ ਉਹਦਾ ਹੀ ਫਾਇਦਾ ਨਾ। ਪੰਜਾਬੀ ਬ੍ਰਾਂਡ ਨਿਊ ਸੌਂਗਸ ਉਸ ਵੇਲੇ ਨਾ ਇੱਥੇ ਕੈਨੇਡਾ 'ਚ ਦਿਨ ਹੁੰਦਾ ਸੀ ਅਤੇ ਇਟਲੀ 'ਚ ਸ਼ਾਮ ਦਾ ਟਾਈਮ ਹੁੰਦਾ ਸੀ ਨਾ, ਇਹ ਮਤਲਬ ਜਿਹੜਾ ਵੀ ਟਾਈਮ ਹੁੰਦਾ ਸੀ ਇਹ ਦੋ, ਹਾਂ ਇਟਲੀ ਸ਼ਾਮ ਦਾ ਟਾਈਮ ਹੁੰਦਾ ਸੀ ਨਾ, 8-9 ਘੰਟੇ ਯੂਰਪ ਅੱਗੇ ਆ ਨਾ ਕੈਨੇਡਾ ਤੋਂ। ਅਤੇ ਮਤਲਬ ਨਾ ਮੈਂ ਦੁਪਹਿਰ ਜਿਹੀ ਨੂੰ ਇੱਥੇ ਜਦੋਂ 12-1 ਵੱਜਣੇ ਦੁਪਹਿਰ ਦੇ, ਅਤੇ ਉੱਥੇ ਉਹਨੀ ਪੋਸਟਾਂ ਕਰਨੀਆਂ, ਕੁੜੀਆਂ ਦੇ ਕਮੈਂਟ ਆਉਣੇ, ਜਿੰਨੀਆਂ ਵੀ ਕੁੜੀਆਂ ਨੇ ਉੱਥੇ ਕਮੈਂਟ ਕਰਨਾ, ਮਤਲਬ ਜਿੰਨੀਆਂ ਨੇ ਨਹੀਂ ਸਾਰੀਆਂ ਨੇ ਨਹੀਂ, ਮਤਲਬ ਮੋਸਟਲੀ ਵੀ ਕਹਿੰਦਾ ਮਤਲਬ ਉਹੀ ਸੋਹਣੀ ਜੀ ਦੇਖ ਕੇ ਵੀ ਹਰ ਇੱਕ ਨੂੰ ਮੈਸੇਜ ਕਰੀ ਜਾਵਾਂ ਆਵਾ ਆਉਣੇ ਹੀ ਨਾ। ਮਤਲਬ ਨਾ ਬਈ ਮੈਂ ਵੀ ਬਥੇਰੇ ਮੈਸੇਜ ਕੀਤੇ, ਜੇ ਮੈਂ ਕਹਿ ਦਵਾਂ ਮੈਂ ਬਹੁਤ ਭਗਤ ਹਾਂ ਜੀ ਮੈਂ, ਨਾ ਇਹ ਗੱਲ ਨਹੀਂ, ਬਟ ਹਾਂ ਹੁਣ ਮੈਂ ਪ੍ਰੈਜੈਂਟ 'ਚ ਕਹਿ ਸਕਦਾ ਮੈਂ ਆਪਣੇ ਆਪ 'ਤੇ ਇੰਨਾ ਕੁ ਕੰਟਰੋਲ ਕਰ ਲਿਆ, ਮੈਂ ਨਹੀਂ ਕਿਸੇ ਨੂੰ ਕਰਦਾ। ਇਸ ਗੱਲ ਦੀ ਮੈਨੂੰ ਖੁਸ਼ੀ ਆ, ਕਿਉਂਕਿ ਜੇ ਤੁਸੀਂ ਜ਼ਿੰਦਗੀ 'ਚ ਕੋਈ ਗੋਲ ਧਾਰਿਆ, ਕੋਈ ਮਕਸਦ ਧਾਰਿਆ, ਤਾਂ ਤੁਹਾਨੂੰ ਕਈ ਕੁਛ ਛੱਡਣਾ ਪੈਂਦਾ, ਅਤੇ ਜਦੋਂ ਤੁਸੀਂ ਕਾਮਯਾਬ ਹੋ ਗਏ ਜੋ ਕੁਛ ਤੁਸੀਂ ਛੱਡਿਆ ਉਹ ਚੀਜ਼ ਨੂੰ ਤੁਹਾਡੇ ਪਿੱਛੇ ਪਿੱਛੇ ਆਪ ਹੀ ਆਉਣਾ। ਇੱਥੇ ਚੜ੍ਹਦੇ ਨੂੰ ਹੀ ਸਲਾਮ ਆਇਆ, ਗੱਲ ਮੇਰੀ ਨੋਟ ਕਰ ਲਿਓ। ਜੇ ਤੁਸੀਂ ਅੱਜ ਕਿਸੇ ਨੂੰ ਕਹਿਣ ਡਏ ਆ, ਮੈਸੇਜ ਕਰੀ ਜਾਂਦੇ ਤੁਸੀਂ ਕਿਸੇ ਕੁੜੀ ਨੂੰ ਆਵਾ ਗਾਉਣੀ, ਮਤਲਬ ਨਾ ਅਗਲੀ ਸੀਨ ਵੀ ਕਰ ਲੈਂਦੀ ਆ, ਰਿਪਲਾਈ ਨਹੀਂ ਕਰਦੀ, ਕੱਲ੍ਹ ਨੂੰ ਜਦੋਂ ਤੁਸੀਂ ਕੁਛ ਬਣ ਗਏ ਉਹੀ ਤੁਹਾਨੂੰ ਪਹਿਲਾਂ ਸਭ ਤੋਂ ਵਧਾਈਆਂ ਦਊਗੀ, ਅਤੇ ਉਹੀ ਕਹੂਗੀ ਭਈ ਆਹ ਤਾਂ ਮੈਨੂੰ ਮਿਹਤਾਂ ਕਰਦਾ ਹੁੰਦਾ ਸੀ, ਲਾ ਲਓ ਵੀ ਮੇਰੇ ਨਾਲ ਗੱਲ ਕਰਨ ਦਾ ਚਾਹਵਾਨ ਹੁੰਦਾ ਸੀ। ਇਹ ਸੱਚਾਈ ਆ, ਮਤਲਬ ਮੈਂ ਕਿਸੇ ਕੁੜੀ ਨੂੰ ਮਾੜਾ ਨਹੀਂ ਕਹਿਣ ਡਿਆ, ਭਈ ਇਹ ਗੱਲਾਂ 'ਚੋਂ ਮੈਂ ਨਿਕਲ ਚੁੱਕਿਆ ਨਾ, ਅਜੇ ਮੈਂ ਤਾਂ ਚਲੋ ਕੁਛ ਬਣਿਆ ਨੀਗਾ, ਆਈ ਹੋਪ ਸ਼ਾਇਦ ਕਦੀ ਬਣ ਜੂਗਾ, ਜਾਂ ਇੱਦਾਂ ਵੀ ਨਹੀਂ ਕਹਿਣਾ ਚਾਹੀਦਾ, ਮੈਂ ਕਦੀ ਵੀ ਇਹ ਗੱਲ ਨਹੀਂ ਕਹੀ ਨਾ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਮੈਂ ਤਾਂ ਆਹ ਕਰ ਦੂੰ, ਮੈਂ ਉਹ ਤਾਂ ਕਰ ਦੂੰ, ਉੱਦਾਂ ਨਹੀਂ ਕਦੀ ਵੀ ਕਹਿਣਾ ਚਾਹੀਦਾ। ਬਸ ਆਪਣੇ ਆਪ 'ਚ ਯਕੀਨ ਰੱਖੋ, ਬਸ ਇੰਨਾ ਹੀ ਕਹਿੰਦਾ। ਅਤੇ ਐਗਜ਼ਾਮਪਲ ਇੱਕ ਮੈਂ ਦੇਣ ਲੱਗਾ ਸੀ, ਚਲੋ ਛੱਡੋ, ਅਗਲੀ ਵੀਡੀਓ 'ਚ ਦੇਵਾਂਗੇ, ਵੀਡੀਓ ਔਨ ਕਰਨੀ ਆ ਲਗਾਤਾਰ ਅੱਗੇ ਵਾਂਗੂ। ਟਾਈਮ ਕਿੰਨਾ ਹੋ ਗਿਆ ਵੀਡੀਓ ਨੂੰ ਪਹਿਲਾਂ ਇਹ ਦੱਸ ਦਿਉ। ਆਈ ਵਾਂਟ ਯੂ ਮੀਟ ਟੁਮਾਰੋ ਬਿਕੋਜ਼ ਆਈ ਐਮ ਯੂਅਰ ਸਿਟੀ, ਗੁਰਛਾਨ ਸੰਘਾ। ਹਾਂਜੀ ਹਾਂਜੀ ਸੰਘਾ ਭਾਜੀ, ਕਿੱਦਾਂ ਢੋ ਰੇਡੀਓ ਵਾਲੇ ਹੋ, ਢੋ ਰੇਡੀਓ ਜਿੰਦਾਬਾਦ। ਗੁਰਛਾਨ ਸੰਘਾ ਭਾਜੀ ਕੋਈ ਚੱਕਰ ਨਹੀਂ, ਕੱਲ੍ਹ ਨੂੰ ਮਿਲ ਲਓ ਅਤੇ ਖਾ ਦਿਓ ਪਰੌਂਠੇ ਪਰੂਠੇ, ਗੱਲ ਛੁੱਟੀ ਆ। ਅਤੇ ਕਰ ਦਿਓ ਮੈਨੂੰ ਮੈਸੇਜ, ਤੁਹਾਨੂੰ ਨੰਬਰ ਦੇ ਦਿੰਦਾ, ਸੰਘਾ ਭਾਜੀ ਮਿਲਦੇ ਹਾਂ। ਸੁਖਪਾਲ ਗਿੱਲ ਭਾਜੀ ਦੇ ਪ੍ਰੋਗਰਾਮ ਤੁਸੀਂ ਫੋਨ ਕਰਦੇ ਹੁੰਦੇ ਸੀ, ਮੂੰਹ ਦੇਖ ਲਾ ਆਪਣਾ ਇੰਦਰਜੀਤ ਸਿੰਘ ਸਿੱਧੂ ਭਾਜੀ, ਮੂੰਹ ਨੂੰ ਕੀ ਆ, ਲੈ ਦੇਖ ਲਿਆ ਭਾਜੀ, ਮੁੱਛਾਂ ਨੂੰ ਬਾਟਾ ਜੇ ਆਉਂਦਾ ਨਹੀਂ, ਕੋਈ ਚੱਕਰ ਨਹੀਂ, ਮੂੰਹ ਦੇਖ ਲਾ ਆਪਣਾ, ਹਾਂ ਹਾਂ ਹਾਂ। ਅਤੇ ਮਤਲਬ ਹੋਰ ਕੀ ਹੁੰਦਾ, ਉਹਨੇ ਗੁੱਸੇ ਹੋ ਕੇ ਕਹਿਣਾ ਸੀ ਵੀ ਤੂੰ ਮੈਨੂੰ ਇੱਦਾਂ ਕਹਾਉਣ ਵਾਲਾ, ਕਹਿਣ ਵਾਲਾ ਕੌਣ ਹੁੰਦਾ ਇੱਦਾਂ ਉੱਦਾਂ ਨਾ, ਵੀ ਬਾਈ ਤੇਰੀ ਸੋਚ ਉੱਥੇ ਗਈ ਆ, ਤੂੰ ਮੂੰਹ ਦੇਖ ਕੇ ਬੰਦੇ ਕਿਸੇ ਨਾਲ ਯਾਰੀ ਲਾਉਣਾ ਜਾਂ ਦੋਸਤੀ ਲਾਉਣਾ ਜਾਂ ਕੁਛ ਵੀ ਕਰਦਾ, ਅਤੇ ਮੈਂ ਤਾਂ ਇੱਦਾਂ ਦਾ ਹੀ ਆ, ਨਾ ਮੈਂ ਵੀਡੀਓ 'ਚ ਕੋਈ ਫਿਲਟਰ ਲਾਇਆ ਅਤੇ ਨਾ ਕੁਛ ਕੀਤਾ, ਇੱਦਾਂ ਦਾ ਹੀ ਆ। ਮੈਨੂੰ ਖੁਸ਼ੀ ਆ, ਮੈਨੂੰ ਮਾਣ ਆ ਆਪਣੇ ਆਪ 'ਤੇ, ਮੈਂ ਇੱਦਾਂ ਦਾ ਹੈਗਾ ਆ ਅਤੇ ਹੈਗਾ ਆ। ਇੱਕ ਵਾਰ ਫਿਰ ਤੂੰ ਵੀ ਦੇਖ ਲਾ, ਖੋਜਿਆ ਹੁਣ ਹਿੰਦੀ ਕਨੇਡਾ ਤੋਂ ਅਫਗਾਨਿਸਤਾਨ ਜਾਣ ਦਾ ਤਰੀਕਾ ਦੱਸ ਮਨਵੈ ਸ਼ਾਲੂ, ਤੂੰ ਕਿਹੜਾ ਭਰਾਵਾ ਅਮੈਰੀਕਾ ਦੀ ਆਰਮੀ 'ਚ ਕੰਮ ਕਰਨਾ, ਜਿਹੜਾ ਅਫਗਾਨਿਸਤਾਨ ਜਾਣਾ ਕਿ ਨਹੀਂ, ਉਹ ਤਾਂ ਗਏ ਸੀ ਕਿਉਂਕਿ ਉੱਥੇ ਫੀਮ ਹੁੰਦੀ ਆ, ਅਤੇ ਅਮਰੀਕਾ ਵਾਲਿਆਂ ਨੇ ਫੀਮ ਤੋਂ ਕੀ ਲੈਣਾ ਚਾਹੁੰਦੇ ਚਾਹਣਾ, ਫੀਮ ਹੀ ਤਾਂ ਸਾਰੀਆਂ ਦਵਾਈਆਂ 'ਚ ਪੈਂਦੀ ਆ, ਤੁਹਾਨੂੰ ਹੁਣ ਕੀ ਦੱਸੀਏ ਅਫਗਾਨਿਸਤਾਨ 'ਚ ਅਮਰੀਕਾ ਕੀ ਲੈਣ ਗਿਆ ਕਿ ਨਹੀਂ। ਅਤੇ ਸ਼ਰਮਾ ਕੀ ਉਹ ਟਾਈਮ ਕਿੰਨਾ ਹੋ ਗਿਆ ਭਰਾਵੋ, ਅਤੇ ਬਾਕੀ ਬਾਲਮਾਰਟ ਦੀ ਸਫਾਈ ਕਰਤੀ ਇੰਦਰ, ਬਾਲਮਾਰਟ ਦੀ ਸਫਾਈ ਕਰਤੀ ਭਰਾਵੋ, ਬਾਲਮਾਰਟ ਕਿਹੜੇ ਦੀ, ਅਤੇ ਟਾਈਮ ਕਿੰਨਾ ਹੋ ਗਿਆ, ਜ਼ਿਆਦਾ ਤਾਂ ਨਹੀਂ ਹੋ ਗਿਆ ਬੋਲਦੇ ਨੂੰ, ਬੋਰ ਨਾ ਕਰਾਂ ਮੈਂ,
ਤੇ ਬਾਕੀ ਕੱਲ ਨੂੰ ਮਿਲਦੇ ਆ ਵੀਡੀਓ, ਟਾਈਮ ਦੱਸ ਦਿਓ ਵੀਡੀਓ ਦਾ ਕਿੰਨਾ ਹੋ ਗਿਆ, ਨਹੀਂ ਤਾਂ ਮੈਂ ਆਪ ਹੀ ਦੇਖ ਲਵਾਂ ਬਾਈ। ਤੇਰੇ ਬਾਰੇ ਗਲਤ ਬੋਲਦਾ, ਗੱਲ ਸਹੀ ਨੀ, ਕੋਈ ਨੀ ਕੋਈ ਨੀ, ਬੋਲ ਲੈਣ ਦੋ ਭਰਾਵੋ, ਫਿਰ ਕੀ ਗਲਤ ਬੋਲਦਾ ਮੇਰੇ ਬਾਰੇ ਤਾਂ। ਮੈਂ ਕਿਹੜਾ ਓਸ਼ੋ ਆ ਕਿ ਨਹੀਂ, ਤੇ ਓਸ਼ੋ ਦੀ ਜਿਹੜੀ ਮੈਨੇਜਰ ਲਕਸ਼ਮੀ ਸੀ ਤੇ ਜਿਹੜੀ ਮਨਾਉਣ ਗਈ ਸੀ ਰਾਜੀਵ ਗਾਂਧੀ ਨੂੰ ਵੀ ਸਿਆ ਸੱਚਾ, ਜਦੋਂ ਸੰਜੇ ਗਾਂਧੀ ਦੀ ਮੌਤ ਹੋਈ ਸੀ, ਸੰਜੇ ਗਾਂਧੀ ਕੀ ਮੌਤ ਹੋਈ ਥੀ ਔਰ ਇੰਦਰਾ ਗਾਂਧੀ ਨੇ ਕਰਵਾਈ ਥੀ, ਜਾਣਨੇ ਕੇ ਲਈ ਦੇਖਤੇ ਰਹੀਏ ਇੰਦੀ ਜਸਵਾਲ, ਔਰ ਕਿਆ ਓਸ਼ੋ ਕੀ ਮੈਨੇਜਰ ਲਕਸ਼ਮੀ, ਜਿਸਕੋ ਇੰਦਰਾ ਗਾਂਧੀ ਨੇ ਰਾਜੀਵ ਗਾਂਧੀ ਕੋ ਰਾਜਨੀਤੀ ਮੇ ਲਾਨੇ ਕੇ ਲੀਏ ਬੁਲਾਇਆ ਥਾ, ਉਨਕੇ ਬੀਚ ਮੇ ਕਿਆ ਬਾਤਚੀਤ ਹੋਈ ਥੀ, ਔਰ ਜਬ ਇੰਦਰਾ ਗਾਂਧੀ ਅਫਗਾਨਿਸਤਾਨ ਕੇ ਦੌਰ ਮੇ ਗਈ ਥੀ, ਤੋ ਵਹਾਂ ਪਰ ਕਿਆ ਹੁਆ ਥਾ, ਜਾਣਨੇ ਕੇ ਲੀਏ ਦੇਖਤੇ ਰਹੀਏ ਆਜ ਤੱਕ। ਉਹ ਟਾਈਮ ਕਿੰਨਾ ਹੋ ਗਿਆ ਪਤੰਦਰੋ ਬੋਲਦੇ ਨੂੰ, ਇਹ ਵੀ ਪਤਾ ਲੱਗ ਜਾਵੇ ਮੈਨੂੰ, 44 ਮਿੰਟ 35 ਸੈਕਿੰਡ ਹੋ ਗਏ ਆ। ਆ ਲਓ ਇੱਧਰ ਵੀ ਚੱਲਣ ਡਿਆ ਹਿੰਦੀ ਸਵਾਲ ਇਜ਼ ਲਾਈਵ ਨਾਓ, ਫੋਨ ਦੀ ਸਕਰੀਨ ਭਾਵੇਂ ਟੁੱਟੀ ਹੋਆ ਕੋਈ ਚੱਕਰ ਨਹੀਂ, ਦਿਲ ਵੀ ਟੁੱਟਾ ਫੋਨ ਦੀ ਸਕਰੀਨ ਵੀ ਟੁੱਟੀ ਕਿ ਨਹੀਂ, ਵੱਡੇ ਦਿਲ ਯਾਰਾਂ ਦੇ। ਅਤੇ 46 ਮਿੰਟ, ਚਲੋ 1 ਘੰਟਾ ਪੂਰਾ ਕਰਦੇ ਨੇ, 15 ਮਿੰਟ ਹੁਣ ਠਾੜਾ ਕਰਾ ਦਈਏ, 2-4 ਗੱਲਾਂ ਹੋਰ ਦੱਸ ਦਈਏ ਤੁਹਾਨੂੰ, ਅਤੇ ਦੁਨੀਆ ਦੀ ਸਭ ਤੋਂ ਲੰਬੀ ਫਲਾਈਟ ਤਾਂ 20 ਘੰਟੇ ਦੀ ਤੁਹਾਨੂੰ ਦੱਸ ਦਈਏ, ਦੁਨੀਆ ਦੀ ਸਭ ਤੋਂ ਛੋਟੀ ਹੈਗੀ ਫਲਾਈਟ 1 ਮਿੰਟ ਤੋਂ ਵੀ ਘੱਟ ਸਮੇਂ ਦੀ, ਉਹ 2 ਟਾਪੂ ਨੇ ਇੰਗਲੈਂਡ ਦੇ ਕੋਲ, ਬੈਸਟ ਰੇ ਅਤੇ ਨਿਊ ਬੈਸਟ ਪਾਪਾ ਰੇ, ਪਤਾ ਨਹੀਂ ਇੱਦਾਂ ਦੇ ਆ, 1 ਮਿੰਟ ਤੋਂ ਘੱਟ ਸਮੇਂ ਦੀ ਫਲਾਈਟ ਹੈ ਦੁਨੀਆ ਦੀ ਸਭ ਤੋਂ ਛੋਟੇ ਟਾਈਮ ਦੀ, ਅਤੇ ਦੁਨੀਆ ਦੀ ਸਭ ਤੋਂ ਲੰਬੇ ਟਾਈਮ ਦੀ ਹੈਗੀ ਫਲਾਈਟ 19 ਘੰਟੇ ਦੀ, ਸਿੰਗਾਪੁਰ ਦੇ ਚਾਂਗੀ ਏਅਰਪੋਰਟ ਤੋਂ ਨਿਊਯਾਰਕ ਦੇ ਏਅਰਪੋਰਟ ਦੀ, ਉਹ ਵੀ ਤੁਹਾਨੂੰ ਦੱਸ ਚੁੱਕਾ ਹਾਂ, ਅਤੇ ਹੋਰ ਬਾਈ ਗੱਲਾਂ ਬਾਤਾਂ ਬਹੁਤ ਕੁਛ ਨੇ ਆਪਣੇ ਕੋਲ, ਅਤੇ ਮੁੱਕ ਗਈਆਂ, ਖਤਮਾ ਤੂੰ, ਅਤੇ ਬਰੋ ਅਪਲਾਈ ਕਰ ਦਿਓ ਜੌਨ ਸਿੰਘ, ਅਤੇ ਅਮਨ ਦਿਓਲ, ਬਾਲਮਾਰ ਦੇ ਪਿੱਛੇ ਸਫਾਈ ਕਰਨੀ ਸੀ ਇੰਦਰ, ਹਾਂਜੀ ਹਾਂਜੀ ਬਾਲਮਾਰ ਦੇ ਪਿੱਛੇ ਉਹ ਭਾਜੀ ਸਫਾਈ ਹੋ ਗਈ ਹੈ, ਅਤੇ ਉਹਦੀ ਵੀਡੀਓ ਵੀ ਮੈਂ ਕਰੂੰਗਾ, ਜਿਹੜਾ ਬਾਲਮਾਰ ਦੇ ਪਿੱਛੇ ਗੰਦ ਪਿਆ ਸੀ ਉਹ ਸਫਾਈ ਹੋ ਗਈ ਸਾਰੀ। ਅਤੇ ਪੰਜਾਬੀ ਮੋੜਦਗਾ, ਇਹ ਕੀ ਭਰਾਵਾ ਉਹ ਕੌਣ ਆ, ਅਤੇ ਮੈਂ ਯਾਰ ਇੱਕ ਗੱਲ ਹੋਰ ਸ਼ੇਅਰ ਕਰਨ ਲੱਗਾ ਸੀ, ਮੇਰੇ ਦਿਮਾਗ 'ਚੋਂ ਨਿਕਲ ਜਾਂਦੀਆਂ ਗੱਲਾਂ ਅੱਜ ਕੱਲ੍ਹ ਕਈ, ਤੁਹਾਨੂੰ ਉਦਾਂ ਹੀ ਸਸਪੈਂਸ ਜਿਹਾ 'ਚ ਪਾ ਦਿੰਦੇ ਹਾਂ, 1 ਸੈਕਿੰਡ ਰੁਕੋ ਫਿਰ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਓਕੇ ਜੀ ਓਕੇ। ਪਿਆਰੇ ਸਰੋਤਾਓ, ਕਿਆ ਆਪਨੇ ਕਭੀ ਧਿਆਨ ਦਿਆ ਹੈ, ਆਪ ਰੋਜ਼ ਬਰੁਸ਼ ਕਰਤੇ ਹੈ ਕਿ ਮੇਰੇ ਵਾਂਗੂ ਕਰਦੇ ਹੀ ਨਹੀਂ, ਲੇਕਿਨ ਆਪਨੇ ਕਦੀ ਨੋਟਸ ਕੀਤਾ ਤੁਸੀਂ ਇੱਕ ਗੱਲ, ਅਤੇ ਦੱਸਿਓ ਮੜ ਜਾ, ਹਰ ਇੱਕ ਟੂਥਪੇਸਟ ਦੇ ਥੱਲੇ ਇਹ ਵਾਲਾ ਮਾਰਕ ਲੱਗਿਆ ਹੁੰਦਾ, ਇਹ ਗੱਲਾਂ ਆਪਾਂ ਘੱਟੇ ਨੋਟਸ ਕਰਦੇ ਹਾਂ, ਇਹਨਾਂ ਗੱਲਾਂ ਨੂੰ ਦੱਸਣ ਨੂੰ ਮੈਂ ਹੈਗਾ ਨਾ ਕਿ ਨਹੀਂ, ਅਤੇ ਇਹ ਲੱਗਾ ਹੁੰਦਾ ਜੀ ਹਰ ਇੱਕ ਟੂਥਪੇਸਟ ਦੇ ਥੱਲੇ ਇਹ ਵਾਲਾ ਰੰਗ ਆ ਦੇ, ਤੁਸੀਂ ਹੁਣੇ ਹੀ ਆਪਣਾ ਟੂਥਪੇਸਟ ਚੈੱਕ ਕਰੋ ਉਹਦੇ ਥੱਲੇ ਰੰਗ ਕਿਹੜਾ ਆ, ਆਹ ਵਾਲਾ, ਇਹ 4 ਰੰਗ ਹੁੰਦੇ ਆ, ਨੀਲਾ ਕਾਲਾ ਹਰਾ ਲਾਲ, ਹੁਣੇ ਪਲੀਜ਼ ਹੁਣੇ ਦੇਖੋ, ਮਜ਼ਾਕ ਦੀ ਗੱਲ ਨਹੀਂ, ਹੁਣੇ ਹੀ ਜਾ ਕੇ ਆਪਣਾ ਟੂਥਪੇਸਟ ਹੁਣੇ ਹੀ ਜਾ ਕੇ ਆਪਣਾ ਟੂਥਪੇਸਟ ਦੇਖੋ ਅਤੇ ਦੱਸੋ ਰੰਗ ਕਿਹੜਾ ਤੁਹਾਡੇ, ਆਹ ਜਲਦੀ ਦੱਸੋ ਹੁਣੇ ਹੀ, ਮੈਨੂੰ ਤੁਹਾਡੀ ਲਾਈਫ ਨਾਲ ਖੇਡ ਰਹੀਆਂ ਨੇ ਕੰਪਨੀਆਂ, ਅਤੇ ਆਹ ਦੇਖੋ ਜੀ ਆਹ ਮੇਰੇ ਕੋਲ ਨੀਲਾ ਰੰਗ ਆ, ਅਤੇ ਹੁਣੇ ਤੁਸੀਂ ਵੀ ਦੇਖੋ, ਮੈਂ ਇਹਦੇ ਬਾਰੇ ਫੁੱਲ ਵੀਡੀਓ ਕੱਲ੍ਹ ਨੂੰ ਕਰੂੰਗਾ, ਅਤੇ ਪਲੀਜ਼ ਗ੍ਰੀਨ ਰੈੱਡ ਕਾਲਾ ਬਲੂ 4 ਰੰਗ ਹੁੰਦੇ ਆ ਟੂਥਪੇਸਟ ਦੇ ਥੱਲੇ, ਅਤੇ ਆਪਣਾ ਰੰਗ ਦੱਸੋ, ਮੈਨੀ ਸਿੰਘ ਬਲੂ, ਹਾਂਜੀ ਜੀ ਓਕੇ ਜੀ ਓਕੇ,
ਤੇ ਦੱਸੋ ਆਪਣਾ ਰੰਗ ਪਲੀਜ਼, ਮੈਂ ਇਹਦੀ ਵੀਡੀਓ 5 ਮਿੰਟ ਦੀ ਛੋਟੇ ਟਾਈਮ ਦੀ ਕਰੂੰ ਜਾਂ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਨਹੀਂ। ਅੰਮ੍ਰਿਤਪਾਲ ਸਿੰਘ ਬਾਟ ਬਲੈਕ, ਉਹ ਭਰਾਵਾ ਕਾਲਾ ਰੰਗ ਤੇਰੇ ਟੂਥਪੇਸਟ ਦਾ, ਹੋ ਹੋ ਹੋ, ਤੇਰੇ ਤੇ ਸ਼ਨੀ ਭਾਰੂਆ, ਤੂੰ ਕਾਲੀ ਗਾਂ ਨੂੰ 4 ਪੇੜੇ ਤਾਰ ਕੇ ਆ ਕਣਕ ਦੇ ਆਟੇ ਦੇ। ਹਰਪ੍ਰੀਤ ਸਿੰਘ ਬਲੂ ਨੀਲਾ ਰੰਗ, ਪਵਨਪ੍ਰੀਤ ਉਹ ਤੁਹਾਡੀ, ਉਹ ਭਰਾਓ ਜਿਨ੍ਹਾਂ ਨੇ ਕਾਲਾ ਤੇ ਲਾਲ ਰੰਗ, ਮੈਂ ਨੀ ਕੁਛ ਵੀ ਕਰ ਸਕਦਾ। ਤੁਸੀਂ ਕਾਹਦੇ ਨੀ ਕੋਲਗੇਟ ਲੈਣ ਤੋਂ ਪਹਿਲਾਂ ਰੰਗ ਦੇਖਿਆ, ਕਾਹਦੇ ਨੀ ਦੇਖਿਆ, ਹੁਣ ਮੈਨੂੰ ਨਾ ਕੁਛ ਕਿਹੋ। ਬਸ ਇੱਦਾਂ ਪਤਾ ਕੀ ਗੱਲ ਆ, ਟ੍ਰਿਕ ਮੇਰੇ ਕੋਲ ਬਥੇਰੇ ਆ ਐਵੀਂ ਬਸ, ਬਟ ਵਰਤੀ ਦੇ ਘੱਟ ਵੱਧੇ ਹੀ ਆ, ਤੁਹਾਡੇ ਵਰਗਾ ਮੈਂ ਆ। ਤੇ ਇਹਦੇ ਬਾਰੇ ਵੀ ਦੱਸਾਂਗੇ, 4 ਰੰਗ ਕਾਹਦੇ ਆ ਤੇ ਕੀ ਹੁੰਦੇ ਆ। ਸਾਬੀ ਗੁਲਾਰ ਗ੍ਰੀਨ, ਤੇਜਿੰਦਰ ਸਿੰਘ ਗ੍ਰੀਨ, ਹਰਦੀਪ ਸਿੰਘ ਬੇਦੀ ਗ੍ਰੀਨ, ਬਾਈ ਜਿਨ੍ਹਾਂ ਦੇ ਤਾਂ ਹੈਗਾ ਗ੍ਰੀਨ। ਤੇ ਓਕੇ ਇੱਕ ਮਿੰਟ, ਪਹਿਲਾਂ ਸਾਰਿਆਂ ਦੇ ਰੰਗ ਪੜ੍ਹ ਲਵਾਂ। ਗ੍ਰੀਨ ਕੁਲਦੀਪ ਗਰੋਵਰ ਗ੍ਰੀਨ, ਓਹੋ ਬਾਈ ਜਿਨ੍ਹਾਂ ਦੇ ਤਾਂ ਹੈਗਾ ਗ੍ਰੀਨ, ਉਹਨਾਂ ਦਾ ਅਰਬ ਦੇਸ਼ ਦਾ ਵੀਜ਼ਾ ਲੱਗਣਾ ਗ੍ਰੀਨ ਪਾਸਪੋਰਟ ਅਰਬ ਦੇਸ਼ਾਂ 'ਚ। ਜਿਨ੍ਹਾਂ ਦੇ ਹੈਗਾ ਰੈੱਡ, ਜੇ ਤੁਸੀਂ ਕਨੇਡਾ ਦਾ ਵੀਜ਼ਾ ਲਾਉਣਾ ਜਾਂ ਅਮਰੀਕਾ ਦਾ ਵੀਜ਼ਾ ਲਾਉਣਾ, ਸੱਚ ਕਨੇਡਾ ਤਾਂ ਨੀਲਾ ਆ, ਫਿਰ ਨੀਲਾ ਲੈ ਕੇ ਆਓ। ਜੇ ਤੁਸੀਂ ਯੂਰਪ ਦੇਸ਼ ਦਾ ਵੀਜ਼ਾ ਲਵਾਉਣਾ, ਫਿਰ ਤੁਸੀਂ ਰੈੱਡ ਵਾਲਾ ਲੈ ਕੇ ਆਓ, ਆਹ ਜਿੱਥੇ ਰੈੱਡ ਆ ਇਹ ਲੈ ਕੇ ਆਓ। ਜੇ ਯੂਰਪ ਜਾਣਾ, ਜੇ ਕਨੇਡਾ ਅਮਰੀਕਾ ਆਉਣਾ, ਨੀਲੇ ਰੰਗ ਵਾਲਾ ਲੈ ਕੇ ਆਓ। ਜੇ ਅਰਬ ਦੇਸ਼ਾਂ 'ਚ ਜਾਣਾ, ਫਿਰ ਹਰੇ ਰੰਗ ਵਾਲਾ ਲੈ ਕੇ ਆਓ। ਜੇ ਨਿਊਜ਼ੀਲੈਂਡ ਜਾਣਾ ਤੇ ਕਾਲੇ ਰੰਗ ਵਾਲਾ ਲੈ ਕੇ ਆਓ। ਅਗਲੀ ਵਾਰ ਜਦੋਂ ਟੂਥਪੇਸਟ ਲੈਣਾ ਤੇ ਰੰਗ ਦੇਖ ਕੇ ਲੈ ਆਓ, ਉਸ ਹਿਸਾਬ ਨਾਲ ਤੁਹਾਡਾ ਵੀਜ਼ਾ ਲੱਗਦਾ। ਇਹ ਕਈ ਲੋਕਾਂ ਨੇ ਕਹਿਣਾ ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ ਆ, ਇਹ ਬਸ ਇੱਦਾਂ ਦੀਆਂ ਗੱਲਾਂ ਆ। ਆਹ ਦੇਖ ਲਓ, ਮੈਂ ਜਾਣ ਕੇ ਨੀਲੇ ਰੰਗ ਵਾਲਾ ਲਿਆਇਆ, ਮੈਂ ਕਨੇਡਾ ਆਉਣਾ ਸੀਗਾ, ਆ ਗਿਆ ਕਿ ਨਹੀਂ ਆ ਗਿਆ। ਤੇ ਪਲੀਜ਼ ਕਨੇਡਾ ਅਮਰੀਕਾ ਆਉਣ ਲਈ ਨੀਲੇ ਰੰਗ ਵਾਲਾ ਲੈ ਕੇ ਆਓ। ਤੇ ਰੰਗਾਂ ਦਾ ਕੀ ਮਤਲਬ ਹੁੰਦਾ ਵੀਡੀਓ 'ਚ ਮੈਂ ਦੱਸੂੰਗਾ। ਆਪਣੇ ਸਾਰੇ ਆਂਢ ਗੁਆਂਢ ਸ਼ੇਅਰ ਕਰ ਦਿਓ, ਅੱਗ ਮੰਗੋ, ਗੱਲ ਫੈਲਾ ਦਿਓ ਇਹ ਵਾਲੀ, ਵੀ ਇਹ ਚੀਜ਼ ਮੈਟਰ ਕਰਦੀ ਆ ਨਾ, ਆਪਾਂ ਇਹ ਗੱਲ ਨੋਟਸ ਨਹੀਂ ਕਰਦੇ ਨਾ। ਤੇ ਕਮੈਂਟ ਕਰੋ ਸਾਰੇ ਜਣੇ ਤੁਹਾਡੇ ਟੂਥਪੇਸਟ ਦੇ ਇਹਦੇ ਥੱਲੇ ਰੰਗ ਕਿਹੜਾ ਆ। ਤੇ ਬਾਕੀ ਟਾਈਮ 1 ਘੰਟਾ ਪੂਰਾ ਕਰਕੇ ਜਾਵਾਂਗੇ ਅੱਜ। ਤੇ ਬਾਈ ਜੀ ਗੁੱਡ ਲੱਕ, ਰਿਪਲਾਈ ਤਾਂ ਦੱਸੋ ਕੁਛ। ਆਦਮਪੁਰ ਤੋਂ ਜੌਨ ਸਿੰਘ, ਟੂਥਪੇਸਟ ਕਿਹੜੀ ਆ ਸ਼ਮਸ਼ੇਰ? ਪਤਾ ਨਹੀਂ ਭਰਾਵਾ ਕਿਹੜੀ ਆ, ਮੈਂ ਕਿਹੜਾ ਕਰਦਾ, ਭਰ ਕੇ ਰੱਖੀ ਉਹ ਆ, ਹਫ਼ਤੇ ਬਾਅਦ ਦੇਖ ਲਿਓ ਉਨੀ ਫੇ ਹੋਣੀ ਆ, ਉਦੇ ਰੱਖੀ ਉਹ ਸ਼ੋਅ ਲਈ ਇਦਾਂ ਗਈ ਹਵੇ। ਰੈੱਡ ਮਨੀ ਸਿੰਘ, ਰਾਜਾ ਸਿੱਧੂ, ਆਈ ਨੋ ਆਰ ਰੈਡੀ ਅਬਾਊਟ ਦੈਟ ਵਾਈ, ਸਾਬੀ ਗੁਲਾਬ, ਵਧੀਆ ਗੱਲ ਆ ਭਾਜੀ ਜੇ ਜਾਣਦੇ ਹਾਂ ਤਾਂ। ਅਤੇ ਆਪਾਂ ਕਿਹੜਾ ਕੁਛ ਮਾੜਾ ਚੰਗਾ ਕਿਹਾ ਕਿਸੇ ਨੂੰ, ਕਿ ਨਹੀਂ ਟਾਈਮ ਦੇਖ ਲਵਾਂ 1 ਘੰਟਾ, ਤੁਸੀਂ ਤਾਂ ਕਹਿੰਦੇ ਹੁਣ ਇਹ ਲੱਗਾ ਹੀ ਰਵੇ, 1 ਸੈਕਿੰਡ ਰੁਕ ਜਾਓ ਅਤੇ ਟਾਈਮ ਦੇਖ ਲਈਏ ਕਿੰਨਾ ਹੋ ਗਿਆ। ਅਤੇ ਜਾਂਦੇ ਜਾਂਦੇ ਫਿਰ 1 ਸੈਕਿੰਡ ਕਿੰਨਾ ਟਾਈਮ ਹੋ ਗਿਆ, 50 ਮਿੰਟ ਹੋਏ ਆ ਅਜੇ, 5 ਮਿੰਟ ਰਹਿੰਦੇ ਆ। ਕਾਹਦੇ ਬਾਰੇ ਗੱਲ ਕਰੀਏ, ਆਦਮਪੁਰ ਤੋਂ ਆ ਵੀਰੇ, ਮੈਸੇਜ ਕੀਤਾ ਸੀ ਜੌਨ ਸਿੰਘ ਆਦਮਪੁਰ ਤੋਂ, ਅੱਛਾ ਜੀ। ਤੇ ਕੁਟਲਮ ਦਲਜਿੰਦਰ ਸਿੰਘ, ਰਿਪਲਾਈ ਕਰ ਵੀਰ। ਹਰਪ੍ਰੀਤ ਸਿੰਘ, ਦੱਸੋ ਭਾਜੀ ਕਾਹਦਾ ਰਿਪਲਾਈ ਕਰਾਂ, ਕੀ ਰਿਪਲਾਈ ਕਰਾਂ ਦੱਸੋ ਬਾਈ। ਚੱਲ ਸਾਡਾ ਕਮੈਂਟ ਅਮਨ ਦਿਓਲ, ਓਕੇ। ਤੇ ਬਾਕੀ ਸਭ ਠੀਕ ਠਾਕ ਆ। ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਦਿੰਦਾ ਆ, ਜਾਂਦੇ ਜਾਂਦੇ ਥੋੜ੍ਹੀ ਬਹੁਤੀ ਆਪਣੀ ਵੀ ਪ੍ਰਮੋਸ਼ਨ ਕਰ ਲੈਣੀ ਚਾਹੀਦੀ ਬੰਦੇ ਨੂੰ, ਅਤੇ ਕਿ ਨਹੀਂ, ਅਤੇ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ, ਉਹ ਹਿਸਾਬ ਕਿਤਾਬ ਆ। ਅਤੇ ਆਪਣੀ ਵੀ ਪ੍ਰਮੋਸ਼ਨ ਕਰ ਲਵਾਂ ਮਾੜੀ ਜੀ। ਅਤੇ ਭਰਾਵੋ ਆ ਯੂਟਿਊਬ ਆ ਮੇਰਾ, ਸਬਸਕ੍ਰਾਈਬ ਕਰ ਲਓ। ਅਤੇ ਬਾਕੀ ਜਾਂਦੇ ਜਾਂਦੇ ਇੱਕ ਵਾਰ ਫੇਰ, ਨਹੀਂ ਜਾਂਦੇ ਜਾਂਦੇ ਨਹੀਂ ਅਜੇ ਨਹੀਂ ਮੈਂ ਜਾਣਾ,
ਲੰਡਨ ਸ਼ਹਿਰ ਜੋ ਕਿ ਅੰਟਾਰੀਓ ਦੇ ਵਿੱਚ ਹੈ, ਬ੍ਰੈਂਪਟਨ ਤੋਂ 1 ਘੰਟਾ 20 ਮਿੰਟ ਦਾ ਰਸਤਾ ਹੈ ਅਤੇ ਉੱਥੇ 4.65 ਲੱਖ 4 ਲੱਖ 65 ਹਜ਼ਾਰ ਦੇ ਸਟਾਰਟਿੰਗ ਰੇਟ ਹੈ ਜੀ। ਆਪਣੇ ਨਾਪਰੀ ਸਰਾਓ ਭਾਜੀ ਹੁਣੀ ਲਾਟਾਂ ਜਾਂ ਜਿਹਨੂੰ ਘਰ ਕਹਿ ਸਕਦੇ ਹੋ ਉਹ ਪ੍ਰੋਵਾਈਡ ਕਰ ਰਹੇ ਹਾਂ। ਜਿਹੜਾ ਉੱਥੇ ਰੇਟ ਹੈ 4,95,000 ਹੈ, ਬਟ ਨਾਪਰੀਤ ਭਾਜੀ ਹੁਣੀ 4,65,000 ਦੇ ਸਟਾਰਟਿੰਗ ਰੇਟ ਤੁਹਾਨੂੰ ਦੇ ਰਿਹਾ, ਤੁਹਾਨੂੰ 40-50 ਹਜ਼ਾਰ ਡਾਲਰ ਘੱਟ ਰੇਟ ਦਾ ਦੇ ਰਿਹਾ। ਬ੍ਰੈਂਪਟਨ ਜਿਹੜਾ ਕਿ ਬਹੁਤ ਮਹਿੰਗਾ ਸ਼ਹਿਰ ਬਣ ਚੁੱਕਾ, ਅੰਟਾਰੀਓ 'ਚ ਜਿਹੜਾ ਕਿ ਟੋਰਾਂਟੋ ਵੀ ਬਹੁਤ ਮਹਿੰਗਾ ਸ਼ਹਿਰ ਬਣ ਚੁੱਕਾ, ਬਟ ਲੰਡਨ ਜਿਹੜਾ ਅੱਜ ਕੱਲ੍ਹ ਵੱਸ ਰਿਹਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਅਗਲੇ 2 ਸਾਲਾਂ ਦੇ ਵਿੱਚ 3,50,000 ਨਵਾਂ ਬੰਦਾ ਆਉਣਾ ਹੈ। ਇਸ ਲਈ ਜੋ ਤੁਸੀਂ ਅੱਜ ਭਾਵੇਂ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਆ ਜਾਂ ਹੋਰ ਕਿਤੇ ਵੀ ਆ, ਭਾਵੇਂ ਤੁਸੀਂ ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਪੰਜਾਬ 'ਚ ਜਾਂ ਇੰਡੀਆ 'ਚ ਆ, ਤੁਸੀਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਕਹਿ ਦਿਓ ਵੀ ਬਹੁਤ ਵਧੀਆ ਤੁਹਾਨੂੰ ਓਪਰਚੁਨਿਟੀ ਮਿਲ ਰਹੀ ਆ ਅਤੇ ਲੰਡਨ ਅੰਟਾਰੀਓ ਸ਼ਹਿਰ ਦੇ ਵਿੱਚ ਤੁਸੀਂ 4,65,000 ਸਟਾਰਟਿੰਗ ਰੇਟ ਉੱਤੋਂ ਤੁਸੀਂ ਆਪਣਾ ਘਰ ਲੈ ਸਕਦੇ ਆ। ਭਾਵੇਂ ਤੁਸੀਂ ਉੱਥੇ ਸਾਰੀ ਉਮਰ ਲਈ ਰਹਿ ਸਕਦੇ ਆ, ਭਾਵੇਂ ਸਾਲ ਬਾਅਦ 5,70,000 ਦਾ ਤੁਸੀਂ ਵੇਚ ਕੇ 1,05,000 ਦਾ ਮੁਨਾਫਾ ਖੜ ਸਕਦੇ ਆ। ਜਿਹੜਾ 5,000 ਉੱਪਰਲਾ ਮੈਨੂੰ ਦੇ ਦਿਓ, 1,00,000 ਤੁਸੀਂ ਰੱਖ ਲਿਓ, 57 ਰੁਪਏ ਦੇ ਹਿਸਾਬ ਨਾਲ 57,00,000 ਰੁਪਇਆ ਇੰਡੀਆ ਦਾ ਤੁਸੀਂ 1 ਸਾਲ ਦੇ ਵਿੱਚ ਕਮਾ ਸਕਦੇ ਆ। 12,50,60 ਕਹਿਣ ਦਾ ਮਤਲਬ 5,00,000 ਮਹੀਨੇ ਦਾ ਇੰਡੀਆ ਦਾ ਤੁਸੀਂ ਕਮਾ ਸਕਦੇ ਆ। ਪੈਸੇ ਨੂੰ ਪੈਸਾ ਫੇਰ ਖਿੱਚਦਾ ਹੁੰਦਾ ਕਹਿਣ ਦਾ ਮਤਲਬ ਆ, ਮੇਰੇ ਕੋਲ ਜੇ ਹੁੰਦੇ ਹੁੰਦੇ ਮੈਂ ਤਾਂ ਲੈ ਲੈਣਾ ਸੀ। ਅਤੇ ਸਭ ਤੋਂ ਫੇਰ ਇੱਕ ਵਾਰ ਕਹਿ ਦੇਵਾਂ, ਜੇ ਇੱਦਾਂ ਦਾ ਮੌਕਾ ਵਾਰ ਵਾਰ ਨਹੀਂ ਆਉਂਦਾ ਅਤੇ ਬਾਂਸਿਨ ਬਲੂ ਮੂਨ ਇੱਕ ਕਹਾਵਤ ਆ ਉਸ ਹਿਸਾਬ ਦੇ ਨਾਲ, ਅਤੇ ਤੁਸੀਂ ਸੰਪਰਕ ਕਰ ਸਕਦੇ ਨਾਪਰੀ ਸਰਾਓ ਭਾਜੀ ਦੇ ਨਾਲ। ਅਤੇ ਇਹ ਮਸ਼ਹੂਰੀ ਇੱਥੇ ਸਮਾਪਤ ਹੁੰਦੀ। ਨਾਪਰੀ ਸਰਾਓ ਭਾਜੀ ਦਾ ਨੰਬਰ ਆ 416-268-1418। ਸੰਪਰਕ ਕਰੋ ਅਤੇ ਲੱਖਪਤੀ ਕਰੋੜਪਤੀ ਬਣੋ ਅਤੇ ਘਰ ਤੁਸੀਂ ਬਾਕੀ ਕੱਲ੍ਹ ਨੂੰ ਮਸ਼ਹੂਰੀ ਹੋਰ 'ਚ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਕੇ ਦੱਸਾਂਗੇ। ਓਕੇ ਜੀ, ਚਲੀਏ ਫਿਰ। ਬਾਈ ਜੀ ਆ ਪਾਣੀ ਲਵੋ ਥੋੜ੍ਹਾ ਜਿਹਾ, ਸਾਹ ਲਾ ਲਿਆ ਪਤੰਦਰਾ। ਬਾਈ ਜਦੋਂ ਕਮਾਈਆਂ ਕਰਨੀਆਂ ਆਉਂਦੀਆਂ ਫਿਰ ਸਾਹ ਤੋਂ ਪਾਣੀ ਪੂਣੀ ਛੱਡੋ। ਮੈਂ ਤਾਂ ਯਾਰ ਮੈਂ ਟੀਵੀ ਟੂਵੀ 'ਚ ਮੈਂ ਆ ਸਕਦਾ ਦੱਸੋ ਕਿ ਨਹੀਂ, ਜੇ ਮੈਂ ਰੇਡੀਓ ਰੂਡੀਓ 'ਚ ਆਵਾਂ ਚੱਲ ਸਕਦਾ ਕਿ ਨਹੀਂ ਮਾੜਾ ਦੱਸੋ। ਰੇਡੀਓ 'ਚ ਚੱਲ ਸਕਦਾ ਕਿ ਟੀਵੀ 'ਚ ਤਾਂ ਬੰਦਾ ਸੋਹਣਾ ਸੁਨੱਖਾ ਚਾਹੀਦਾ, ਰੇਡੀਓ 'ਚ ਤਾਂ ਇਕੱਲੀ ਬਾਜੀ ਚਾਹੀਦੀ ਆ। ਰੇਡੀਓ 'ਚ ਮੈਂ ਕਮੈਂਟਰੀ ਕਰ ਸਕਦਾ, ਔਰ ਜੇ ਬੋਲ ਡਾਲੀ ਹੈ ਬੋਲਰ ਅੱਜ ਕੱਲ੍ਹ ਕਿਹੜੇ ਚੱਲਦੇ ਆ, ਮੈਂ ਤਾਂ ਕ੍ਰਿਕਟ ਵੀ ਦੇਖਣੀ ਛੱਡਤੀ। ਔਰ ਜੇ ਰਵਾਜ਼ ਆ ਗਈ ਵਿਰਾਟ ਕੋਹਲੀ ਕੋਲ, ਵਿਰਾਟ ਕੋਹਲੀ ਕਵਰ ਡਰਾਈਵਰ ਮਾਰਿਆ, ਔਰ ਜੇ ਫੀਲਡਰ ਪਾਗੇ ਜਾ ਰਹੇ, ਇਹ ਵੀ ਡੀ ਬਿਲੀਅਰਸ ਪਾਗੇ ਜਾ ਰਹੇ ਹੈ, ਇਹ ਵੀ ਡੀ ਬਿਲੀਅਰ ਤਾਂ ਖਰੇ ਬੈਟ ਕੀਪਰ ਆ, ਕਮੈਂਟਰੀ ਗਲਤ ਹੋ ਗਈ। ਚਲੋ ਕੋਈ ਨੀ, ਹਨੇ ਵਰੰਗ ਨੇਕ ਵਰੰਗ, ਸਤਿ ਸ਼੍ਰੀ ਅਕਾਲ ਵੀਰ ਨੇਕ ਵਰੰਗ ਦਾ ਭਰਾ, ਨੇਕ ਵਰੰਗ ਭਾਜੀ ਦੇ ਗਾਣੇ ਹੋਏ ਹੋਏ ਹੋਏ, ਚੰਨ ਵਰਗਾ ਇੱਕੋ ਲਾਰਾ ਲਾ ਜਾਂਦੀ, ਨੇਕ ਵਰੰਗ ਦੇ ਗਾਣੇ ਆਏ ਹਾਏ। ਉਹ ਭਰਾਵਾ ਨੇਕ ਵਰੰਗ ਨਾਲ ਗੱਲ ਕਰਾ ਦੇ, ਮੇਰੀ ਤੈਨੂੰ ਉਦਣ ਵੀ ਕਿਹਾ ਸੀ ਔਖਾ ਤੇ ਰਗਣੀ, ਤੇ ਆ ਸਕਦਾ ਮਨਪ੍ਰੀਤ ਮਨੀ। ਓਕੇ ਜੀ ਓਕੇ, ਸਨਪ੍ਰੀਤ ਸਿੰਘ ਚਾਹਲ ਅੰਗਰੇਜ਼ੀ 'ਚ ਕਲਰ ਸਾਰ ਕੀ ਹੋ ਗਿਆ, ਰੇਡੀਓ ਚੱਲ ਜੂ ਅੱਤ ਚੱਕ ਦੇਣੀ ਤੁਸੀਂ ਭਾਜੀ ਉਹ ਰੇਡੀਓ ਜੌਕੀ 'ਚ। ਜਤਿੰਦਰ ਸਿੰਘ ਚੱਲ ਸਕਦਾ ਬਈ, ਸਾਰੇ ਕਹਿੰਦੇ ਚੱਲ ਸਕਦਾ, ਫਿਰ ਰੇਡੀਓ ਮੇਰਾ ਆਪਣਾ ਹੀ ਖਿਲਾ ਦਿਓ ਕਿ ਨਹੀਂ। ਅਤੇ ਓਕੇ ਜੀ, ਇਹ ਸਾਡੇ ਪਿਆਰੇ ਸਰੋਤਿਆਂ ਨੇ ਸਾਨੂੰ ਕਾਲ ਕੀਤੀ ਹੈ ਜੀ। ਹਾਂਜੀ, ਕਿੱਥੋਂ ਕਾਲ ਹੈ? ਹੈਲੋ ਹੈਲੋ, ਹਾਂਜੀ ਜੀ ਮੈਂ ਕੁੜੀ ਬੋਲਣ ਲੱਗੀ ਸੀ, ਰਹਿਣ ਦਿਓ, ਕੁੜੀ ਕਿੱਥੋਂ, ਕੁੜੀਆਂ ਦੀ ਗੱਲਾਂ ਨਹੀਂ ਚੱਕਣੀਆਂ, ਗੁੱਸਾ ਨਾ ਕਰੀ ਵੀਰ, ਲਵ ਯੂ ਮੈਨੀ ਸਿੰਘ, ਗੁੱਸਾ ਕਰਨ ਨੂੰ ਟਾਈਮ ਹੀ ਹੈ ਨਹੀਂ ਭਰਾਵਾ, ਗੁੱਸਾ ਕਰਕੇ ਕੀ ਕਰਨਾ ਕਿ ਨਹੀਂ। ਅਤੇ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਫਿਰ ਜਾਂਦੇ ਜਾਂਦੇ ਫਿਰ ਐਡ ਲੰਡਨ ਅੰਟਾਰੀਓ ਸ਼ਹਿਰ ਦੇ ਵਿੱਚ 4,65,000 ਸਟਾਰਟਿੰਗ ਰੇਟ ਹੈ। ਵੈਸੇ 4,99,000 ਜਾ ਰਿਹਾ ਲੰਡਨ, ਜਿਹੜਾ ਕਿ ਬ੍ਰੈਂਪਟਨ ਤੋਂ 1 ਘੰਟਾ 20 ਮਿੰਟ ਦੀ ਡਰਾਈਵ ਹੈ। ਤੁਸੀਂ ਉੱਥੇ ਜਾ ਕੇ ਉਹ ਘਰ ਦੇਖ ਸਕਦੇ ਹੋ, ਪੱਕੇ ਤੌਰ 'ਤੇ ਲੈ ਸਕਦੇ ਹੋ, ਜਾਂ 1 ਸਾਲ ਬਾਅਦ $1,00,000 ਦੇ ਨਾਲ ਵੇਚ ਸਕਦੇ ਹੋ। ਤੁਸੀਂ ਉੱਥੇ ਨਹੀਂ ਰਹਿੰਦੇ ਜਾਂ ਹੋਰ ਕਿਤੇ ਵੀ ਰਹਿੰਦੇ ਆ ਤਾਂ ਕੋਈ ਚੱਕਰ ਨਹੀਂ, ਆਪਣੇ ਰਿਸ਼ਤੇਦਾਰਾਂ ਨੂੰ ਦੱਸੋ ਜਿਹੜੇ ਉੱਥੇ ਰਹਿੰਦੇ ਆ, ਅਤੇ ਹੱਦੇ ਰਹੋ ਵੱਧ ਰਹੋ। ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ। ਕ੍ਰਿਸਟੀਆਨੋ ਰੋਨਾਲਡੋ ਦਾ ਮੈਂ ਫੈਨ ਹਾਂ, ਅਤੇ ਕ੍ਰਿਸਟੀਆਨੋ ਰੋਨਾਲਡੋ ਜਿੰਦਾਬਾਦ, ਅਤੇ ਮੈਸੀ ਰਸਾਰੀਓ ਸ਼ਹਿਰ, ਜਿਹੜਾ ਅਰਜਨਟੀਨਾ ਦੇ ਵਿੱਚ ਸੀ ਉੱਥੇ ਦਾ ਜੰਪਾ ਲਿਆ ਮੈਸੀ, ਲਿਓਨਲ ਮੈਸੀ, ਲਿਓਨਲ ਮੈਸੀ ਦੇ 3 ਨਿਆਣੇ, ਅਤੇ ਜਿੱਥੇ ਉਹ ਜੰਮਿਆ ਸੀ ਰਸਾਰੀਓ ਸ਼ਹਿਰ 'ਚ, ਉੱਥੇ ਕਿਸੇ ਨਿਆਣੇ ਦਾ ਨਾਮ ਮੈਸੀ ਰੱਖਣਾ
ਹੁਣ ਬੰਦ ਕਰ ਦਿੱਤਾ ਸਰਕਾਰ ਨੇ, ਕਿਉਂਕਿ ਲੋਕ ਆਪਣੇ ਨਿਆਣਿਆਂ ਦਾ ਨਾਮ ਮੈਸੀ ਰੱਖਣ ਲੱਗ ਪਏ ਸੀ। ਤੇ ਦੁਨੀਆਂ ਦਾ ਦੂਜਾ ਸਭ ਤੋਂ ਮਹਿੰਗਾ ਪਲੇਅਰ ਨੇਮਾਰ, ਉਹਨੇ ਦੋ ਟੈਟੂ ਬਣਾਏ ਆਪਣੀ ਢੂਹੀ ਤੇ, ਇੱਕ ਸੁਪਰਮੈਨ ਦਾ ਬਣਾਇਆ ਤੇ ਇੱਕ ਬੈਟਮੈਨ ਦਾ ਬਣਾਇਆ। ਦੁਨੀਆਂ 'ਚ ਸਭ ਤੋਂ ਪਹਿਲਾਂ 1000 ਗੋਲ ਕਰਨ ਵਾਲਾ ਖਿਡਾਰੀ ਸੀਗਾ ਪਹਿਲੇ। ਤੇ ਇੱਦਾਂ ਹੀ ਆਪਣਾ ਪੰਜਾਬ ਦਾ ਇੱਕ ਖਿਡਾਰੀ ਹੋਇਆ ਜਰਨੈਲ ਸਿੰਘ, ਜਿਹਨਾਂ ਬਾਰੇ ਕੋਈ ਬੰਦੇ ਆਪਣੇ ਜਾਣਦੇ ਨਹੀਂ। ਜਰਨੈਲ ਸਿੰਘ ਫੁੱਟਬਾਲ ਦੇ ਬਹੁਤ ਹੱਥ ਖਿਡਾਰੀ ਸੀ, ਉਹਨਾਂ ਬਾਰੇ ਵੀ ਚਾਨਣਾ ਪਾਊਂਗਾ ਕਿਸੇ ਦਿਨ। ਤੇ ਇਸ ਤਰ੍ਹਾਂ ਧਿਆਨ ਚੰਦ ਜੀ ਵਾਂਗੂ ਜਰਨੈਲ ਸਿੰਘ ਜੀ, ਉਹਨਾਂ ਬਾਰੇ ਆਪਣੇ ਲੋਕ ਜਾਣਦੇ ਨਹੀਂ, ਕੋਈ ਚੱਕਰ ਨਹੀਂ, ਆਪਾਂ ਹੈਗੇ ਆਪਾਂ ਦੱਸਾਂਗੇ। ਤੇ ਪੰਜਾਬੀਆਂ ਦੀ ਬੱਲੇ ਬੱਲੇ ਕਿੱਥੇ 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 ਨਹੀਂ ਹੈਗੀ ਬੱਲੇ ਬੱਲੇ, ਉਹ ਵੀ ਸਾਰਾ ਦੱਸਾਂਗੇ। ਇੰਗਲੈਂਡ ਦੀ ਇੰਗਲਿਸ਼ ਪ੍ਰੀਮੀਅਰ ਲੀਗ 'ਚ ਪੰਜਾਬੀ ਮੁੰਡਾ ਟੋਨੀ ਬਾਥ ਖੇਲਣ ਡਿਆ, ਤੇ ਉਹ ਟੋਨੀ ਬਾਥ ਇੱਕ ਟੀਮ ਦਾ ਕਪਤਾਨ ਹੈ, ਉੱਥੋਂ ਸਾਰਾ ਕੁਝ ਦੱਸਾਂਗੇ। ਉਹਦੇ ਬਾਰੇ ਕੋਈ ਚੱਕਰ ਨਹੀਂ, ਕੱਲ੍ਹ ਦੱਸਾਂਗੇ। ਮਾਰਨਾ ਜੀ ਸਾਲਿਆ ਸਾਹ ਸੂ ਲੈਣਾ। ਓਕੇ ਜੀ, ਆਦੇ ਰਹੋ, ਵਸਦੇ ਰਹੋ, ਅਡੀਓਸ।